ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਵਾਹਿਗੁਰੂ ਸਾਹਿਬ ਜੀ ਭੈ ਨਿਰਭਉ ਮਾਣਿਓ ਲਾਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਤ ਗਭੀਰ ਸਤਿਗੁਰ ਪਰਚਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਭੈ ਨਿਰਭਉ ਮਾਣਿਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਅੰਗ 1408 ਤੋਂ ਸਹਿਜ ਪਾਠ ਸੰਥਿਆ ਦੀ ਪ੍ਰਾਰੰਭਤਾ ਹੋ ਰਹੀ ਹੈ। ਸਵਈਏ ਮਹੱਲੇ ਪੰਜਵੇਂ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਮਹਿਮਾ ਦੇ ਸਵਈਏ ਆਪਾਂ ਸਰਵਣ ਕਰ ਰਹੇ ਹਾਂ। ਸੱਤ ਸਵਈਏ ਸਰਵਣ ਕੀਤੇ ਨੇ। 8ਵੇਂ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭੈ ਨਿਰਭਉ ਮਾਣਿਓ, ਭੈ ਥੋੜਾ ਖਿੱਚ ਕੇ ਭੈ ਨਿਰਭਉ ਮਾਣਿਓ। ਪਟ ਸਾਹਿਬਾਨ ਕਹਿੰਦੇ ਹੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਆਪ ਜੀ ਨੇ ਰੱਬ ਦੇ ਭੈ ਦੇ ਵਿੱਚ ਰਹਿ ਕਰਕੇ, ਭੈ ਡਰ ਰੂਪੀ ਜਿਹੜਾ ਸੰਸਾਰ ਹੈ ਇਹਦੇ ਅੰਦਰ ਰਹਿ ਕਰਕੇ, ਨਿਰਭਉ ਡਰ ਤੋਂ ਰਹਿ ਜੋ ਸੱਚ ਸਰੂਪ ਵਾਹਿਗੁਰੂ ਹੈ ਮਾਣਿਓ, ਉਸ ਮਾਲਕ ਦੇ ਰਸ ਆਨੰਦ ਨੂੰ ਮਾਨਣਾ ਕੀਤਾ ਹੈ। ਲਾਖ ਮਹਿ ਅਲਖ ਲਖਾਇਓ, ਲਾਖ ਮਹਿ ਅਲਖ ਲਖਾਇਓ, ਲਖਾਇਓ ਪਾਠ ਜਿਹੜਾ ਹੈ ਇਹ ਧਿਆਨ ਰੱਖਣਾ, ਲਖਾਇਓ ਤੇ ਲਾਖ ਮਹਿ, ਲੱਖਾਂ ਹੀ ਸੰਸਾਰ ਦੇ ਜੀਵਾਂ ਦੇ ਮਹਿ ਵਿੱਚ ਅਲਖ ਲਖਣ ਤੋਂ ਰਹਿਤ ਜੋ ਸੱਚ ਸਰੂਪ ਹੈ ਵਾਹਿਗੁਰੂ ਦਾ, ਉਹਨੂੰ ਲਖਾਇਓ, ਆਪ ਜੀ ਨੇ ਜਣਾਇਆ ਹੈ, ਸਾਖ ਯਾਦ ਕਰ ਦਿੱਤਾ ਏ। ਅਗਮ ਅਗੋਚਰ ਗਤ ਗਭੀਰ, ਅਗਮ ਅਗੋਚਰ ਗਤ ਗਭੀਰ, ਟਿੱਪੀ ਤੋਂ ਰਹਿ ਦੀ ਪਾਠ ਹੈ ਵੀ ਸਤਿਗੁਰੂ ਆਪ ਜੀ ਦਾ ਮਨ ਜੋ ਹੈ, ਆਪ ਜੀ ਦੇ ਮਨ ਦੇ ਸੰਕਲਪ ਵਿਕਲਪਾਂ ਦੀ ਜੋ ਅਗਮ ਗਮਤਾ ਹੈ ਉਸ ਤੋਂ ਰਹਿਤ ਹੋ ਆਪ, ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਗਤ, ਆਪ ਜੀ ਦੀ ਗਤੀ ਮਰਿਆਦਾ ਅਵਸਥਾ ਜੋ ਹੈ
ਉਹ ਬੜੀ ਗੰਭੀਰ ਡੂੰਘਾਈ ਵਾਲੀ ਹੈ ਜਾਂ ਅਗਮ ਅਗਮ ਅਗੋਚਰ ਗਾਤ ਗਭੀਰ ਜੋ ਹਰੀ ਮਨ ਕਰਕੇ ਅਗਮ ਹੈ ਜਿੱਥੋਂ ਤਾਈਂ ਮਨ ਦੇ ਸੰਕਲਪਾਂ ਨਾਲ ਨਹੀਂ ਪਹੁੰਚ ਸਕਦੇ ਅਗੋਚਰ ਜੋ ਇੰਦਰੀਆਂ ਕਰਕੇ ਵਾਹਿਗੁਰੂ ਅਗੋਚਰ ਹੈ ਸਾਡੇ ਇੰਦਰੀਆਂ ਦਾ ਵਿਸ਼ਾ ਨਹੀਂ ਤੇ ਗਤ ਗੰਭੀਰ ਜੀ ਦੀ ਗਤੀ ਅਵਸਥਾ ਬਹੁਤ ਗੰਭੀਰ ਡੂੰਘੀ ਹੈ ਸਤਿਗੁਰ ਪਰਚਾਇਆ ਸਤਿਗੁਰ ਪਰਚਾਇਓ ਹੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਅਗਮ ਅਗੋਚਰ ਜੋ ਹਰੀ ਹੈ ਉਹਦੇ ਨਾਲ ਆਪ ਜੀ ਦਾ ਪਰਚਾਇਓ ਨਾਮ ਹੈ ਪਰਿਚੇ ਕਰਵਾ ਦਿੱਤਾ ਹੈ ਜਾਂ ਉਹਦੇ ਵਿੱਚ ਤੁਹਾਨੂੰ ਮਹਾਰਾਜ ਪਰਚਾਇਆ ਹੈ ਭਾਵ ਕਿ ਉਹਦੇ ਵਿੱਚ ਲੀਨ ਕਰ ਦਿੱਤਾ ਹੈ ਪਰਚਾਇਓ ਨਾਮ ਸਾਧ ਸੰਗਤ ਉਪਦੇਸ਼ ਦਾ ਵੀ ਹੈ ਵੀ ਉਸ ਹਰੀ ਦਾ ਜੋ ਸਤਿਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਉਪਦੇਸ਼ ਬਖਸ਼ਿਆ ਹੈ ਗੁਰ ਪਰਚੈ ਪਰਵਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਚੈ ਉਪਦੇਸ਼ ਦਾ ਸਦਕਾ ਪ੍ਰਵਾਨ ਹੋਇਓ ਆਪ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਗੁਰ ਪਰਚੈ ਪਰਵਾਨ ਗੁਰ ਪਰਚੈ ਪ੍ਰਵਾਨ ਸਤਿਗੁਰੂ ਰਾਮਦਾਸ ਜੀ ਦਾ ਜੋ ਭਜਨ ਸਿਮਰਨ ਰੂਪੀ ਪਰਚਾ ਹੈ ਨਾ ਪਰਚਾਵਾ ਉਪਦੇਸ਼ ਉਹਦੇ ਮਹਾਰਾਜ ਪ੍ਰਵਾਨ ਸਦਰਸੀ ਆਪ ਜੀ ਦਾ ਵੀ ਭਜਨ ਸਿਮਰ ਰੂਪੀ ਪਰਚਾ ਉਪਦੇਸ਼ ਹੈ ਭਾਵ ਚੌਥੇ ਸਤਿਗੁਰਾਂ ਦੇ ਤੋਲੀ ਆਪ ਜੀ ਦੀ ਸਿੱਖਿਆ ਹੈ ਰਾਜ ਮਹਿ ਜੋਗ ਕਮਾਇਆ ਰਾਜ ਮਹਿ ਜੋਗ ਕਮਾਇਓ ਕਮਾਇਓ ਪਾਠ ਏਦਾਂ ਹੀ ਉਚਾਰਨ ਕਰਨਾ ਆਪ ਜੀ ਨੇ ਰਾਜ ਦੇ ਮਹਿ ਵਿੱਚ ਹੀ ਰਹਿੰਦਿਆਂ ਹੋਇਆ ਜੋਗ ਨੂੰ ਕਮਾਇਓ ਕਮਾਉਣਾ ਕੀਤਾ ਰਾਜ ਤੋਂ ਭਾਵ ਵੀ ਗ੍ਰਿਸਥ ਪਰਿਵਾਰ ਵਿੱਚ ਰਹਿ ਕੇ ਆਪ ਜੀ ਨੇ ਮਹਾਰਾਜ ਜੀ ਉਹ ਜੀਵਾਂ ਦੀ ਕਲਿਆਣ ਕੀਤੀ ਹੈ ਪਰਮੇਸ਼ਰ ਦੇ ਨਾਲ ਨਿਰੰਕਾਰ ਦੇ ਨਾਲ ਜੁੜਨਾ ਕੀਤਾ ਏ ਧੰਨ ਧੰਨ ਗੁਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਮਨ ਕਰਕੇ ਵੀ ਮਹਾਰਾਜ ਬਾਣੀ ਕਰਕੇ ਵੀ ਧੰਨਤਾ ਦੇ ਯੋਗ ਹੋ ਧੰਨ ਧੰਨ ਗੁਰ ਧੰਨ ਮਨ ਬਾਣੀ ਸਰੀਰ ਕਰਕੇ ਆਪ ਸਤਿਕਾਰ ਯੋਗ ਹੋ ਅਭਾਰ ਸਾਰ ਸੋ ਭਾਰ ਭਰਾਇਆ ਸੁਭਰ ਸੁਭਰ ਭਰਾਇਆ ਅਭਾਰ ਸਾਰ ਜਿਹੜੇ ਅਭਾਰ ਤੋਂ ਭਾਵ ਹੈ ਅਭਾਰ ਇਹ ਵੀ ਐੜੇ ਤੇ ਥੋੜਾ ਰੋਕ ਕੇ ਅਭਾਰ ਸਾਰ ਸੁਭਰ ਭਰਾਇਓ ਇਹ ਵੀ ਉਚਾਰਨ ਧਿਆਨ ਰੱਖਣਾ ਭਰਾਇਓ ਮਹਾਰਾਜ ਸਾਹਿਬ ਆਪ ਜੀ ਨੇ ਜੋ ਸਿੱਖਾਂ ਦੇ ਅਭਾਰ ਭਰਨ ਤੋਂ ਰਹਿਤ ਖਾਲੀ ਹਿਰਦੇ ਸਨ ਉਹ ਹਿਰਦਿਆਂ ਰੂਪੀ ਸਰ ਸਰੋਵਰਾਂ ਨੂੰ ਸੁਭਰ ਹੁੰਦਾ ਵੀ ਲਬਾ ਲਬ ਲਬਾ ਲਬ ਮਹਾਰਾਜ ਸ਼ੁਭ ਗੁਣਾਂ ਦੇ ਨਾਲ ਵਾਹਿਗੁਰੂ ਦੇ ਪ੍ਰੇਮ ਜਲ ਨਾਮ ਜਲ ਦੇ ਨਾਲ ਭਰ ਦਿੱਤਾ ਏ ਗੁਰ ਗਮ ਪ੍ਰਮਾਣ ਅਜਰ ਜਰਿਓ ਗੁਰ ਗਮ ਪ੍ਰਮਾਣ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੀ ਗਿਆਨ ਦੀ ਗਮ ਗਮਤਾ ਸੀ ਭਾਵ ਜਿਵੇਂ ਉਹ ਰੱਬੀ ਪਹੁੰਚ ਵਾਲੇ ਸਨ ਪ੍ਰਮਾਣ ਉਹਨਾਂ ਦੇ ਪ੍ਰਮਾਣ ਸਦਰ ਸੀ ਮਹਾਰਾਜ ਸਾਹਿਬ ਆਪ ਗੁਰੂ ਅਰਜਨ ਦੇਵ ਜੀ ਗਮਤਾ ਵਾਲੇ ਉਹ ਭਾਵ ਗੁਰੂ ਰਾਮਦਾਸ ਸਾਹਿਬ ਵਾਂਗ ਹੀ ਆਪ ਦੀ ਰੱਬੀ ਪਹੁੰਚ ਹੈ ਅਜਾਰ ਜਰਿਓ ਅਜਾਰ ਵਸਤੂ ਜਿਹੜੀ ਹੈ ਨਾ ਮਹਾਰਾਜ ਉਹ ਅਜਾਰ ਜਰਨ ਤੋਂ ਰਹਿਤ ਆਤਮ ਵਸਤੂ ਨੂੰ ਆਪ ਜੀ ਨੇ ਜਰਨਾ ਕੀਤਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਤੁਲ ਅਵਸਥਾ ਹੋ ਜਾਣ ਕਰਕੇ ਵੀ ਆਪ ਜੀ ਨੇ ਨਾਮ ਰੂਪੀ ਵਸਤੂ ਨੂੰ ਸਹਾਰਿਆ ਹੈ ਆਪਣੇ ਅੰਦਰ ਵਸਾ ਕੇ ਰੱਖਿਆ ਏ ਸਾਰ ਸੰਤੋਖ ਸਮਾਇਆ ਆਪ ਜੀ ਸੰਤੋਖ ਦੇ ਸਾਰ ਸਰੋਵਰ ਤੇ ਸਮਾਇਓ ਆਪ ਜੀ ਦਾ ਜਸ ਸਾਰੀ ਦੁਨੀਆਂ 'ਚ ਸਮਾਇਆ ਹੋਇਆ ਹੈ ਸਾਰ ਸੰਤੋਖ ਸਮਾਇਓ ਜਾਂ ਹੇ ਪੰਜਵੇਂ ਪਾਤਸ਼ਾਹ ਆਪ ਜੀ ਸੰਤੋਖ ਆਦਿ ਗੁਣਾਂ ਦਾ ਜੋ ਸਾਰ ਸਰੋਵਰ ਹੈ ਹਰੀ ਮਹਾਰਾਜ
ਉਹਦੇ ਵਿੱਚ ਸਮਾਏ ਹੋਏ ਲੀਨ ਹੋ ਰਹੇ ਹੋ। ਗੁਰ ਅਰਜਨ ਕਲ ਉਚਰੈ, ਅਰਜੁਨ ਗੁਰ ਅਰਜੁਨ ਕਲ ਉਚਰੈ, ਕਲ ਦੇ ਭਾਰ ਪਾਉਣੇ ਨੇ ਕਿੰਨੀ ਅਰ ਆ ਗਿਆ, ਗੁਰ ਅਰਜੁਨ ਕਲ ਉਚਰੈ, ਕਲ ਜੋ ਅੱਧਾ ਜਈਆ ਹੈ, ਕੱਕਾ ਲੱਲੇ ਅਦਕ ਤੇ ਐੜਾ ਉੜੇ ਔਂਕੜ ਤੇ ਚੱਚਾ ਰਾਰੇ ਦਲਾਵਾਂ, ਕਲ ਉਚਰੈ ਇਵੇਂ ਪਾਠ ਹੈ ਪੂਰਾ, ਉੜਾ ਨਹੀਂ ਬੁਲਾਉਣਾ ਤੇ ਨਾ ਕਲ ਉਚਰੇ ਵੀ ਨਹੀਂ ਕਹਿਣਾ ਤੇ ਕਲ ਉਚਰੈ ਵੀ ਨਹੀਂ ਕਹਿਣਾ, ਏਦਾਂ ਪਾਠ ਹੈ। ਗੁਰ ਅਰਜੁਨ ਕਲ ਉਚਰੈ, ਕਲ ਭੱਟ ਜੀ ਉਚਾਰਨ ਕਰਦੇ ਨੇ, ਹੇ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਤੈ ਸਹਿਜ ਜੋਗ ਨਿਜ ਪਾਇਆ, ਆਪ ਜੀ ਨੇ ਮਹਾਰਾਜ ਨਿਜ ਆਪਣਾ ਜੋ ਸਹਿਜ ਗਿਆਨ ਪ੍ਰਕਾਸ਼ ਰੂਪ ਹੈ, ਭਾਵ ਜੋ ਤੁਸੀਂ ਆਪਣਾ ਸਵੈ ਸਰੂਪ ਹੈ ਉਹਦੇ ਵਿੱਚ ਜੋਗ ਜੁੜਨਾ ਪਾਇਓ ਪਾਉਣਾ ਕੀਤਾ ਹੈ, ਜਾਂ ਤੈ ਸਹਿਜ ਜੋਗ ਨਿਜ ਪਾਏ ਆਓ, ਆਪ ਜੀ ਨੇ ਮਹਾਰਾਜ ਸਾਹਿਬ ਜੀ ਨਿਜ ਆਪਣੇ ਸਵੈ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਸਹਿਜ ਗਿਆਨ ਯੋਗ ਹੈ ਉਹ ਪਾਉਣਾ ਕੀਤਾ ਹੈ, ਭਾਵ ਆਤਮਕ ਅਡੋਲਤਾ ਵਿੱਚ ਟਿਕ ਕੇ ਮਹਾਰਾਜ ਆਪਣੇ ਸਵੈ ਸਰੂਪ ਹਰੀ ਦੇ ਨਾਲ ਜੁੜਨਾ ਮਿਲਾਪ ਪਾਇਆ ਏ। ਅਮਿਓ ਰਸਨਾ ਬਦਨ ਬਰਦਾਤ, ਅਮਿਓ ਰਸਨਾ, ਸਤਿਗੁਰੂ ਜੀ ਆਪ ਜੀ ਨਾਮ ਅਮਿਓ ਅੰਮ੍ਰਿਤ ਨੂੰ ਰਸਨਾ ਜ਼ੁਬਾਨ ਦੇ ਨਾਲ ਉਚਾਰਨ ਕਰਦੇ ਵਰਸਾਉਂਦੇ ਹੋ, ਬਦਨ ਬਰਦਾਤ ਤੇ ਬਦਨ ਮੁਖ ਦੁਆਰਾ ਵੀ ਸਿੱਖਾਂ ਨੂੰ ਬ੍ਰਹਮ ਗਿਆਨ ਦੀਆਂ ਮਹਾਰਾਜ ਬਰ ਵਰਦਾਨ ਦਾਤਾਂ ਦੇਣ ਵਾਲੇ ਹੋ। ਅਲਖ ਅਪਾਰ ਬਰ ਦਾਤ, ਬਾਰ ਤੇ ਦਾਤ ਵੀ ਵੱਖਰਾ ਹੀ ਪਾਠ ਹੈ, ਵੀ ਮਹਾਰਾਜ ਸਾਹਿਬ ਜੀ ਅਮਿਓ ਰਸਨਾ ਅੰਮ੍ਰਿਤ ਰਸਨਾ ਵਾਹਿਗੁਰੂ ਅੰਮ੍ਰਿਤ ਨਾਮ ਰਸਨਾ ਦੁਆਰਾ ਉਚਾਰਨ ਕਰਦੇ ਹੋ ਤੇ ਆਪਣੇ ਬਦਨ ਮੁਖ ਦੁਆਰਾ ਬਰ ਦਾਤ ਸਿੱਖਾਂ ਨੂੰ ਬਾਰ ਵਰਦਾਨ ਦੀਆਂ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਦੇ ਹੋ। ਅਲਖ ਅਪਾਰ ਗੁਰ ਸੂਰ, ਅਲਖ ਅਲਖ ਅਪਾਰ ਗੁਰ ਸੂਰ, ਫਿਰ ਮਹਾਰਾਜ ਸਾਹਿਬ ਜੀ ਆਪ ਅਲਖ ਲਖਣ ਤੋਂ ਰਹਿਤ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਤੇ ਸੂਰ ਗੁਰ ਸੂਰ ਸੂਰਬੀਰ ਗੁਰੂ ਸਾਹਿਬ ਜੀ ਉਹ ਆਪ ਸ਼ਬਦ ਹੋ ਮੈਂ ਨਿਵਾਰਿਆ, ਸ਼ਬਦ ਹੋ ਮੈਂ ਨਿਵਾਰਿਆ, ਜਈਆ ਜਿਹੜਾ ਹੈ ਇਹ ਐੜੇ ਦਾ ਰੂਪ ਹੋਏਗਾ, ਨਿਵਾਰਿਆ ਪਿੱਛੇ ਜਿਵੇਂ ਆਇਆ ਹੈ, ਤੇ ਫਿਰ ਮਹਾਰਾਜ ਆਪ ਜੀ ਨੇ ਨਾਮ ਬਾਣੀ ਦਾ ਜੋ ਸ਼ਬਦ ਉਪਦੇਸ਼ ਦੇ ਕਰਕੇ ਆਪਣੇ ਸਿੱਖਾਂ ਦੇ ਅੰਦਰੋਂ ਹਉਮੈ ਹੰਗਤਾ ਨੂੰ ਨਿਵਰਤ ਕਰਤਾ ਮੇਟ ਦੇਣਾ ਕੀਤਾ ਏ। ਪੰਚਾਹਰੁਨ ਦਲਿਓ, ਪੰਚਾਹਰੁਨ ਦਲਿਓ ਇਹ ਪਾਠ ਮੁੱਖ ਹੈ, ਪੰਚਾਹਰੁਨ ਦਲਿਓ, ਪੰਚਾਹਰੁਨ ਤੋਂ ਭਾਵ ਜੋ ਪੰਜੇ ਦੇ ਨਾਲ ਹਰ ਦੇਵੇ ਭਾਵ ਸ਼ੇਰ, ਦਲਿਓ ਦੂਸਰਾ ਪਾਠ ਵੀ ਆਉਂਦਾ ਹੈ, ਜਿਵੇਂ ਕਹਿੰਦੇ ਨੇ ਪੰਚਾਹਰ ਨੇ ਦਲਿਓ ਇਹ ਦੂਸਰਾ ਪਾਠ ਹੈ, ਪਰ ਮੁੱਖ ਪਾਠ ਹੈ ਪੰਚਾਹਰਨ ਦਲਿਓ। ਇਹ ਸਤਿਗੁਰੂ ਜੀ ਆਪ ਜੀ ਨੇ ਜੋ ਹੰਕਾਰ ਰੂਪੀ ਪੰਚਾਹਰਨ ਸ਼ੇਰ ਹੈ ਨਾ, ਹੰਕਾਰ ਰੂਪੀ ਸ਼ੇਰ ਉਹਨੂੰ ਦਲਿਓ ਦਲ ਦਿੱਤਾ ਹੈ, ਮਸਲ ਕੇ ਰੱਖਦਾ ਭਾਵ ਕਿ ਸਿੱਖਾਂ ਅੰਦਰੋਂ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੱਤਾ ਹੈ। ਸੁਨ ਸਹਿਜ ਨਿਜ ਕਰ, ਦੂਜੇ ਪਾਠ ਦਾ ਵੀ ਅਰਥ ਜਾਣ ਲਓ, ਪੰਚਾਹਰ ਨੇ ਦਲਿਓ ਤੇ ਮਹਾਰਾਜ ਸਾਹਿਬ ਜੋ ਆਪ ਜੀ ਨੇ ਗੁਰੂ ਅਰਜਨ ਦੇਵ ਜੀ ਪੰਚਾਹਰ ਕਹਿੰਦੇ ਨੇ, ਪੰਜ ਪੰਜ ਕੀ ਹੈ, ਜੋ ਪੰਜੇ ਇੰਦਰੀਆਂ ਦੀ ਅਗਿਆਨਤਾ ਦਾ ਸਮੁਦਾਇ ਹੈ ਨਾ, ਜੋ ਪੰਜੇ ਵਿਕਾਰ ਹਨ ਵਿਸ਼ੇ ਹਨ
ਉਹਨੂੰ ਚੰਗੀ ਤਰ੍ਹਾਂ ਨਿਰ ਦਲਿਓ ਨਿਰ ਹੁੰਦਾ ਵਿਸ਼ੇਸ਼ ਕਰਕੇ ਦਲਿਓ ਦਲ ਦਿੱਤਾ ਹੈ ਅਗਿਆਨ ਆਦਿਕ ਦੇ ਨਾਲ ਆਉਣ ਵਾਲੇ ਜਿਹੜੇ ਔਗਣ ਨੇ ਸਾਰੇ ਖਤਮ ਕਰ ਦਿੱਤੇ ਹਨ। ਸੁਣ ਸਹਿਜ ਨਿਜ ਕਰ ਸਹਾਰਿਆ, ਸੁਣ ਜਿੱਥੇ ਵੀ ਪਾਠ ਆਵੇ ਸੁਣ ਕਹਿਣਾ ਹੈ, ਖਿੱਚ ਕੇ ਬੋਲਣਾ ਇਹ ਪਾਠ। ਸੁਣ ਸਹਿਜ ਨਿਜ ਕਰ ਸਹਾਰੇ ਆਓ, ਸਹਾਰਿਓ ਇੱਥੇ ਵੀ ਅੜੇ ਦਾ ਉਚਾਰਨ ਹੋਏਗਾ। ਅਤੇ ਫਿਰ ਮਹਾਰਾਜ ਸਾਹਿਬ ਜੀ ਆਪ ਜੀ ਨੇ ਸੁਣ ਜੋ ਅਫੁਰ ਰੂਪ ਅਤੇ ਸਹਿਜ ਜੋ ਗਿਆਨ ਸਰੂਪ ਪਰਮੇਸ਼ੁਰ ਹੈ ਨਿੱਜ ਘਰ ਸਹਾਰਿਓ, ਉਹਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਸਹਾਰਿਓ ਕੀ ਸਹਾਰਿਆ ਹੈ, ਅੰਦਰ ਧਾਰਨ ਕੀਤਾ ਭਾਵ ਕੇ ਪਰਮੇਸ਼ੁਰ ਨੂੰ ਅੰਦਰ ਪਾ ਲਿਆ ਹੈ ਆਪ ਜੀ ਨੇ। ਹਰ ਨਾਮ ਲਾਗ ਜਗ ਉਦਰਿਆ, ਹਰ ਨਾਮ ਲਾਗ ਸਤਿਗੁਰੂ ਅਰਜਨ ਦੇਵ ਜੀ ਆਪ ਜੀ ਨੇ ਹਰੀ ਪਰਮੇਸ਼ੁਰ ਦੇ ਨਾਮ ਦੇ ਵਿੱਚ ਲਾਗ ਲਗਾ ਕਰਕੇ ਜਗ ਉਦਰਿਓ, ਸਾਰੇ ਜਗਤ ਨੂੰ ਉਧਾਰਿਆ ਪਾਰ ਕਰ ਦਿੱਤਾ ਹੈ। ਸਤਿਗੁਰ ਹਿਰਦੈ ਵਸਾਇਆ, ਆਪ ਜੀ ਨੇ ਸਤਿਗੁਰੂ ਰਾਮਦਾਸ ਜੀ ਦਾ ਜੋ ਉਪਦੇਸ਼ ਮਿਲਿਆ ਸੀ ਉਹਨੂੰ ਆਪਣੇ ਹਿਰਦੈ ਹਿਰਦੇ ਦੇ ਵਿੱਚ ਵਸਾਇਓ ਵਸਾਉਣਾ ਕੀਤਾ ਹੈ। ਜਾਂ ਮਹਾਰਾਜ ਆਪ ਜੀ ਨੇ ਸਿੱਖਾਂ ਦੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਉਹ ਪਹਿਲੇ ਪਾਤਸ਼ਾਹ ਦਾ ਉਪਦੇਸ਼ ਵਸਾ ਦਿੱਤਾ ਹੈ। ਗੁਰ ਅਰਜੁਨ ਕਲ ਉਚਰੈ, ਕਲ ਉਚਰੈ ਕਲ ਭੱਟ ਜੀ ਉਚਾਰਨ ਕਰਦੇ ਨੇ ਵੀ ਹੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੈ ਜਨ ਕਹਿ ਕਲਸ ਦੀ ਪਾਇਆ, ਤੈ ਜਨ ਕਹਿ ਕਲਸ ਦੀ ਪਾਏ ਆਓ, ਤੈ ਆਪ ਜੀ ਨੇ ਜੋ ਕਲਸ ਸ਼੍ਰੋਮਣੀ ਕਲਸ ਹੁੰਦਾ ਨਾ ਉੱਪਰ ਵੇਖਦੇ ਆਪਾਂ ਗੁੰਬਜ ਦੇ ਉੱਪਰ ਦੀ ਜਿਹੜੀ ਚੋਟੀ ਹੁੰਦੀ ਆ ਉੱਥੇ ਸੁਨਹਿਰੀ ਸਾਧ ਸੰਗਤ ਕਲਸ ਚਾੜਿਆ ਜਾਂਦਾ ਹੈ। ਅਤੇ ਇੱਥੇ ਮਹਾਰਾਜ ਸਾਹਿਬ ਜੀ ਨੇ ਕਲਸ ਤੋਂ ਭਾਵ ਲੈਣਾ ਉੱਚਾ ਸ਼੍ਰੋਮਣੀ, ਤੈ ਜਨਕ ਹੈ ਕਲਸ ਦੀ ਪਾਇਓ, ਆਪ ਜੀ ਨੇ ਸ਼੍ਰੋਮਣੀ ਮਹਾਰਾਜ ਜੋ ਜਨਕ ਹੈ ਕੀ ਹੈ ਗਿਆਨ, ਉਹ ਗਿਆਨ ਰੂਪੀ ਕਲਸ ਨੂੰ ਦੀ ਪਾਇਓ ਪ੍ਰਕਾਸ਼ਿਆ ਹੈ ਭਾਵ ਕੇ ਚਮਕਾਇਆ ਹੈ। ਜਿਵੇਂ ਸਾਧ ਸੰਗਤ ਦਰਬਾਰ ਦੇ ਉੱਪਰ ਗੁੰਬਜ ਦੇ ਕਲਸ ਲੱਗਾ ਅਤੇ ਜੰਗਾਲ ਜਾਵੇ ਉਹਨੂੰ ਸਾਫ਼ ਕਰੀਏ ਤਾਂ ਲਿਸ਼ਕਣ ਲੱਗ ਪੈਂਦਾ ਹੈ ਨਾ, ਇਵੇਂ ਮਹਾਰਾਜ ਜੀ ਜੋ ਬ੍ਰਹਮ ਦਾ ਗਿਆਨ ਹੈ ਇਹ ਜੋ ਬ੍ਰਹਮ ਗਿਆਨ ਮਾਨੋ ਵੀ ਇਹ ਕਲਸ ਹੈ ਸ਼੍ਰੋਮਣੀ ਬ੍ਰਹਮ ਗਿਆਨ, ਇਹ ਦੀ ਪਾਇਓ ਪ੍ਰਕਾਸ਼ਿਆ ਭਾਵ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਆਪ ਜੀ ਨੇ ਮਹਾਰਾਜ ਗਿਆਨ ਚਮਕਾ ਦਿੱਤਾ ਹੈ, ਬ੍ਰਹਮ ਦਾ ਗਿਆਨ ਜੀਵਾਂ ਦੀ ਕਲਿਆਣ ਹਿਤ ਪ੍ਰਗਟ ਕਰ ਦਿੱਤਾ ਨਾਮ ਸੂਰਜ ਦੁਆਰਾ। ਗੁਰ ਅਰਜੁਨ ਸੋਰਠੇ, ਗੁਰ ਅਰਜੁਨ ਪੁਰਖ ਪਰਮਾਨ, ਸੋਰਠੇ ਤਿੰਨ ਸਵਈਏ ਸੋਰਠੇ ਦੀ ਚਾਲ ਦੇ ਵਿੱਚ ਕਲ ਭੱਟ ਜੀ ਉਚਾਰਨ ਕਰਦੇ ਨੇ, ਇਹਦੇ ਵਿੱਚ ਸੂਰਮਤਾਈ ਦੀ ਤੁਲਨਾ ਦਿੰਦੇ ਨੇ। ਗੁਰ ਅਰਜੁਨ ਪੁਰਖ ਪਰਮਾਨ ਕਹਿੰਦੇ ਵੀ ਜੋ ਹੇ ਗੁਰੂ ਅਰਜਨ ਦੇਵ ਜੀ ਆਪ ਪੁਰਖ ਪਾਂਡਵਾਂ ਦਾ ਜੋ ਪੁਰਖ ਨਰ ਅਵਤਾਰ ਅਰਜਨ ਹੈ ਪ੍ਰਮਾਣ, ਉਸ ਦੇ ਪ੍ਰਮਾਣ ਸਦਰਸ਼ ਹੋ। ਇੱਥੇ ਸਾਧ ਸੰਗਤ ਤੋਂ ਸਾਰਾ ਰੂਪ ਨਹੀਂ ਹੁੰਦਾ, ਜਦੋਂ ਕੋਈ ਕਿਸੇ ਪ੍ਰਕਾਰ ਨਾਲ ਉਦਾਹਰਣ ਦਿੱਤੀ ਜਾਂਦੀ ਹੈ ਜਾਂ ਕਿਸੇ ਨਾਲ ਬਰਾਬਰਤਾ, ਉਹ ਇੱਕ ਅੰਗੀ ਦ੍ਰਿਸ਼ਟਾਂਤ ਹੁੰਦਾ। ਇੱਕ ਅੰਗੀ ਇਹ ਹੈ ਵੀ ਜਿਵੇਂ ਅਰਜੁਨ ਜੰਗ ਦੇ ਵਿੱਚ ਬੜਾ ਸੂਰਮਾ ਸੀ, ਉਹ ਪ੍ਰਮਾਣ ਦਿੰਦੇ ਨੇ ਵੀ ਹੇ ਗੁਰੂ ਅਰਜਨ ਦੇਵ ਜੀ ਜੋ ਪੁਰਖ ਨਰ ਅਵਤਾਰ ਅਰਜਨ ਹੈ ਪਾਂਡਵਾਂ ਦਾ, ਉਹਦੇ ਹੀ ਪ੍ਰਮਾਣ ਸਦਰਸ ਹੋ। ਪਾਰਥ ਚਾਲੈ ਨਹੀਂ, ਜਿਵੇਂ ਪਾਰਥੋ ਕਹਿੰਦੇ ਨੇ ਅਰਜਨ ਨੂੰ, ਅਰਜਨ ਮਹਾਂਭਾਰਤ ਦੇ ਯੁੱਧ ਵਿੱਚੋਂ ਚਾਲੈ ਚਲਾਏਮਾਨ ਨਹੀਂ ਸੀ ਨਾ ਮਹਾਰਾਜ ਹੁੰਦਾ, ਜਿਵੇਂ ਚਲਾਏਮਾਨ ਨਹੀਂ ਸੀ ਹੋਇਆ ਤੇਵੇਂ ਹੇ ਗੁਰੂ ਅਰਜਨ ਦੇਵ ਜੀ ਆਪ ਕਾਮ ਆਦਿਕ ਵੈਰੀਆਂ ਨਾਲ ਯੁੱਧ ਕਰਦੇ
ਚਲਾਏ ਮਾਣ ਨਹੀਂ ਹੋਏ ਨਹੀਂ ਹੁੰਦੇ। ਇੱਕ ਤਾਂ ਇਹ ਭਾਵ ਲੈਂਦੇ ਨੇ, ਦੂਜਾ ਗੁਰ ਅਰਜੁਨ ਪੁਰਖ ਪ੍ਰਮਾਣ। ਹੇ ਗੁਰੂ ਅਰਜਨ ਦੇਵ ਮਹਾਰਾਜ, ਜੋ ਪੁਰਖ ਅਕਾਲ ਪੁਰਖ ਹੈ, ਤੁਸੀਂ ਉਸਦਾ ਹੀ ਪ੍ਰਮਾਣ, ਉਸਦਾ ਹੀ ਸਰੂਪ ਹੋ, ਭਾਵ ਪ੍ਰਮਾਣਿਕ ਪੁਰਖ ਹੋ ਰੱਬ ਵੱਲੋਂ। ਪਾਰਥੋ ਚਾਲੈ ਨਹੀਂ। ਪਾਰਥੋ ਸਾਧ ਸੰਗਤ ਅਰਜਨ, ਜੋ ਤੀਰ ਅੰਦਾਜ਼ੀ ਚ ਬੜਾ ਪ੍ਰਸਿੱਧ ਕੁੰਤੀ ਦਾ ਪੁੱਤਰ ਸੀ ਨਾ, ਜੋ ਜੰਗ ਦੇ ਵਿੱਚ ਚੱਲਦਾ ਨਹੀਂ ਸੀ, ਹਿਲਦਾ ਨਹੀਂ ਸੀ ਕਿਸੇ ਪਾਸੋਂ, ਮਹਾਰਾਜ ਉਹਦੇ ਵਾਂਗ ਆਪ ਅਚਲ ਹੋ, ਆਪ ਜੀ ਅਸੁਰੀ ਸੰਪਦਾ ਨਾਲ ਯੁੱਧ ਕਰਦੇ ਹੋਏ ਚਲਾਏ ਮਾਣ ਨਹੀਂ ਹੁੰਦੇ। ਤੇ ਇਹਦਾ ਇੱਕ ਇਹ ਉਦਾਹਰਣ ਦਿੱਤੀ ਹੈ। ਜਾਂ ਦੂਜਾ ਇੱਦਾਂ ਵੀ ਲੈਂਦੇ ਨੇ, ਪਾਰਥੋ ਚੱਲ ਹੈ ਮਹਾਰਾਜ, ਪਾਰਥੋ ਜਿਹੜਾ ਹੈ ਨਾ ਅਰਜਨ, ਉਹ ਵੀ ਚੱਲ ਹੈ, ਚਲਾਏ ਮਾਣ ਹੋ ਗਿਆ। ਜਿੰਨਾ ਚਿਰ ਤਾਂ ਕ੍ਰਿਸ਼ਨ ਜੀ ਦੀ ਸ਼ਕਤੀ ਉਹਦੇ ਪਿੱਛੇ ਰਹੀ, ਉਹਨਾਂ ਚਿਰ ਤਾਂ ਉਹ ਜੰਗ ਵਿੱਚ ਅੜਿਆ ਰਿਹਾ, ਪਰ ਕ੍ਰਿਸ਼ਨ ਜੀ ਤੋਂ ਬਾਅਦ ਉਹ ਵੀ ਭੀਲਾਂ ਦੇ ਕੋਲੋਂ ਹਾਰ ਗਿਆ ਸੀ। ਪਰ ਮਹਾਰਾਜ ਚੱਲ ਹੈ ਨਹੀਂ, ਤੁਸੀਂ ਮਹਾਰਾਜ ਚਲਾਏ ਮਾਣ ਨਹੀਂ ਹੁੰਦੇ। ਅਰਜਨ ਭਾਵੇਂ ਚਲਾਏ ਮਾਣ ਵੀ ਹੋ ਗਿਆ, ਤੱਤੀ ਲੋਹ ਤੇ ਜਿਵੇਂ ਸਾਧ ਸੰਗਤ ਮਹਾਰਾਜ ਨੇ ਬਾਅਦ ਚੌਂਕੜੇ ਮਾਰੇ, ਸ਼ਾਂਤੀ ਦੇ ਵਿੱਚ ਧੀਰਜ ਦੇ ਵਿੱਚ ਰਹਿਣ ਵਾਲੇ, ਸਦਾ ਅਡੋਲਤਾ, ਹਰ ਇੱਕ ਦੇ ਬਚਨਾਂ ਨੂੰ ਸਹਾਰਨ ਵਾਲੇ, ਮਹਾਰਾਜ ਤੁਸੀਂ ਮੋਹ ਆਗਤ ਦੇ ਵਿੱਚ ਚਲਾਏ ਮਾਣ ਨਹੀਂ ਹੁੰਦੇ, ਮੋਹ ਆਗਤ ਤੋਂ ਰਹਿਤ ਹੋ। ਅਰਜਨ ਮੋਹ ਆਗਤ ਵਿੱਚ ਆ ਕੇ ਜੰਗ ਚੋਂ ਚਲਾਏ ਮਾਣ ਹੋ ਗਿਆ ਸੀ ਵੀ ਮੈਂ ਜੰਗ ਨਹੀਂ ਕਰਨਾ, ਪਰ ਤੁਸੀਂ ਮੋਹ ਵਿੱਚ ਵੀ ਚਲਾਏ ਮਾਣ ਨਹੀਂ ਹੁੰਦੇ। ਇਹ ਦੋਵੇਂ ਭਾਵ ਜਾਣ ਲੈਣੇ। ਨੇਜਾ ਨਾਮ ਨਿਸ਼ਾਨ। ਨੇਜਾ ਨਾਮ ਨਿਸ਼ਾਨ, ਤੇ ਆਪ ਜੀ ਨੇ ਨਾਮ ਰੂਪੀ ਜਿਹੜਾ ਨੇਜਾ ਹੈ ਉਹ ਮਹਾਰਾਜ ਨਿਸ਼ਾਨ ਸਾਹਿਬ ਬਣਾਇਆ ਹੈ। ਨਿਸ਼ਾਨ ਸਾਧ ਸੰਗਤ ਜੋ ਵਰਸ਼ਾ ਹੋਵੇ ਉਹਦੇ ਦੇ ਕੱਪੜਾ ਚੁਲਾ ਦੀਏ ਤੇ ਉਹ ਫਿਰ ਨੇਜੇ ਤੋਂ ਨਿਸ਼ਾਨ ਸਾਹਿਬ ਬਣ ਜਾਂਦਾ ਹੈ ਨਾ। ਇਵੇਂ ਮਹਾਰਾਜ ਜੀ ਨੇਜਾ ਨਾਮ, ਨਾਮ ਰੂਪੀ ਆਪ ਜੀ ਦੇ ਪਾਸ ਨੇਜਾ ਹੈ, ਅਤੇ ਪ੍ਰੇਮ ਰੂਪੀ ਵਸਤਰ ਉਹਦੇ ਉੱਪਰ ਚੁਲਾ ਕੇ ਉਹਨੂੰ ਨਿਸ਼ਾਨ ਸਾਹਿਬ ਬਣਾਇਆ ਹੋਇਆ, ਜੋ ਆਪ ਜੀ ਨੇ ਪਕੜਿਆ ਹੋਇਆ ਇਹ ਨੇਜਾ। ਸਤਿਗੁਰ ਨੇਜਾ ਨਾਮ ਨਿਸ਼ਾਨ। ਨਿਸ਼ਾਨ ਇਹੀ ਧਿਆਨ ਰੱਖਣਾ, ਨਿਸ਼ਾਨ ਤੇ ਨਿਸ਼ਾਨ ਬਿਹਾਰੀ, ਨੇਜਾ ਨਾਮ ਨਿਸ਼ਾਨ। ਹੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਨਾਮ ਰੂਪੀ ਜਿਹੜਾ ਨੇਜਾ ਹੈ ਵਰਸ਼ਾ, ਜਿਵੇਂ ਜੰਗ ਦੇ ਵਿੱਚ ਉਹਨੇ ਤੀਰ ਪਕੜੇ ਸਨ, ਆਪ ਜੀ ਨੇ ਨਾਮ ਰੂਪੀ ਨਿਸ਼ਾਨ ਹੀ ਪ੍ਰਗਟ ਹੀ ਨੇਜਾ ਵਰਸ਼ਾ ਪਕੜਿਆ ਹੋਇਆ ਏ। ਸਤਿਗੁਰ ਸ਼ਬਦ ਸਵਾਰਿਆ। ਜਿਵੇਂ ਨੇਜੇ ਨੂੰ ਸਵਾਰਿਆ ਜਾਂਦਾ ਹੈ ਨਾ, ਇਵੇਂ ਜੋ ਸਤਿਗੁਰਾਂ ਦਾ ਸ਼ਬਦ ਉਪਦੇਸ਼ ਹੈ ਗੁਰੂ ਰਾਮਦਾਸ ਜੀ ਦਾ, ਉਹ ਸਿੱਖਿਆ ਰੂਪੀ ਸਾਣ ਦੇ ਉੱਤੇ ਲਾ ਕੇ ਆਪ ਜੀ ਨੇ ਇਹ ਸਵਾਰਨਾ ਕੀਤਾ ਹੈ, ਭਾਵ ਤਿੱਖਾ ਕੀਤਾ ਹੈ, ਜਿਹਦੇ ਨਾਲ ਗੁਰਸਿੱਖਾਂ ਦੀ ਕਲਿਆਣ ਹੋਵੇ। ਜਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਉਪਦੇਸ਼ ਨੇ ਆਪ ਜੀ ਦੇ ਜੀਵਨ ਨੂੰ ਸਵਾਰਿਆ ਹੈ। ਭਵਜਲ ਸਾਇਰ ਸੇਤ। ਭਵਜਲ ਸਾਇਰ ਸੇਤ, ਜਿਵੇਂ ਸਾਇਰ ਸਮੁੰਦਰ ਤੋਂ ਤਰਨ ਲਈ ਜਹਾਜ਼ ਹੁੰਦਾ, ਇਵੇਂ ਹੈ ਗੁਰੂ ਅਰਜਨ ਦੇਵ ਮਹਾਰਾਜ ਜੋ ਭਵਜਲ, ਭਾਵ ਜੰਮਣ ਮਰਨ ਦੇ ਭੈ ਰੂਪੀ ਜਲ ਪਾਣੀ ਨਾਲ ਭਰਿਆ ਹੋਇਆ ਸਾਇਰ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਸੇਤ ਪਾਰ ਕਰਨ ਵਾਸਤੇ ਸੰਸਾਰੀ ਜੀਵਾਂ ਨੂੰ ਨਾਮ ਰੂਪੀ ਮਹਾਰਾਜ ਪੁੱਲ ਬੰਨਿਆ ਹੈ ਆਪ ਜੀ ਨੇ। ਨਾਮ ਹਰੀ ਕਾ ਬੋਹਿ ਥਾ। ਸਭ ਸੰਗਤ ਕਈ ਥਾਵਾਂ ਦੇ ਪੁੱਲ ਤੋਂ ਪਾਰ ਹੋ ਜਾਈਦਾ, ਕਈ ਥਾਂ ਦੇ ਜਿੱਥੇ ਪੁੱਲ ਨਾ ਹੋਵੇ ਉੱਥੇ ਫਿਰ ਜਹਾਜ਼ ਦੀ ਲੋੜ ਪੈਂਦੀ ਹੈ। ਤੇ ਇਵੇਂ ਨਾਮ ਹਰੀ ਕਾ ਬੋਹੇ ਥਾ, ਆਪ ਜੀ ਦੇ ਕੋਲ ਮਹਾਰਾਜ ਪਰਮੇਸ਼ਰ ਦਾ ਨਾਮ ਰੂਪੀ ਜਹਾਜ਼ ਹੈ। ਜਾਂ ਭਵਜਲ ਸਾਇਰ ਸੇਤ,
ਮਹਾਰਾਜ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਗੁਰਬਾਣੀ ਦਾ ਆਪ ਜੀ ਨੇ ਪੁੱਲ ਬੰਨਿਆ ਹੈ। ਹਰੀ ਦੇ ਨਾਮ ਦਾ ਆਪ ਜੀ ਦੇ ਪਾਸ ਜਹਾਜ਼ ਹੈ ਜਿੱਥੇ ਚੜ੍ਹਾ ਕੇ ਸਿੱਖ ਸੰਗਤਾਂ ਨੂੰ ਪਾਰ ਕਰਦੇ ਹੋ। ਦੋ ਸਤ ਗੁਰ ਸੰਹੇਤ ਨਾਮ, ਸੰਹੇਤ ਦੀ ਵਿਸ਼ਰਾਮ ਹੈ। ਤੋ ਸਤਿਗੁਰ ਸੰਹੇਤ, ਇਕੱਠਾ ਹੀ ਪਾਠ ਕਰਨਾ ਸੰਹੇਤ। ਤੋ ਸਤਿਗੁਰ ਸੰਹੇਤ, ਹੇ ਗੁਰੂ ਅਰਜਨ ਦੇਵ ਜੀ, ਤੋ ਆਪ ਜੀ ਦਾ ਸਤਿਗੁਰੂ ਸੱਚੇ ਗੁਰੂ ਰਾਮਦਾਸ ਜੀ ਦੇ ਨਾਲ ਸੰਗ ਭਲੀ ਪ੍ਰਕਾਰ ਹੇਤ ਹਿਤ ਪ੍ਰੇਮ ਹੈ, ਜਾਂ ਆਪ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਗੁਰੂ ਸਾਹਿਬ ਜੀ ਦੀ ਸਿੱਖਿਆ ਨਾਲ ਬਹੁਤਾ ਹੀ ਹਿੱਤ ਪ੍ਰੇਮ ਲੱਗਾ ਹੋਇਆ ਏ। ਲਾਗ ਜਗ ਨਾਮ, ਨਾਮ ਲਾਗ ਜਗ ਉਧਰਿਆ, ਉਹਦੇ ਆਪ ਜੀ ਨਾਮ ਵਿੱਚ ਲੱਗ ਲਗਾ ਕੇ ਸਾਰੇ ਜਗਤ ਨੂੰ ਉਧਰੇ ਉਹ ਤਾਰਨਾ ਕੀਤਾ ਹੈ। ਜਾਂ ਤੋ ਸਤਿਗੁਰ ਸੰਹੇਤ ਨਾ ਸੰਹੇਤ, ਤੋ ਸਤਿਗੁਰ ਸੰਹੇਤ, ਹੇ ਸਤਿਗੁਰੂ ਮਹਾਰਾਜ ਜਿਨ੍ਹਾਂ ਦਾ ਆਪ ਜੀ ਦੇ ਨਾਲ ਭਰੀ ਪ੍ਰਕਾਰ ਹਿੱਤ ਪ੍ਰੇਮ ਹੈ, ਪੰਜਵੇਂ ਪਾਤਸ਼ਾਹ ਨਾਮ ਲਾਗ ਜਗ ਉਧਰਿਆ, ਉਹ ਜਗਤ ਦੇ ਜੀਵ ਨਾਮ ਵਿੱਚ ਲਾਗ ਲੱਗ ਕੇ ਸੰਸਾਰ ਉਸ ਤੋਂ ਉਧਰੇ ਉਧਰ ਮੁਕਤ ਹੋ ਗਏ ਹਨ। ਉਧਰ ਆਓ ਰਾਰੇ ਦੇ ਚਰਨਾਂ 'ਚ ਜੋ ਜਈਆ ਹੈ, ਰਾਰੇ ਸਿਹਾਰੀ ਐੜਾ ਉੜੇ ਔਂਕੜ, ਉਧਰ ਆਓ ਇਹ ਧਿਆਨ ਰੱਖਣਾ। ਜਗਤ ਉਧਾਰਨ ਨਾਮ, ਪੰਜਵੇਂ ਪਾਤਸ਼ਾਹ ਜੀ ਜਗਤ ਤੋਂ ਸੰਸਾਰ ਤੋਂ ਪਾਰ ਕਰਨ ਵਾਲਾ ਜੋ ਅੰਮ੍ਰਿਤ ਨਾਮ ਹੈ, ਸਤਿਗੁਰ ਤੁਠੈ ਪਾਇਆ, ਉਹ ਆਪ ਜੀ ਨੇ ਸਤਿਗੁਰੂ ਰਾਮਦਾਸ ਜੀ ਦੀ ਪ੍ਰਸੰਨਤਾ ਕਰਕੇ ਪਾਉਣਾ ਕੀਤਾ, ਤੁਹਾਡੀ ਪ੍ਰਸੰਨਤਾ ਕਰਕੇ ਸਿੱਖਾਂ ਨੇ ਪਾਉਣਾ ਕੀਤਾ ਏ। ਅਬ ਨਾਹੇ ਅਵਰ ਸਰ ਕਾਮ, ਅਬ ਨਾਹੇ ਅਵਰ ਸਰ ਕਾਮ, ਅਵਰ ਹੋਰ ਕੋਈ ਵੀ ਮਹਾਰਾਜ ਕਿਸੇ ਦੇ ਸਰ ਤਾਈਂ ਕੰਮ ਨਹੀਂ ਰਿਹਾ, ਭਾਵ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਦੀ ਸਾਨੂੰ ਲੋੜ ਨਹੀਂ ਰਹੀ, ਸਾਰੇ ਹੀ ਕੰਮ ਸਵਰ ਗਏ ਹਨ। ਬਾਹਰ ਅੰਤਰ ਪੂਰੀ ਪੜੀ, ਪੂਰੀ ਵੀ ਪੋਲਾ ਪਾੜ ਹੈ ਤੇ ਪੜੀ ਵੀ ਪੋਲਾ ਵਿਚਾਰਨਾ, ਬਾਹਰ ਅੰਤਰ ਪੂਰੀ ਪੜੀ, ਕਿਉਂਕਿ ਮਹਾਰਾਜ ਜੀ ਉਹ ਬਾਹਰ ਸੰਸਾਰ ਦੇ ਵਿਹਾਰਾਂ ਵਿੱਚ ਅੰਤਰ ਹਿਰਦੇ ਦੇ ਸ਼ੁਭ ਗੁਣਾਂ ਦੀ ਪੂਰੀ ਪੂਰਤੀ ਦੀ ਪ੍ਰਾਪਤੀ ਪੈ ਗਈ ਹੈ। ਮਹਾਰਾਜ ਬਾਹਰ ਜਮਾਂ ਦੇ ਭੈ ਤੋਂ ਅਤੇ ਅੰਦਰ ਕਾਮ ਕ੍ਰੋਧ ਵਿਕਾਰਾਂ ਗਿਆਨ ਦੇ ਭੈ ਤੋਂ ਨਿਵਿਰਤੀ ਹੋਣ ਰੂਪੀ ਪੂਰੀ ਪੈ ਗਈ ਹੈ। ਅਬ ਨਾਹੇ ਅਵਰ ਸਰ ਕਾਮ, ਅਬ ਹੁਣ ਮਹਾਰਾਜ ਸਾਨੂੰ ਹੋਰ ਕਿਸੇ ਦੇ ਸਰ ਕਿਸੇ ਦੇ ਤਾਈਂ ਕੋਈ ਕੰਮ ਕੋਈ ਮੁਥਾਜਗੀ ਰਹਿ ਹੀ ਨਹੀਂ ਗਈ ਕਿਸੇ ਪ੍ਰਕਾਰ ਦੀ। ਬਾਹਰ ਅੰਤਰ ਪੂਰੀ ਪੜੀ, ਬਾਹਰ ਅੰਤਰ, ਬਾਹਰ ਨਾਮ ਹੈ ਦਰ ਦਾ, ਅੰਤਰ ਨਾਮ ਹੈ ਅੰਦਰ, ਆਪ ਜੀ ਦੇ ਦਰ ਦੇ ਅੰਦਰ ਆਉਣ ਨਾਲ ਸਾਧ ਸੰਗਤ ਵਿੱਚ ਆਉਣ ਨਾਲ ਪੂਰੀ ਪੜੀ ਪੂਰੀ ਸਫਲਤਾ ਮਿਲ ਗਈ ਹੈ। ਜੋਤ ਰੂਪ ਹਰ ਆਪ, ਜੋਤ ਰੂਪ ਹਰ ਆਪ, ਜੋਤੀ ਸਰੂਪ ਹਰੀ ਪਰਮੇਸ਼ਰ ਨੇ ਆਪ ਹੀ ਆਪਣਾ ਅਵਤਾਰ ਧਾਰ ਕੇ ਗੁਰੂ ਨਾਨਕ ਕਹਾਇਆ, ਸ੍ਰੀ ਗੁਰੂ ਨਾਨਕ ਸਤਿਗੁਰੂ ਕਹਾਉਣਾ ਕੀਤਾ। ਤਾਤੇ ਅੰਗਦ ਭਇਆ, ਤਾਤੇ ਅੰਗਦ ਭਇਆ, ਭਇਓ ਉਚਾਰਨ ਹੈ, ਉਸ ਗੁਰੂ ਨਾਨਕ ਦੇਵ ਸਾਹਿਬ ਦੀ ਸੇਵਾ ਤੋਂ ਗੁਰੂ ਅੰਗਦ ਦੇਵ ਸਾਹਿਬ ਗੁਰੂ ਰੂਪ ਪ੍ਰਗਟ ਹੋਏ। ਤਤ ਸਿਓ ਤਤ ਮਿਲਾਇਆ, ਜੋ ਪਾਣੀ ਨਾ ਪਾਣੀ ਮਿਲ ਜਾਂਦਾ, ਹਵਾ ਨਾ ਹਵਾ ਮਿਲ ਜਾਂਦੀ, ਅੱਗ ਨਾ ਅੱਗ ਮਿਲ ਜਾਂਦੀ ਹੈ, ਐਵੇਂ ਤਤ ਸਿਓ ਤਤ ਮਿਲਾਇਓ, ਤਤ ਰੂਪ ਗੁਰੂ ਅੰਗਦ ਦੇਵ ਜੀ ਨੂੰ ਤਤ ਸਰੂਪ ਬ੍ਰਹਮ ਦੇ ਨਾਲ ਮੇਲ ਕੇ ਏਕਤਾ ਕਰ ਦਿੱਤੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ।
ਪਾਪ ਤਤ ਸਰੂਪ ਗੁਰੂ ਨਾਨਕ ਦੇਵ ਜੀ ਦੀ ਜੋਤ ਨੇ ਤਤ ਸਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਜੋਤ ਵਿੱਚ ਪ੍ਰਵੇਸ਼ ਕੀਤਾ। ਅੰਗਦ ਕਿਰਪਾ ਧਾਰ ਇਹ ਗੁਰੂ ਸਾਹਿਬ ਜੀ, ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਅਮਰ ਸਤ ਗੁਰ ਥਿਰ ਕੀਆ, ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਜਗਤ ਦੇ ਤਾਰਨੇ ਵਾਸਤੇ ਗੁਰ ਗੱਦੀ ਤੇ ਸਿਰ ਅਸਥਿਤ ਕੀਤਾ ਹੈ। ਅਮਰਦਾਸ ਅੰਮ੍ਰਿਤ ਛਤਰ ਫਿਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਵਾਹਿਗੁਰੂ ਅਮਰਦਾਸ ਅੰਮ੍ਰਿਤ ਛਤਰ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਅੰਮ੍ਰਿਤ ਅਮਰ ਕਰਨ ਵਾਲਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਗਰਿਆਈ ਰੂਪੀ ਛਤਰ ਚੰਦੋਆ ਹੈ, ਗੁਰ ਰਾਮਹਿ ਦੀਆ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ ਦਿੱਤਾ। ਗੁਰ ਰਾਮਦਾਸ ਦਰਸ਼ਨ ਪਰਸ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਦਰਸ਼ਨ ਕਰਕੇ ਕਹਿ ਮਥੁਰਾ ਅੰਮ੍ਰਿਤ ਬੈਣ ਅੰਮ੍ਰਿਤ ਪਾਠ ਸ਼ੁੱਧ ਹੈ ਬੱਬੇ ਦੇ ਨਾਲ, ਜਿਵੇਂ ਡੂਮ ਭਾਸ਼ਾ ਦੇ ਵਿੱਚ ਸੱਜੇ ਬਲਵੰਡੇ ਜੀ ਦੀ ਵਾਰ ਦੇ ਵਿੱਚ ਉਹਨਾਂ ਨੇ ਆਪਣੀ ਬੋਲੀ ਦੇ ਸ਼ਬਦ ਆਏ ਨੇ, ਇਵੇਂ ਭੱਟਾਂ ਦੀ ਬੋਲੀ ਦੇ ਇੱਥੇ ਮਾਂ ਦੇ ਥਾਂ ਬਾ ਦੀ ਵਰਤੋਂ ਅਤੇ ਇੱਥੇ ਮੰਮੇ ਦੇ ਅੱਖਰ ਦੇ ਥਾਂ ਅੰਮ੍ਰਿਤ ਦੇ ਥਾਂ ਅੰਮ੍ਰਿਤ, ਇਹਨਾਂ ਨੇ ਭੱਟ ਬੋਲੀ ਦਾ ਸਤਿਕਾਰ ਕਰਕੇ ਮਹਾਰਾਜ ਨੇ ਲਿਖਤਾ। ਕਹੇ ਮਥੁਰਾ ਅੰਮ੍ਰਿਤ ਬੈਣ, ਬੱਬੇ ਨੂੰ ਦਲਾਵਾਂ ਦੇਣਾ ਬੈਣ ਇੱਦਾਂ ਉਚਾਰਨ ਹੈ, ਤੇ ਮਥੁਰਾ ਭੱਟ ਜੀ ਇਹ ਅੰਮ੍ਰਿਤ ਅੰਮ੍ਰਿਤ ਸਰੀਖੇ ਮਿੱਠੇ ਬੈਣ ਬਚਨ ਕਹਿੰਦੇ ਹਨ ਵੀ ਗੁਰੂ ਰਾਮਦਾਸ ਜੀ ਦਾ ਦਰਸ਼ਨ ਕਰਕੇ ਮੂਰਤ ਪੰਚ ਪ੍ਰਮਾਣ ਪੁਰਖ ਇਹ ਭੱਟੋ ਜਿਸ ਤਰ੍ਹਾਂ ਪਹਿਲੇ ਚਾਰ ਪਾਤਸ਼ਾਹ ਹੋਏ ਨੇ ਉਹਨਾਂ ਦੇ ਪ੍ਰਮਾਣ ਸਦਰਸ ਹੀ ਮੂਰਤ ਪੰਚ ਪੰਚ ਪੰਜਵੀਂ ਮੂਰਤ ਪੰਜਵੇਂ ਸਰੂਪ ਪੁਰਖ ਪਰਮੇਸ਼ਰ ਦਾ ਰੂਪ ਗੁਰੂ ਅਰਜਨ ਸਾਹਿਬ ਪ੍ਰਗਟ ਹੋਏ ਹਨ। ਗੁਰ ਅਰਜਨ ਪਿਖੋ ਨੈਣ ਉਸ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਆਪਣੇ ਨੈਣ ਨੇਤਰਾਂ ਨਾਲ ਪਿਖੋ ਵੇਖਣਾ ਕਰੋ, ਮਹਾਰਾਜ ਦੇ ਦਰਸ਼ਨ ਕਰੋ ਸਦਾ। ਸਤ ਰੂਪ ਸਤ ਨਾਮ ਇਹ ਸਤਿਗੁਰੂ ਆਪ ਜੀ ਨੇ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਸਤ ਨਾਮ ਸੱਚੇ ਨਾਮ ਨੂੰ ਜਪ ਕੇ ਨਾਮ ਅੰਮ੍ਰਿਤ ਦੁਆਰਾ ਸਤ ਸੰਤੋਖ ਧਰਿਓ ਔਰ ਸਤ ਪ੍ਰਤੱਗੀ ਹੋਣਾ ਜੀਵਨ ਸੰਤੋਖੀ ਹੋਣਾ ਇਹ ਸ਼ੁਭ ਗੁਣਾਂ ਨੂੰ ਧਰਿਓ ਔਰ ਹਿਰਦੇ ਚ ਧਰਿਓ ਧਾਰਿਆ ਵਸਾਇਆ ਹੈ, ਭਾਵ ਸਤ ਰੂਪ ਸਤ ਦਾ ਸਰੂਪ ਤੇ ਸਤ ਨਾਮ ਜੋ ਹੈ ਅਤੇ ਸਤ ਪ੍ਰਤੱਗੀ ਹੋਣਾ ਸੱਚ ਜੀਵਨ ਹੋਣਾ ਸੰਤੋਖੀ ਹੋਣਾ ਇਹ ਗੁਣਾਂ ਦੇ ਸਹਿਤ ਹਿਰਦੇ ਚ ਮਹਾਰਾਜ ਆਪ ਜੀ ਨੇ ਵਸਾਇਆ ਇਹ ਨਾਮ। ਆਦ ਪੁਰਖ ਪ੍ਰਤੱਖ ਆਦ ਪੁਰਖ ਪ੍ਰਤੱਖ ਗੁਰੂ ਸਾਹਿਬ ਜੋ ਆਦਿ ਪੁਰਖ ਪੂਰਨ ਤੇ ਪ੍ਰਤੱਖ ਜਾਹਰ ਸਰੂਪ ਪਰਮੇਸ਼ਰ ਹੈ। ਲਿਖਿਓ ਅਸ਼ਰ ਮਸਤਕ ਅਸ਼ਰ ਅਸ਼ਾਰ ਮਸਤਕ ਧੁਰ ਲਿਖਿਓ ਅਸ਼ਾਰ ਮਸਤਕ ਧੁਰ ਆਪਣੇ ਹੁਕਮ ਰੂਪੀ ਮਹਾਰਾਜ ਹੱਥਾਂ ਦੇ ਨਾਲ ਪੰਜਵੇਂ ਪਾਤਸ਼ਾਹ ਆਪ ਜੀ ਦੇ ਮਸਤਕ ਮੱਥੇ ਦੇ ਉੱਤੇ ਧੁਰ ਆਦਿ ਤੋਂ ਹੀ ਇਹ ਗੁਣ ਜਿਹੜੇ ਪਿੱਛੇ ਗਏ ਨੇ ਇਹਨਾਂ ਦੇ ਸਹਿਤ ਹੋਣ ਦਾ ਅਸ਼ਰ ਅੱਖਰ ਜਿਹੜਾ ਹੈ ਉਹ ਲਿਖਿਆ ਹੈ ਜਾਂ ਗੁਰੂ ਨਾਨਕ ਦੀ ਗੁਰਗੱਦੀ ਪ੍ਰਾਪਤੀ ਦਾ ਜਿਹੜਾ ਅਸ਼ਰ ਅੱਖਰ ਹੈ ਇਹ ਧੁਰੋਂ ਰੂਪ ਪਰਮੇਸ਼ਰ ਨੇ ਆਪ ਲਿਖਿਆ ਹੈ। ਪ੍ਰਗਟ ਜੋ ਆਦ ਪੁਰਖ ਪ੍ਰਤੱਖ ਇਹ ਪੰਜਵੇਂ ਪਾਤਸ਼ਾਹ ਆਪ ਜੀ ਪ੍ਰਤੱਖ ਉਸ ਅਨਾਦੀ ਦੇ ਪੁਰਖ ਪੂਰਨ ਪਰਮੇਸ਼ਰ ਦਾ ਸਰੂਪ ਹੋ। ਲਿਖਿਓ ਅਸ਼ਰ ਮਸਤਕ ਧੁਰ ਅਸ਼ਾਰ ਮਸਤਕ ਧੁਰ ਲਿਖਿਓ ਅਸ਼ਰ ਮਸਤਕ ਧੁਰ ਵੀ ਜਿਸ ਨੇ ਧੁਰੋਂ ਹੀ ਸਭ ਜੀਵਾਂ ਦੇ ਸਿਰ ਦੇ ਉੱਤੇ ਪ੍ਰਲਭ ਦੇ ਅੱਖਰ ਲਿਖੇ ਹਨ। ਅਸ਼ਰ ਖਿੱਚ ਕੇ ਬੋਲਣਾ ਹਾਂ ਠੀਕ ਹੈ।
ਪ੍ਰਗਟ ਜੋਤ ਜਗ ਮਗੈ, ਪ੍ਰਗਟ ਜੋਤ ਜਗ ਮਗੈ। ਸਤਿਗੁਰੂ ਜੀ ਆਪ ਦੇ ਅੰਦਰ ਪ੍ਰਗਟ ਪ੍ਰਤਾਖੀ ਪਰਮੇਸ਼ਰ ਦੀ ਜੋਤ ਜਗ ਮਗ ਰਹੀ, ਪ੍ਰਕਾਸ਼ ਰਹੀ ਹੈ। ਤੇਜ ਭੂ ਮੰਡਲ ਛਾਇਆ, ਆਪ ਜੀ ਦਾ ਤੇਜ ਪ੍ਰਤਾਪ ਸਾਰੀ ਮੰਡਲ ਗੋਲਾਕਾਰ ਭੂ ਪ੍ਰਥਵੀ ਵਿੱਚ ਛਾਇਓ ਫੈਲ ਰਿਹਾ ਏ। ਪਾਰਸ ਪਰਸ ਪਰਸ ਪਰਸ, ਹੇ ਗੁਰੂ ਸਾਹਿਬ ਜੀ ਜਿਵੇਂ ਗੁਰੂ ਨਾਨਕ ਦੇਵ ਪਾਰਸ ਨੂੰ ਸਪਰਸ਼ ਕਰਕੇ ਗੁਰੂ ਅੰਗਦ ਦੇਵ ਪਾਰਸ ਰੂਪ ਹੋਏ, ਗੁਰੂ ਅੰਗਦ ਦੇਵ ਪਾਰਸ ਰੂਪ ਨੂੰ ਪਰਸ ਕੇ ਗੁਰੂ ਅਮਰਦਾਸ ਸਾਹਿਬ ਪਾਰਸ ਰੂਪ ਹੋਏ, ਗੁਰੂ ਅਮਰਦਾਸ ਸਾਹਿਬ ਪਾਰਸ ਰੂਪ ਨੂੰ ਪਰਸ ਕੇ ਗੁਰੂ ਰਾਮਦਾਸ ਸਾਹਿਬ ਪਾਰਸ ਰੂਪ ਹੋਏ, ਅਤੇ ਗੁਰੂ ਰਾਮਦਾਸ ਸਾਹਿਬ ਪਾਰਸ ਰੂਪ ਨੂੰ ਪਰਸ ਕੇ ਆਪ ਵੀ ਪਾਰਸ ਰੂਪ ਹੋਏ ਹੋ। ਗੁਰ ਗੁਰੂ ਕਹਾਇਆ, ਤੇ ਗੁਰੂਆਂ ਦੇ ਗੁਰੂ ਆਪ ਜੀ ਨੇ ਕਹਾਇਓ ਅਖਵਾਉਣਾ ਕੀਤਾ ਹੈ ਪਾਰਸ। ਪਾਰਸ ਪਰਸ ਪਰਸ ਪਰਸ, ਪਾਰਸ ਪਰਸ ਪਰਸ ਪਰਸ, ਇਵੇਂ ਦੋ ਦੋ ਤੇ ਜਮਕੀ ਵਿਸ਼ਰਾਮ ਹੈ ਨਾਲ। ਵੀ ਪਰਸ ਕੀ ਹੈ? ਪਰਸਨੇ ਯੋਗ ਜੋ ਪਾਰਸ ਰੂਪ ਗੁਰੂ ਰਾਮਦਾਸ ਸਾਹਿਬ ਜੀ ਹਨ, ਉਹਨਾਂ ਦੇ ਚਰਨ ਕਮਲਾਂ ਨੂੰ ਪਰਸ ਪਰਸ ਕੇ ਭਾਵ ਨਿਤ ਸੇਵਾ ਕਰ ਕਰਕੇ। ਗੁਰ ਗੁਰੂ ਕਹਾਇਆ, ਆਪ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲੋਂ ਗੁਰੂ ਕਹਾਇਓ, ਗੁਰੂ ਅਖਵਾਉਣਾ ਕੀਤਾ, ਭਾਵ ਚੌਥੇ ਪਾਤਸ਼ਾਹ ਨੇ ਸੰਗਤ ਕਹਿਤਾ ਵੀ ਅੱਜ ਤੋਂ ਗੁਰੂ ਅਰਜਨ ਦੇਵ ਗੁਰੂ ਨਾਨਕ ਸਾਹਿਬ ਰੂਪ ਹਨ। ਭਨ ਮਥੁਰਾ ਮੂਰਤ ਸਦਾ ਥਿਰ, ਮਥੁਰਾ ਭੱਟ ਜੀ ਭਨ ਉਚਾਰਨ ਕਰਦੇ ਨੇ ਵੀ ਹੇ ਭੱਟੋ, ਮੂਰਤ ਸਦਾ ਥਿਰ, ਜੋ ਮੂਰ ਸਰੂਪ ਸ੍ਰੀ ਗੁਰੂ ਅਰਜਨ ਦੇਵ ਪਰਮੇਸ਼ਰ ਦਾ ਨੇ, ਉਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਸਦਾ ਹੀ ਥਿਰ, ਸਦਾ ਬਿਰਤੀ ਨੂੰ ਹਮੇਸ਼ਾ ਸਥਿਤ ਕਰਕੇ ਰੱਖੋ। ਲਾਏ ਚਿੱਤ ਸਨਮੁਖ ਰਹੋ, ਅਦੇ ਚਿੱਤ ਮਨ ਚਰਨਾਂ ਵਿੱਚ ਲਾ ਕੇ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਸਾਹਮਣੇ ਰਹੋ, ਰਹਿਣਾ ਕਰੋ, ਆਗਿਆ ਵਿੱਚ ਰਹੋ, ਜੋ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਦਾ ਸਰੂਪ ਨੇ। ਹੇ ਭੱਟ ਭੱਟ ਆਪਣੇ ਆਪ ਨੂੰ ਕਹਿੰਦੇ, ਹੇ ਮਨਾ ਜੋ ਪਰਮੇਸ਼ਰ ਦਾ ਸਰੂਪ ਹਨ, ਸਦਾ ਹੀ ਸਿਰ ਰੂਪ, ਉਹਨਾਂ ਦੇ ਅੱਗੇ ਖੜਾ ਰਹੋ ਸੇਵਾ 'ਚ, ਸਨਮੁਖ ਰਹਿ ਮਹਾਰਾਜ ਦੀ ਆਗਿਆ 'ਚ ਪਾਲਣਾ ਕਰ, ਸੇਵਾ ਕਰ ਮਹਾਰਾਜ ਦੇ ਬਚਨ ਮੰਨ ਕੇ। ਕਲਯੁਗ ਜਹਾਜ਼ ਅਰਜੁਨ ਗੁਰੂ, ਕਲਯੁਗ ਜਹਾਜ਼ ਅਰਜੁਨ ਗੁਰੂ, ਕਲਯੁਗ ਦਾ ਜੋ ਭਿਆਨਕ ਸਮਾਂ ਹੈ, ਇਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਜਹਾਜ਼ ਹਨ। ਗੁਰੂ ਗ੍ਰੰਥ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਰੂਪੀ ਬਾਣੀ ਦਾ ਜਹਾਜ਼ ਰਚਨਾ ਕੀਤਾ ਹੈ। ਸਗਲ ਸ੍ਰੇਸ਼ਟ ਲਗ ਬੇਤਰਹੋ, ਬੇਤਰਹੋ ਇਦਾਂ, ਸਗਲ ਸ੍ਰੇਸ਼ਟ ਲਗ ਬੇਤਰਹੋ, ਸਗਲ ਸ੍ਰੇਸ਼ਟ ਲਗ ਬੇਤਰਹੋ, ਤੇ ਸਗਲ ਸਾਰੀ ਸ੍ਰਿਸ਼ਟੀ ਜਿਹੜੀ ਹੈ, ਇਸ ਕਰਕੇ ਹੇ ਲੋਕੋ ਗੁਰੂ ਅਰਜਨ ਸਾਹਿਬ ਜੀ ਦੇ ਚਰਨੀ ਲੱਗ ਕੇ ਬੇਵਿਸ਼ੇਸ਼ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਕਰੋ, ਪਾਰ ਹੋ ਜਾਵੋ। ਤੇਹ ਜਨ ਜਾਚਹੁ ਜਗਤਰ ਪਰ ਜਾਨੀਅਤ, ਤੇਹ ਜਨ ਜਾਚਹੁ, ਹੇ ਭੱਟ ਜਨ ਉਸ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਜਾਚੋ, ਮੰਗਣਾ ਕਰੋ ਦਾਤਾ, ਜਗਤਰ ਪਰ ਜਾਨੀਅਤ, ਜੋ ਸਾਰੇ ਜਗਤਰ ਸੰਸਾਰ ਦੇ ਪਰ ਉੱਤੇ ਪਰਮੇਸ਼ਰ ਦਾ ਰੂਪ ਕਰਕੇ ਵੱਡਾ ਦਾਤਾ ਜਾਨੀਅਤ ਜਾਣੇ ਜਾਂਦੇ ਹਨ। ਬਾਸੁਰ ਰੈਣ ਬਾਸੁਰ ਰੈਨ ਬਾਸ, ਰਾਤ ਦਿਨ ਜਿਨ੍ਹਾਂ ਦਾ ਵਾਹਿਗੁਰੂ ਦੇ ਵਿੱਚ ਹੀ ਵਾਸਾ ਹੈ, ਮਾਲਕ ਵਿੱਚ ਹੀ ਲੀਨ ਰਹਿੰਦੇ ਹਨ। ਜਾ ਕੋ ਹਿਤ ਨਾਮ ਸਿਉ, ਜਿਸ ਗੁਰੂ ਅਰਜਨ ਦੇਵ ਜੀ ਦਾ ਵਾਹਿਗੁਰੂ ਦੇ ਨਾਮ ਨਾਲ ਹੀ ਹਿਤ ਪ੍ਰੇਮ ਲੱਗਾ ਹੋਇਆ, ਹਰ ਵਕਤ ਹੀ ਜੁੜੇ ਰਹਿੰਦੇ ਹਨ। ਪਰਮ ਅਤੀਤ ਪਰਮੇਸ਼ਵਰ ਕੈ ਰੰਗ ਰੰਗਿਆ, ਹੇ ਭੱਟੋ ਸਾਰੇ ਜਗਤ ਦੀ ਕਲਿਆਣ ਕਰਨ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਦੁਨੀਆਂ ਦੇ ਮੋਹ ਤੋਂ ਪਰਮ ਅਤਿਅੰਤ ਹੀ ਅਤੀਤ ਵੈਰਾਗਵਾਨ ਸੰਗ ਹੋ ਕੇ ਪਰਮੇਸ਼ਵਰ ਕੈ ਰੰਗ ਰੰਗੇ ਆਓ,
ਰੰਗਿਓ ਰਾਰੇ ਟਿੱਪੀ ਗੱਗੇ ਸਿਹਾਰੀ ਆੜੇ ਕਨੌੜਾ ਰੰਗਿਓ। ਵਾਹਿਗੁਰੂ ਦੇ ਰੰਗ ਪਰੇ ਵਿੱਚ ਰੰਗੇ ਹੋਏ ਰਹਿੰਦੇ ਹਨ, ਵਾਸਨਾ ਤੇ ਬਾਹਰ। ਫਿਰ ਵਿਸ਼ੇ ਵਿਕਾਰਾਂ ਦੀ ਵਾਸਨਾ, ਪਦਾਰਥਾਂ ਨੂੰ ਇਕੱਠੇ ਕਰਨ ਦੀ ਵਾਸਨਾ ਤੋਂ ਬਾਹਰ ਬਗੈਰ ਹਨ, ਰਹਿਤ ਹਨ। ਪੈ ਦੇਖੀਅਤ ਧਾਮ ਸਿਓ, ਪੈ ਪਰੰਤੂ ਫਿਰ ਵੀ ਵੇਖੋ ਧਾਮ ਘਰ ਪਰਿਵਾਰ ਦੇ ਵਿੱਚ ਹੀ ਸਿਉ ਸਮੇਤ ਹੀ ਦੇਖੀਏ ਤਾਂ ਦੇਖੀਦੇ ਨੇ, ਗ੍ਰਿਸਤ ਵਿੱਚ ਰਹਿੰਦਿਆਂ ਵੀ ਨਿਰਲੇਪ ਹਨ। ਅਪਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਆ, ਅਪਰ ਪ੍ਰਕਿਰਤੀ ਜੋ ਸਾਰੀ ਜਿਸ ਤੋਂ ਉਰੇ ਹੈ ਤੇ ਅਪਰੰਪਰ ਆਪ ਜੋ ਵਾਹਿਗੁਰੂ ਅਪਰੰਪਰ ਪਰੇ ਤੋਂ ਪਰੇ ਸਰੂਪ ਹੈ, ਉਸ ਪੁਰਖ ਵਿਆਪਕ ਪਰਮੇਸ਼ਰ ਸਿਉ ਨਾਲ ਪ੍ਰੇਮ ਲਾਗੇ ਆਓ। ਗੁਰੂ ਅਰਜਨ ਦੇਵ ਜੀ ਦਾ ਸਨੇਹ ਲੱਗਿਆ ਹੋਇਆ ਦਿਲੋਂ, ਭਗਵੰਤ ਰਸ ਨਾਹੀ ਔਰੈ ਕਾਮ, ਭਗਵੰਤ ਵਾਹਿਗੁਰੂ ਦੇ ਨਾਮ ਰਸ ਤੋਂ ਬਗੈਰ ਔਰੇ ਹੋਰ ਨਾ ਪਦਾਰਥਾਂ ਦੇ ਨਾਲ ਪੰਜਵੇਂ ਪਾਤਸ਼ਾਹ ਦਾ ਕੋਈ ਕੰਮ ਨਹੀਂ ਹੈ, ਭਾਵ ਕਿਸੇ ਪਦਾਰਥ ਨਾਲ ਮੋਹ ਨਹੀਂ ਕਰਦੇ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ, ਅਰਜੁਨ ਅਰਜੁਨ ਗੁਰ ਮਥੁਰਾ ਕੋ ਪ੍ਰਭ, ਮਥੁਰਾ ਭੱਟ ਜੀ ਕਹਿੰਦੇ ਨੇ ਵੀ ਮੇਰੇ ਦਾਸ ਦਾ ਪ੍ਰਭੂ ਪਰਮੇਸ਼ਰ ਸਾਰਿਆਂ ਦਾ ਮਾਲਕ ਹੈ। ਸਰਬ ਮੈਂ, ਸਰਬ ਸਾਰਿਆਂ ਹੀ ਮੈਂ ਰੂਪਾਂ ਦੇ ਵਿੱਚ ਹੈ। ਅਰਜੁਨ ਗੁਰ ਅਤੇ ਆਪ ਹੀ ਗੁਰੂ ਅਰਜਨ ਦੇਵ ਦੇ ਰੂਪ ਵਿੱਚ ਹੈ, ਭਾਵ ਮਥੁਰਾ ਦਾ ਸਰਵ ਵਿਆਪੀ ਪ੍ਰਭੂ ਸਾਰਿਆਂ ਵਿੱਚ ਵਿਆਪਕ ਗੁਰੂ ਅਰਜਨ ਦੇਵ ਸਾਹਿਬ ਹੀ ਹੈ। ਭਗਤ ਕੈ ਹੇਤ ਪਾਏ ਰਹਿਓ ਮਿਲ ਰਾਮ ਸਿਓ, ਇਸੇ ਕਰਕੇ ਗੁਰੂ ਅਰਜਨ ਦੇਵ ਜੀ ਭਗਤ ਕੈ ਹੇਤ ਪਾਏ, ਭਗਤੀ ਦੇ ਹਿੱਤ, ਹੇਤ ਨਾਮ ਹੁੰਦਾ ਕਾਰਨ, ਭਗਤੀ ਦੇ ਕਾਰਨ ਨੂੰ ਪਾ ਕੇ ਭਾਵ ਸਾਰੇ ਜਗਤ ਨੂੰ ਭਾਉ ਭਗਤੀ ਪ੍ਰੇਮਾ ਭਗਤੀ ਚ ਜੋੜਨ ਵਾਸਤੇ ਰਹਿਓ ਮਿਲ ਰਾਮ ਸਿਓ, ਰਾਮ ਪਰਮੇਸ਼ਰ ਦੇ ਸਰੂਪ ਨਾਲ ਮਿਲੇ ਹੋਏ ਰਹਿੰਦੇ ਹਨ, ਭਾਵ ਕੇ ਸਾਡੀ ਹੀ ਕਲਿਆਣ ਵਾਸਤੇ ਪੰਜਵੇਂ ਪਾਤਸ਼ਾਹ ਵਾਹਿਗੁਰੂ ਦੀ ਬੰਦਗੀ ਕਰਦੇ ਹਨ। ਅੰਤ ਨਾ ਪਾਵਤ ਦੇਵ ਸਭੈ ਮੁਨ, ਸਭੈ ਬੱਬੇ ਨਾਲ ਹੀ ਸ਼ੁੱਧ ਹੈ, 1409 ਅੰਗ ਤੇ ਬਖਸ਼ਿਸ਼ ਕਰਦੇ ਨੇ, ਅੰਤ ਨਾ ਪਾਵਤ ਦੇਵ ਸਭੈ ਮੁਨ, ਜਿਸ ਗੁਰੂ ਸਾਹਿਬ ਪਰਮੇਸ਼ਰ ਦੇ ਸਰੂਪ ਦਾ ਸਭੈ ਸਾਰੀ ਵਿਸ਼ਿਸ਼ਟ ਮੁਨੀ ਅਰਗੇ ਵਿਸ਼ਿਸ਼ਟ ਆਦਿਕ ਵੱਡੇ ਵੱਡੇ ਮੁਨੀ ਹੋਏ ਹਨ, ਅਤੇ ਫਿਰ 33 ਕਰੋੜ ਦੇਵਤੇ ਆਦਿਕ ਨੇ, ਅੰਤ ਨਾ ਪਾਵ, ਕੋਈ ਵੀ ਅੰਤ ਨਹੀਂ ਪਾ ਸਕੇ। ਇੰਦਰ ਮਹਾ ਸ਼ਿਵ ਜੋਗ ਕਰੇ, ਫਿਰ ਜੋਗ ਸਾਧਨਾ ਕਰਨ ਵਾਲੇ ਮਹਾ ਸ਼ਿਵ ਸ਼ਿਵ ਜੀ ਦੇ ਇੰਦਰ ਆਦਿਕ ਵੀ ਅੰਤ ਨਹੀਂ ਪਾ ਸਕੇ। ਹੁਣ ਵੇਦ ਬਿਰੰਚ ਵਿਚਾਰ ਰਹੇ, ਉਸ ਪਰਮੇਸ਼ਰ ਗੁਰਾਂ ਦਾ ਅੰਤ ਲੈਣ ਲਈ ਪੁਨਾ ਬਿਰੰਚ ਬ੍ਰਹਮਾ ਵੀ ਵੇਦ ਬਾਣੀ ਵਿਚਾਰ ਕਰਕੇ ਰਹਿਓ, ਰਹਿ ਗਿਆ ਛੱਕ ਗਿਆ। ਹਰ ਜਾਪ ਨਾ ਛਾਡੇ ਆਓ ਏਕ ਘਰੀ, ਛਾਡੇ ਆਓ ਇਹ ਡੱਡੇ ਦੇ ਅੱਗੇ ਐੜਾ ਲੱਗੇਗਾ, ਛੱਡੇ ਆਓ ਏਕ ਘੜੀ, ਤੇ ਉਹ ਇੱਕ ਘੜੀ ਮਾਤਰ ਸਮਾਂ ਵੀ ਹਰੀ ਪਰਮੇਸ਼ਰ ਦਾ ਪਰਮੇਸ਼ਰ ਸਰੂਪ ਗੁਰਾਂ ਦਾ ਜਾਪ ਨਹੀਂ ਛੱਡਿਓ, ਛੱਡਦਾ ਭਾਵ ਸਦਾ ਹੀ ਜਾਪ ਕਰਦਾ ਰਿਹਾ ਪਰ ਅੰਤ ਨਹੀਂ ਪਾ ਸਕਿਆ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਮਥੁਰਾ ਭੱਟ ਜੀ ਕਹਿੰਦੇ ਨੇ ਮੇਰੇ ਜਨ ਦਾਸ ਦਾ ਸਵਾਮੀ ਪਰਮੇਸ਼ਰ ਦੀਨਾ ਗਰੀਬਾਂ ਦੇ ਦਿਆਲਤਾ ਕਰਨ ਵਾਲਾ ਹੈ, ਪੰਜਵੇਂ ਪਾਤਸ਼ਾਹ ਸੰਗਤ ਸ੍ਰਿਸ਼ਟ ਨਿਹਾਲ ਕਰੇ, ਉਸ ਵਾਹਿਗੁਰੂ ਨੇ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਸਾਹਿਬ ਹੋ ਕੇ ਸਾਰੀ ਸ੍ਰਿਸ਼ਟੀ ਦੁਨੀਆਂ ਦੇ ਅੰਦਰ ਗੁਰਮੁਖ ਜਨਾਂ ਦੀ ਜਿਹੜੀ ਸੰਗਤ ਸੀ ਭਗਤੀ ਕਰਨ ਵਾਲੀ,
ਉਹ ਭਗਤੀ ਦੀ ਦਾਤ ਦੇ ਕੇ ਨਿਹਾਲ ਪ੍ਰਸੰਨ ਕੀਤੀ, ਨਿਹਾਲ ਮੁਕਤ ਕਰ ਦਿੱਤੀ ਹੈ। ਰਾਮਦਾਸ ਗੁਰੂ ਜਗ ਤਾਰਨ ਕਾ, ਉਸ ਗੁਰੂ ਰਾਮਦਾਸ ਸਾਹਿਬ ਜੀ ਨੇ ਜਗਤ ਦੇ ਤਾਰਨੇ ਹਿਤ ਗੁਰ ਜੋਤ ਅਰਜੁਨ ਮਾਹੇ ਧਰੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਜੋਤ ਧੁਰੋਂ ਆਈ ਸੀ ਪਰਮੇਸ਼ਰ ਦੀ, ਉਹ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਹੇ ਵਿੱਚ ਧਰੀ, ਧਾਰਨਾ ਰੱਖਣਾ ਕੀਤੀ, ਭਾਵ ਪੰਜਵੇਂ ਪਾਤਸ਼ਾਹ ਨੂੰ ਗੁਰਿਆਈ ਤੇ ਥਾਪ ਦਿੱਤਾ। ਜਗ ਔਰ ਨਾ ਯਾਹੇ ਮਹਾਤਮ ਮੈਂ, ਯਾਹੇ ਜਈਏ ਨਾ ਪਾਠ ਸ਼ੁੱਧ ਹੈ, ਜੱਜੇ ਵਾਲਾ ਪਾਠ ਗਲਤ ਹੈ। ਜਗ ਔਰ ਨਾ ਯਾਹੇ ਮਹਾਤਮ ਮੈਂ, ਮਹਾਤਮ ਕੱਠਾ ਪਾਠ ਹੈ, ਮੈਂ ਬਿੰਦੀ ਤੋਂ ਰਹਿਤ ਹੈ, ਵੀ ਜਦੋਂ ਯਾਹੇ ਤੋਂ ਭਾਵ ਇਸ ਜਗ ਸੰਸਾਰ ਦੇ ਮੈਂ ਵਿੱਚ, ਕਹਿੰਦੇ ਵੀ ਔਰ ਨਾ, ਔਰ ਕੋਈ ਹੋਰ ਵੀ ਮਹਾਤਮ, ਮਹਾਤਮਾ ਜੀਵਾਂ ਨੂੰ ਤਾਰਨ ਵਾਲਾ ਨਾ ਰਿਹਾ, ਭਾਵ ਦੁਨੀਆਂ ਦੇ ਅੰਦਰ ਕੋਈ ਵੀ ਐਸਾ ਮਹਾਂਪੁਰਖ ਨਹੀਂ ਸੀ ਜੋ ਪਰਮੇਸ਼ਰ ਦਾ ਪ੍ਰਤਾਪ ਦੱਸਣ ਵਾਲਾ ਹੋਵੇ। ਮਹਾਤਮ ਨਾਲ ਪ੍ਰਤਾਪ ਦਾ ਵੀ ਹੈ, ਕੋਈ ਵੀ ਐਸਾ ਮਹਾਤਮਾ ਨਹੀਂ ਸੀ ਜਿਹੜਾ ਜਗਤ ਦੀ ਕਲਿਆਣ ਕਰਨ ਵਾਲਾ ਹੋਏ। ਅਵਤਾਰ ਉਜਾਗਰ ਆਣ ਕੀ ਔਰ, ਤਦੋਂ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਪਣਾ ਅਵਤਾਰ ਉਜਾਗਰ ਪ੍ਰਗਟ ਪ੍ਰਤੱਖੀ ਆਣ ਕੇ ਕੀਤਾ, ਭਾਵ ਗੁਰੂ ਨਾਨਕ ਦੇਵ ਜੀ ਪੰਜਵੇਂ ਥਾਂ ਤੇ ਪ੍ਰਗਟ ਹੋਏ। ਜਗ ਜਗ ਔਰ ਨਾ ਯਾਹੇ ਮਹਾਤਮ ਮੈਂ, ਜਗ ਔਰ ਨਾ ਯਾਹੇ ਮਹਾਤਮ ਮੈਂ, ਯਾਹੇ ਇਹਨਾਂ ਗੁਰਾਂ ਦੇ ਸਦਰਸ ਭੱਟ ਜੀ ਕਹਿੰਦੇ ਨੇ, ਜਗਤ ਵਿੱਚ ਹੋਰ ਕੋਈ ਵੀ ਮਹਾਤਮਾ ਨਹੀਂ ਹੈ ਪੰਜਵੇਂ ਸਤਿਗੁਰਾਂ ਦੇ ਬਰਾਬਰ। ਅਵਤਾਰ ਉਜਾਗਰ ਆਣ ਕੀ, ਇਹ ਪਰਮੇਸ਼ਰ ਨੇ ਹੀ ਆਣ ਕੇ ਅਵਤਾਰ ਰੂਪ ਵਿੱਚ ਪ੍ਰਗਟ ਹੋਣਾ ਕੀਤਾ ਹੈ, ਇਹ ਮੁੱਖ ਅਰਥ ਨੇ। ਤੇ ਮਹਾਤਮ ਮੈਂ ਜਿਹੜਾ ਵੱਖਰਾ ਪਾਠ ਕਰਦੇ ਨੇ, ਉਹਦਾ ਅਰਥ ਇਹ ਹੈ ਵੀ ਜਗ ਔਰ ਨਾ ਯਾਹੇ ਮਹਾਤਮ ਮੈਂ, ਵੀ ਜਦੋਂ ਮਹਾਂ ਅਤਿਅੰਤ ਗਿਆਨ ਰੂਪੀ ਤਮ ਨਾ ਮੈਂ ਹਨੇਰੇ ਵਾਲੇ ਜਗਤ ਵਿੱਚ ਹੋਰ ਕੋਈ ਵੀ ਪੁਰਖ ਗਿਆਨ ਦਾ ਚਾਨਣ ਕਰਨ ਵਾਲਾ ਨਹੀਂ ਸੀ ਰਿਹਾ। ਅਵਤਾਰ ਉਜਾਗਰ ਆਣ ਕੀ ਆ, ਤਦੋਂ ਪਰਮੇਸ਼ਰ ਨੇ ਆਪ ਹੀ ਪੰਜਵੇਂ ਪਾਤਸ਼ਾਹ ਦੇ ਰੂਪ ਵਿੱਚ ਆ ਕੇ ਜਗਤ ਅਵਤਾਰ ਪ੍ਰਗਟ ਕੀਤਾ ਆਪਣਾ ਸਰੂਪ। ਤਿੰਨ ਕੇ ਦੁੱਖ ਕੋਟਿਕ ਦੂਰ ਗਏ, ਉਹਨਾਂ ਦੇ ਇੱਕ ਕੀ ਕੋਟਿਕ ਕਰੋੜਾਂ ਹੀ ਜਨਮਾਂ ਦੇ ਦੁੱਖ ਦੂਰ ਚਲੇ ਗਏ, ਨਾਸ ਹੋ ਗਏ ਹਨ। ਮਥੁਰਾ ਜਿਨ ਅੰਮ੍ਰਿਤ ਨਾਮ ਪੀਆ, ਮਥੁਰਾ ਭੱਟ ਜੀ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਕਰਨ ਵਾਲਾ ਅੰਮ੍ਰਿਤ ਨਾਮ ਰੂਪੀ ਜਲ ਤਿੰਨਾਂ ਪੰਜਵੇਂ ਸਤਿਗੁਰਾਂ ਦੇ ਕੋਲੋਂ ਉਹਨਾਂ ਦੁਆਰਾ ਪੀਆ ਉਹ ਪੀਣਾ ਕੀਤਾ ਏ, ਜਾਂ ਜਿਨ੍ਹਾਂ ਨੇ ਅਮਰ ਕਰਨ ਵਾਲਾ ਨਾਮ ਗੁਰੂ ਸਾਹਿਬ ਦੇ ਮੁਖ ਦੁਆਰਾ ਸੁਣ ਕੇ ਫਿਰ ਜਪਣ ਰੂਪੀ ਪੀਤਾ ਹੈ। ਇਹ ਪਦਤ ਤੇ ਮਤ ਚੁੱਕ ਹੈ ਰੇ ਮਨ, ਮਥੁਰਾ ਭੱਟ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ, ਇਹ ਪਦਤ ਤੇ ਮਤ ਚੁੱਕ ਹੈ ਰੇ ਮਨ, ਪਦਤ ਇਹ ਵੀ ਪਾੜਦੇ ਮਤ ਖਿੱਚ ਕੇ, ਇਹ ਪਦਤ ਤੇ ਮਤ ਚੁੱਕ ਹੈ ਰੇ ਮਨ, ਇਹ ਮਨਾ ਹੈ ਜੋ ਗੁਰਸਿੱਖੀ ਰੂਪੀ ਪੱਧਤ ਰਸਤਾ ਹੈ। ਇਹ ਗੁਰੂ ਨਾਨਕ ਪੰਜਵੇਂ ਪਾਤਸ਼ਾਹ ਜੀ ਜੋ ਸਿੱਖੀ ਰੂਪੀ ਸੰਪਰਦਾ ਰੂਪੀ ਇਹ ਰਸਤਾ ਪ੍ਰਾਪਤ ਹੋਇਆ, ਇਹ ਮਤ ਮਤਾਂ ਕਿਤੇ ਚੁੱਕੇ ਚੁੱਕ ਜਾਵੀਂ, ਉਕ ਨਾ ਜਾਵੀਂ, ਗੁਰੂ ਤੋਂ ਬੇਮੁਖ ਨਾ ਹੋ ਜਾਵੀਂ। ਭੇਦ ਵਿਭੇਦ ਨਾ ਜਾਣ ਵੀ ਆ, ਇਹ ਭੇਦ ਵਿਭੇਦ ਜਿਹੜਾ ਛੱਡਦੇ ਵੀ, ਗੁਰੂ ਨਾਨਕ ਵੱਖਰਾ ਹੈ, ਗੁਰੂ ਅੰਗਦ ਦੇਵ ਜੀ ਵੱਖਰੇ ਨੇ, ਗੁਰੂ ਅਮਰਦਾਸ ਵੱਖਰਾ ਹੈ, ਗੁਰੂ ਰਾਮਦਾਸ ਕੋਈ ਜਾਂ ਪੰਜਵੇਂ ਪਾਤਸ਼ਾਹ ਵੱਖਰੇ ਨੇ, ਇਹ ਸਾਰੇ ਜਿਹੜੇ ਭੇਦ ਹਨ ਇਹਨਾਂ ਨੂੰ ਵਿਭੇਦ, ਇਹ ਸਭ ਭੇਦ ਨੂੰ ਬਭੇਦ ਹੁੰਦਾ ਨਾਸ਼ ਕਰਦੇ, ਭੇਦ ਤੋਂ ਰਹਿਤ ਹੋਣਾ ਕਰਨਾ ਜਾਣ ਵੀ ਆਓ। ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਸਾਹਿਬ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਦੂਸਰਾ ਨਾ ਜਾਣਨਾ ਕਰ,
ਕਿਉਂਕਿ ਗੁਰੂ ਪਾਤਸ਼ਾਹ ਦੇ ਪਰਮੇਸ਼ਰ ਇੱਕ ਰੂਪ ਹੀ ਹਨ। ਪ੍ਰਤੱਖ ਹਿਰਦੈ ਗੁਰ ਅਰਜਨ ਕੈ, ਪ੍ਰਤੱਖ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੈ ਚਿੱਤ ਦੇ ਅੰਦਰ। ਹਰ ਪੂਰਨ ਬ੍ਰਹਮ ਨਿਵਾਸ ਲਿਆ, ਪੂਰਾ ਬੋਲੋ, ਹਰ ਹਰ ਪੂਰਨ ਬ੍ਰਹਮ ਨਿਵਾਸ, ਹਰੀ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ, ਸਭ ਥਾਵਾਂ ਚ ਪੂਰਨ ਵਿਆਪਕ ਬ੍ਰਹਮ ਪਰਮੇਸ਼ਰ ਹੈ, ਨਿਵਾਸ ਲਿਓ ਸਾਖਿਆਤ ਹੋ ਕੇ ਜੀਵਾਂ ਦੀ ਕਲਿਆਣ ਹਿੱਤ ਪੰਜਵੇਂ ਪਾਤਸ਼ਾਹ ਦੇ ਅੰਦਰ ਉਹਨੇ ਹੀ ਵਾਸਾ ਲਿਆ ਹੋਇਆ ਏ। ਜਬ ਲਾਉ ਨਹੀਂ ਭਾਗ ਲਿਲਾਰ ਉਦੈ, ਇਹ ਪੰਜਵੇਂ ਗੁਰੂ ਸਾਹਿਬ ਦੀ ਸ਼ਰਨ ਆਉਣ ਤੋਂ ਬਾਅਦ ਪਹਿਲਾਂ ਜਿਹੜਾ ਦੁੱਖ ਸੀ ਭੱਟ, ਉਹ ਦੱਸਦੇ ਨੇ ਵੀ ਜਬ ਲਾਉ ਨਹੀਂ ਭਾਗ ਲਿਲਾਰ ਉਦੈ, ਮਥੁਰਾ ਜੀ ਆਪਣੀ ਹੱਡ ਬੀਤੀ ਵਿਥਿਆ ਕਹਿੰਦੇ ਨੇ ਵੀ ਜਦੋਂ ਤੱਕ ਮੇਰੇ ਸਾਥੀ ਭੱਟਾਂ ਦੇ ਲਲਾਰ ਮੱਥੇ ਦੇ ਚੰਗੇ ਭਾਗ ਕਰਮ ਉਹਦੇ ਜਾਗੇ ਨਹੀਂ ਸਨ। ਤਬ ਲਓ ਭ੍ਰਮ ਤੇ ਫਿਰ ਤੇ ਬਹੁਤ ਆਇਆ, ਤਬ ਲਓ ਭ੍ਰਮ ਤੇ ਫਿਰ ਤੇ ਬਹੁਤ ਆਇਓ, ਤਦੋਂ ਤੱਕ ਜੋ ਸਰਾਪ ਹੋਇਆ ਸੀ ਸਾਡੇ ਹੰਕਾਰ ਕਰਕੇ ਵੀ ਜੂਨਾਂ 'ਚ ਭਰਮਦੇ ਰਹੋ ਜਾਓ, ਉਹਨਾਂ ਕਰਕੇ ਜੂਨਾਂ 'ਚ ਭਰਮ ਤੇ ਭਰਮਦੇ ਫਿਰਦੇ ਹੋਏ ਬਹੁਤ ਆਇਓ, ਬਹੁਤ ਹੀ ਦੌੜਦੇ ਸੀ, ਕਿਤੇ ਵੀ ਸ਼ਾਂਤੀ ਨਾ ਮਿਲੀ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਮੈਂ ਇਹ ਬਿੰਦੀ ਰਹਿਤੀ ਐਵੇਂ ਤੇ ਬੂਡਤ ਏਦਾਂ ਹੀ ਪੋਲਾ ਉਚਾਰਨਾ, ਕਲ ਘੋਰ ਸਮੁੰਦਰ ਮੈਂ ਇਸ ਕਲਯੁਗ ਰੂਪੀ ਘੋਰ ਭਿਆਨਕ ਸਮੁੰਦਰ ਦੇ ਵਿੱਚ ਜੋ ਪਦਾਰਥਾਂ ਰੂਪੀ ਪਾਣੀ ਦੇ ਨਾਲ, ਵਿਸ਼ਿਆਂ ਰੂਪੀ ਪਾਣੀ ਦੇ ਨਾਲ ਭਰਿਆ ਹੈ, ਬੂਡਤ ਥੇ ਅਸੀਂ ਡੁੱਬਦੇ ਜਾਂਦੇ ਸੀ। ਕਬਹੋ ਮਿਟ ਹੈ ਨਹੀਂ ਰੇ ਪਛਤਾਇਆ, ਇਹ ਪਛਤਾਤਾ ਵੀ ਸਾਡੇ ਅੰਦਰ ਰਿਹਾ ਵੀ ਕਬਹੋ ਮਿਟ ਹੈ ਨਹੀਂ, ਵੀ ਸਾਡਾ ਸਰਾਪ ਜੋ ਹੋਇਆ ਅਕਾਲ ਪੁਰਖ ਵੱਲੋਂ ਵੀ ਧੱਕੇ ਖਾਓ ਉਹ ਮਿਟਦਾ ਨਹੀਂ ਹੈ, ਤੇ ਜਿੰਨਾ ਚਿਰ ਮਿਟਦਾ ਨਹੀਂ ਸੀ ਤੇ ਰੇ ਪਛਤਾਇਓ, ਹੇ ਭਾਈ ਅਸੀਂ ਪਛਤਾਉਂਦੇ ਹੀ ਸਾਂ ਵੀ ਸਾਡੀ ਕਿਵੇਂ ਕਲਿਆਣ ਹੋਵੇਗੀ। ਕਬਹੋ ਕਬਹੋ ਮਿਟ ਹੈ ਨਹੀਂ ਰੇ ਪਛਤਾਇਓ, ਕਹਿੰਦੇ ਭਾਈ ਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਹੁੰਦੇ ਨਾ, ਮਹਾਰਾਜ ਨਾ ਮਿਲਦੇ ਤਾਂ ਇਹ ਪਛਤਾਇਓ, ਪਛਤਾਤਾਪ ਕਦੇ ਮਿਟਣੇ ਯੋਗ ਨਹੀਂ ਸੀ, ਪਛਤਾਵਾ ਨਹੀਂ ਸੀ ਮੁੱਕਣਾ ਵਿਛੋੜੇ ਦਾ। ਇਹ ਤੁਕ ਵਿੱਚ ਉਹ ਧਿਆਨ ਲਿਆਂਦਾ ਵੀ ਜਿਹੜਾ ਪਰਮੇਸ਼ਰ ਨੇ ਕਿਹਾ ਸੀ ਬ੍ਰਹਮਾ ਦੇ ਸਹਿਜ ਚੌਵਾਂ ਵੇਦਾਂ ਨੂੰ ਵੀ ਜਾਓ ਚਾਰ ਚਾਰ ਅਵਤਾਰ ਧਾਰੋ, ਕਲਿਆਣ ਤੁਹਾਡੀ ਗੁਰੂ ਨਾਨਕ ਰੂਪ ਵਿੱਚ ਕਰਾਂਗੇ। ਤਤ ਵਿਚਾਰ ਯਹਿ ਮਥੁਰਾ, ਤਤ ਵਿਚਾਰ ਯਹਿ ਮਥੁਰਾ, ਮਥੁਰਾ ਭੱਟ ਜੀ ਕਹਿੰਦੇ ਵੀ ਅਸੀਂ ਯਹਿ ਇਹੀ ਤਤ ਸਿਧਾਂਤ ਸਿਰੇ ਦੀ ਗੱਲ ਨੂੰ ਵਿਚਾਰਿਆ ਹੈ। ਜਗ ਤਾਰਨ ਕਉ ਅਵਤਾਰ ਬਣਾਇਆ, ਜਗ ਤਾਰਨ ਕਉ ਅਵਤਾਰ ਬਣਾਇਓ, ਵੀ ਇਹ ਜਗਤ ਨੂੰ ਤਾਰਨ ਵਾਸਤੇ ਹੀ ਰੱਬ ਨੇ ਗੁਰੂ ਅਰਜਨ ਸਾਹਿਬ ਦੇ ਰੂਪ ਚ ਅਵਤਾਰ ਬਣਾਉਣਾ ਧਾਰਨਾ ਕੀਤਾ ਏ। ਜਪਿਆ ਜਿਨ ਅਰਜਨ ਦੇਵ ਗੁਰੂ, ਇਹ ਭਾਈ ਜਿਨ੍ਹਾਂ ਨੇ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਰੱਬ ਦਾ ਰੂਪ ਜਾਣ ਕੇ ਜਪਣਾ ਕੀਤਾ ਹੈ, ਫਿਰ ਸੰਕਟ ਜੋਨ ਗਰਭ ਨਾ ਆਇਆ, ਗਰਭ ਨਾ ਆਇਆ, ਫਿਰ ਸੰਕਟ ਜੋਨ ਗਰਭ ਨਾ ਆਏ, ਉਹਨਾਂ ਨੂੰ ਫਿਰ ਮੁੜ ਕੇ ਮਾਤਾ ਦੇ ਗਰਭ ਜੂਨੀ ਦੇ ਦੁੱਖ ਵਿੱਚ ਨਹੀਂ ਆਉਣਾ ਪੈਂਦਾ, ਨਹੀਂ ਆਏ ਜੰਮਣ ਮਰਨ ਅੰਦਰ। ਕਲ ਸਮੁੰਦਰ ਭਏ ਰੂਪ, ਕਲਯੁਗ ਰੂਪੀ ਸਮੁੰਦਰ ਵਿੱਚ ਗੁਰੂ ਸਾਹਿਬ ਜੀ ਭਏ ਰੂਪ, ਜਹਾਜ਼ ਦਾ ਰੂਪ ਹੋਏ ਹਨ। ਪ੍ਰਗਟ ਹਰ ਨਾਮ ਉਧਾਰਨ, ਮਹਾਰਾਜ ਸਾਹਿਬ ਕੋ ਜਹਾਜ਼ ਕਿਹੜਾ ਹੈ, ਗੁਰਾਂ ਕੋ ਦੁਨੀਆਂ ਦੇ ਪਾਰ ਲੰਘਾਉਣ ਵਾਸਤੇ ਹਰੀ ਦਾ ਨਾਮ ਰੂਪੀ ਜਹਾਜ਼ ਹੈ, ਜਾਂ ਫਿਰ ਪੜੋ ਪ੍ਰਗਟ ਹਰ ਨਾਮ ਕਲ ਸਮੁੰਦਰ ਭਏ ਰੂਪ। ਇਹ ਕਲਯੁਗ ਦਾ ਜੋ ਸਮਾਂ ਹੈ,
ਕਲ ਸਮੁੰਦਰ ਭਏ ਰੂਪ। ਕਲਯੁਗ ਦੇ ਅੰਦਰ ਸੰਸਾਰ ਸਮੁੰਦਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਰੂਪ ਹੋਏ ਹਨ। ਪ੍ਰਗਟ ਹਰ ਨਾਮ ਉਧਾਰਨ, ਨਾਨੋ ਵੀ ਪਰਮੇਸ਼ਰ ਦਾ ਨਾਮ ਹੀ ਪ੍ਰਗਟ ਹੋਇਆ ਹੈ ਗੁਰਾਂ ਦੁਆਰਾ ਜੀਵਾਂ ਦੇ ਤਾਰਨ ਵਾਸਤੇ। ਬਸ ਹੈ ਸੰਤ ਜਿਸ ਹਿਰਦੈ, ਜਿਸ ਮਹਾਤਮਾ ਦੇ ਹਿਰਦੈ ਹਿਰਦੇ ਚ ਗੁਰੂ ਅਰਜਨ ਦੇਵ ਸਾਹਿਬ ਜੀ ਵਸਦੇ ਨੇ, ਜਾਂ ਜਿਸ ਗੁਰਮੁਖ ਦੇ ਅੰਦਰ ਸ਼ਾਂਤ ਆਤਮਾ ਗੁਰੂ ਅਰਜਨ ਸਾਹਿਬ ਜੀ ਦਾ ਸਰੂਪ ਵਸਦਾ ਹੈ, ਦੁੱਖ ਦਾਰਿਦਰ ਨਿਵਾਰਨ, ਉਹਦਾ ਜੰਮਣ ਮਰਨ ਦਾ ਦੁੱਖ, ਅਵਿਦਿਆ ਦੇ ਦਲਿੱਦਰ ਆਦਿਕ ਅਵਿਦਿਆ ਦੀਆਂ ਪੀੜੀਆਂ ਪੀੜਾਂ ਸਭ ਨਿਵਾਰਨ ਵਿਰਤ ਕਰ ਦਿੰਦੇ ਨੇ ਪੰਜਵੇਂ ਪਾਤਸ਼ਾਹ। ਨਿਰਮਲ ਭੇਖ ਅਪਾਰ, ਜੋ ਗੁਰੂ ਸਾਹਿਬ ਜੀ ਦਾ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਨਿਰਮਲ ਮਾਇਆ ਦੀ ਮੈਲ ਤੋਂ ਰਹਿਤ ਭੇਖ ਸਰੂਪ ਹੈ। ਜਿਵੇਂ ਖਾਲਸਾ ਅਰਬੀ ਦਾ ਸ਼ਬਦ ਹੈ, ਖਾਲਸੇ ਦਾ ਉਲੱਥਾ ਸੰਸਕ੍ਰਿਤ ਕਰਨਾ ਹੋਵੇ ਤਾਂ ਨਿਰਮਲ ਕਹਾਂਗੇ, ਨਿਰਮਲ ਦਾ ਉਲੱਥਾ ਅਰਬੀ 'ਚ ਕਰਨਾ ਹੋਵੇ ਤਾਂ ਖਾਲਸਾ ਕਹਾਂਗੇ। ਇੱਥੇ ਖਾਲਸਾ ਜਿਹੜਾ ਖਾਲਸ ਭੇਖ ਹੈ, ਭਾਵ ਨਿਰਮਲ ਸ਼ੁੱਧ, ਮਾਇਆ ਦੀ ਕਾਲਖ ਤੋਂ ਰਹਿਤ, ਨਿਰਮਲ ਭੇਖ ਅਪਾਰ, ਵੀ ਜੋ ਅਪਾਰ ਗੁਰੂ ਸਾਹਿਬ ਜੀ ਭੇਖਾਂ ਤੋਂ ਨਿਰਮਲ ਉੱਜਲ ਨੇ, ਗੁਰੂ ਅਰਜਨ ਦੇਵ ਜੀ ਜੋ ਅਪਾਰ ਬੇਅੰਤ ਅਤੇ ਨਿਰਮਲ ਉੱਜਲ ਪਵਿੱਤਰ ਸਰੂਪ ਪਰਮੇਸ਼ਰ ਦਾ ਹੀ ਭੇਖ ਰੂਪ ਆਏ ਹਨ ਜਗਤ ਵਿੱਚ। ਤਾਸ ਬਿਨ ਅਵਰ ਨਾ ਕੋਈ, ਉਸ ਗੁਰੂ ਅਰਜਨ ਸਾਹਿਬ ਜੀ ਦੀ ਸਿੱਖਿਆ ਤੋਂ ਬਿਨਾਂ ਹੋਰ ਕੋਈ ਵੀ ਵਾਹਿਗੁਰੂ ਦੀ ਪ੍ਰਾਪਤੀ ਕਰਾਉਣ ਵਾਲਾ ਨਹੀਂ ਹੈ। ਮਨ ਬਚ ਜਿਨ ਜਾਣਿਆ, ਮਨ ਬਚ ਜਿਨ ਜਾਣਿਆ, ਜਿਨ੍ਹਾਂ ਨੇ ਮਨ ਬਚ ਮਨ ਬਾਣੀ ਦੇ ਸਰੀਰ ਕਰਕੇ ਗੁਰੂ ਸਾਹਿਬ ਜੀ ਨੂੰ ਰੱਬ ਦਾ ਰੂਪ ਕਰਕੇ ਜਾਣਿਆ ਹੈ। ਭਇਓ ਤਿਹ ਸੰਸਰ ਸੋਈ, ਭਇਓ ਤਿਹ ਸੰਸਰ ਸੋਈ, ਸੋਈ ਉਹ ਪੁਰਖ ਉਸ ਬ੍ਰਹਮ ਦੇ ਰੱਬ ਦੇ ਹੀ ਸਮਰ ਸੰਸਰ ਸਦਰਸ ਬਰਾਬਰ ਦਾ ਹੋ ਗਿਆ ਹੈ ਰੱਬ ਦੇ ਤੁਲ। ਧਰਨ ਗਗਨ ਨਾਵ ਖੰਡ ਮਹ, ਗੁਰੂ ਅਰਜਨ ਦੇਵ ਮਹਾਰਾਜ ਜੀ ਧਰਨ ਧਰਤੀ ਦੇ ਵਿੱਚ, ਗਗਨ ਆਕਾਸ਼ ਤੇ ਨਾਵ ਖੰਡ ਮਹਿ, ਨੌ ਖੰਡਾਂ ਸਾਰਿਆਂ ਥਾਵਾਂ ਦੇ ਵਿੱਚ ਵਿਆਪਕ ਹੈ। ਜੋਤ ਸਵਰੂਪੀ ਰਹਿਓ ਭਾਰ, ਜੋਤ ਸਵਰੂਪੀ ਸਵਰੂਪੀ ਸੱਸੇ ਅੰਕੜ ਐੜਾ ਰਾਰੇ ਦਲੈਂਕੜ ਤੇ ਪੱਪੇ ਬਿਹਾਰੀ, ਸੌ ਰੂਪੀ ਰਹਿਓ ਭਰ, ਵੀ ਜੋਤੀ ਸਰੂਪ ਪਰਮੇਸ਼ਰ ਗੁਰੂ ਆਪ ਹੀ ਲਵਾ ਲਵ ਭਰ ਪਰਿਪੂਰਨ ਹੋ ਰਿਹਾ ਸਭ ਥਾਵਾਂ ਤੇ। ਭਨ ਮਥੁਰਾ ਕਛ ਭੇਦ ਨਹੀਂ, ਭਨ ਮਥੁਰਾ ਮਥੁਰਾ ਭੱਟ ਜੀ ਭਨ ਉਚਾਰਨ ਕਰਦੇ ਨੇ, ਵੀ ਕਾਸ਼ ਕਾਸ਼ ਪੋਲਾ ਹੀ ਉਚਾਰਨ, ਕਾਸ਼ ਭੇਦ ਨਹੀਂ, ਵੀ ਇਹ ਚ ਕੁਝ ਵੀ ਭੇਦ ਫਰਕ ਅੰਤਰੇ ਵਾਲੀ ਗੱਲ ਨਹੀਂ ਹੈ। ਗੁਰ ਅਰਜਨ ਪ੍ਰਤੱਖ ਹਾਰ, ਪ੍ਰਤੱਖ ਜਈਆ ਹੈ ਨਾ ਖੱਖੇ ਦੇ ਚਰਨ ਚੰਦਾ, ਤੇ ਗੁਰ ਅਰਜੁਨ ਪ੍ਰਤੱਖ ਹਾਰ, ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਤੱਖ ਰੱਬ ਦਾ ਹੀ ਰੂਪ ਹਨ। ਅਜੈ ਗੰਗ ਜਲ ਅਟਲ, ਅਜੈ ਅਜੈ ਗੰਗ ਜਲ ਅਟਲ, ਜਿਵੇਂ ਕਹਿੰਦੇ ਵੀ ਅਜੈ, ਹੁਣ ਸਨਾਤਨ ਧਰਮ ਵਾਲੇ ਮੰਨਦੇ ਨੇ ਵੀ ਦੁਨੀਆਂ ਜੋ ਗੰਗ ਗੰਗਾ ਦਾ ਜਲ ਪਾਣੀ ਹੈ ਉਹ ਅਟਲ ਹੈ, ਟਲਣ ਤੋਂ ਰਹਿਤ ਭਾਵ ਮੁੱਕਣਾ ਨਹੀਂ, ਇਹ ਉਹਨਾਂ ਦਾ ਨਿਸ਼ਚਾ ਹੈ। ਪਰ ਇੱਥੇ ਕਿਹੜੀ ਗੰਗਾ ਹੈ, ਅਜੈ ਅਜੈ ਗੰਗ ਜਲ ਅਟਲ, ਅਜੈ ਗੰਗ ਜਲ ਅਟਲ। ਇਸੇ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੁਆਰਾ ਜੋ ਰਚੀ ਹੋਈ ਨਾਮ ਬਾਣੀ ਹੈ ਇਹ ਅਟਲ ਹੈ ਸਦਾ। ਅਜੈ ਅਜੈ ਹੁੰਦਾ ਵੀ ਅਜੈਤਾ ਅਮੁੱਖ ਰੂਪ ਹੈ, ਭਾਵ ਕਿ ਇਹ ਮਹਾਰਾਜ ਸਾਹਿਬ ਜੀ ਦੀ ਬਾਣੀ ਰੂਪੀ ਗੰਗਾ ਜੋ ਵਗ ਰਹੀ ਹੈ, ਗੰਗਾ ਤਾਂ ਉਹ ਇੱਕ ਦੇਸ਼ ਵਗਦੀ ਹੈ ਨਾ, ਚੱਲਦੀ ਹੈ, ਪਰ ਗੁਰੂ ਸਾਹਿਬ ਜੀ ਦੀ ਬਾਣੀ ਸਾਰੇ ਦੇਸ਼ਾਂ ਵਿੱਚ ਫੈਲ ਰਹੀ ਹੈ। ਇਹ ਮਾਨੋ ਵੀ ਮਹਾਰਾਜ ਸਾਹਿਬ ਜੀ ਅਜੈਤਾ ਰੂਪ ਬਾਣੀ ਰੂਪੀ ਗੰਗਾ ਦਾ ਜਲ ਜਿਹੜਾ ਹੈ
ਨਾਮ ਰੂਪੀ ਅਟਲ ਟਲਣ ਤੋਂ ਰਹਿਤ ਹੈ। ਸਿੱਖ ਸੰਗਤ ਸਭ ਨਹਾਵੈ, ਜਿਸ ਜਲ ਵਿੱਚ ਜਿਸ ਗੰਗਾ ਵਿੱਚ ਸਾਰੀਆਂ ਹੀ ਸਿੱਖ ਸੰਗਤਾਂ ਗੁਰਬਾਣੀ ਨੂੰ ਸੁਣਨਾ ਮੰਨਣਾ ਕਮਾਉਣਾ ਇਹ ਨਹਾਵੈ ਇਸ਼ਨਾਨ ਕਰਦੀਆਂ ਹਨ। ਨਹਾਵੈ ਦਾ ਖਿੱਚ ਕੇ ਸਿੱਖ ਸੰਗਤ ਸਭ ਨਹਾਵੈ, ਸਭ ਸਿੱਖ ਸੰਗਤਾਂ ਗੁਰੂ ਮਹਾਰਾਜ ਦੀ ਬਾਣੀ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਇਹ ਇਸ਼ਨਾਨ ਕਰਦੀਆਂ ਹਨ ਕਰ ਰਹੀਆਂ ਹਨ। ਨਿਤ ਪੁਰਾਣ ਬਾਚੀ ਹੈ, ਨਿਤਾ ਪ੍ਰਤੀ ਪੁਰਾਣ ਬਾਚੀ ਹੈ, ਪੁਰਾਣਾਂ ਨੂੰ ਬਾਚੀ ਹੈ। ਵਾਚਣ ਵਾਲਾ ਜੋ ਬਿਆਸ ਲਿਖੀ ਹੈ ਉਹ ਵੀ ਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਂਦਾ ਹੈ ਇਸ ਗੰਗਾ ਵਿੱਚ ਸੰਗਤ ਵਿੱਚ। ਵੇਦ ਬ੍ਰਹਮਾ ਮੁਖ ਗਾਵੈ, ਅਤੇ ਵੇਦਾਂ ਦੁਆਰਾ ਬ੍ਰਹਮਾ ਵੀ ਗੁਰੂ ਪਰਮੇਸ਼ਰ ਦੇ ਜਸ ਨੂੰ ਮੂੰਹੋਂ ਗਾਉਂਦਾ ਹੈ। ਜਾਂ ਨਿਤ ਪੁਰਾਣ ਬਾਚੀ ਹੈ, ਪੁਰਾਣ ਹੁੰਦੀਆਂ ਤਵਾਰੀਖਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਵਾਚੀਆਂ ਜਾਂਦੀਆਂ ਹਨ। ਜਾਂ ਨਿਤ ਪੁਰਾਣ ਬਾਚੀ ਹੈ ਜਿਵੇਂ ਵਿਆਸ ਲਿਖੀ ਹੈ, ਇਵੇਂ ਜੋ ਗੁਰੂ ਦੀ ਬਾਣੀ ਹੈ ਨਾ ਇਹ ਮੰਨ ਲਓ ਵੀ ਜੋ ਸੰਗਤ ਵਿੱਚ ਨਿਤ ਦਾ ਜਾਪ ਹੋ ਰਿਹਾ ਅਤੇ ਹਰਬੰਸ਼ ਭੱਟ ਜੀ ਕਹਿੰਦੇ ਵੀ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਇਹ ਬਿਆਸ ਵਰਗੇ ਅਤੇ ਫਿਰ ਵੇਦ ਬ੍ਰਹਮਾ ਮੁਖ ਗਾਵੇ, ਬ੍ਰਹਮਾ ਵਰਗੇ ਵੱਡੇ ਵੱਡੇ ਜਿਹੜੇ ਰਿਸ਼ੀ ਹਨ ਇਹ ਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ 'ਚ ਵੇਦਾਂ ਦੁਆਰਾ ਪੁਰਾਣਾਂ ਦੁਆਰਾ ਪੰਜਵੇਂ ਪਾਤਸ਼ਾਹ ਦਾ ਜਸ ਕਰ ਰਹੇ ਹਨ। ਅਜੈ ਚਵਰ ਸਿਰ ਢੁਲੈ, ਅਜੈ ਚਵਰ ਸਿਰ ਢੁਲੈ, ਅਜੈ ਅਜੈ ਤੋਂ ਭਾਵ ਅਜੈਤਾ ਰੂਪੀ ਜਿਹੜਾ ਜਿਹੜਾ ਸਦਾ ਹੀ ਰਹਿਣ ਵਾਲਾ ਚਵਰ ਸਿਰ ਢੁੱਲੈ ਰੱਬੀ ਚੌਰ ਸਾਹਿਬ ਮਹਾਰਾਜ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਜੀ ਦਾ ਜਸ ਰੂਪੀ ਚੌਰ ਸਾਹਿਬ ਸੀਸ ਦੇ ਉੱਤੇ ਝੂਲ ਰਿਹਾ ਹੈ ਸਦਾ ਪੰਜਵੇਂ ਸਤਿਗੁਰਾਂ ਦੇ ਨਾਮ ਅੰਮ੍ਰਿਤ ਮੁਖ ਲਈਓ, ਤੇ ਗੁਰੂ ਸਾਹਿਬ ਜੀ ਦੇ ਸਦਾ ਹੀ ਨਾਮ ਅੰਮ੍ਰਿਤ ਮੁਖ ਲਈਓ, ਮੁਖ ਮੂੰਹ ਮੁਖ ਦੁਆਰਾ ਮੂੰਹ ਨਾਲ ਨਾਮ ਅੰਮ੍ਰਿਤ ਹੀ ਲਈਓ ਲੈਣਾ ਉਚਾਰਨਾ ਕੀਤਾ ਹੈ। ਜਾਂ ਭੱਟ ਕਹਿੰਦੇ ਅਸੀਂ ਗੁਰਾਂ ਦੇ ਮੁਖ ਨਾਲ ਗੁਰੂ ਸਾਹਿਬ ਜੀ ਦੀ ਸਿੱਖਿਆ ਦੁਆਰਾ ਬਚਨ ਜਿਹੜੇ ਨਿਕਲੇ ਨੇ ਮੁਖ ਤੋਂ ਉਹਨਾਂ ਦੁਆਰਾ ਆਪਣੇ ਮੁਖ ਨਾਲ ਪਰਮੇਸ਼ਰ ਦਾ ਅੰਮ੍ਰਿਤ ਨਾਮ ਲਈਓ ਲੈਣਾ ਜਪਣਾ ਕੀਤਾ ਏ। ਜਿਵੇਂ ਚੌਰ ਸਾਹਿਬ ਢੁੱਲਦਾ ਹੈ ਨਾ ਇਸੇ ਪ੍ਰਕਾਰ ਇੱਥੇ ਇਹ ਜਣਾਇਆ ਵੀ ਅਜੈ ਸਦਾ ਹੀ ਅਜੈਤਾ ਰੂਪ ਜਿਹੜਾ ਕਦੀ ਵੀ ਚੌਰ ਜਿਹੜਾ ਜਿੱਤ ਦੀ ਨਿਸ਼ਾਨੀ ਹੁੰਦੀ ਜਿਹਦੇ ਕੋਲ ਰਾਜ ਭਾਗ ਹੋਵੇ ਉਹਦੇ ਸਿਰ 'ਤੇ ਚਵਰ ਝੁੱਲਦੇ ਨੇ ਅਤੇ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਉੱਤੇ ਜੋ ਰੱਬੀ ਜਸ ਰੂਪੀ ਚਵਰ ਸਾਹਿਬ ਝੂਲ ਰਿਹਾ ਹੈ ਇਹ ਸਦਾ ਹੀ ਅਜੈਤਾ ਰੂਪ ਹੈ, ਇਹਨੂੰ ਕੋਈ ਜਿੱਤ ਨਹੀਂ ਸਕਦਾ ਤੇ ਮੁਖ ਦੁਆਰਾ ਨਾਮ ਅੰਮ੍ਰਿਤ ਲੈਂਦੇ ਹਨ। ਗੁਰ ਅਰਜੁਨ ਸਿਰ ਸਿਰ ਛਤਰ, ਗੁਰ ਅਰਜੁਨ ਸਿਰ ਛਤਰ, ਗੁਰੂ ਅਰਜਨ ਦੇਵ ਜੀ ਦੇ ਸੀਸ ਦੇ ਉੱਤੇ ਪ੍ਰਤੱਖ ਜੋ ਛਤਰ ਹੈ ਜੋ ਜਸ ਰੂਪੀ ਛਤਰ ਝੂਲ ਰਿਹਾ ਹੈ ਜਾਂ ਗੁਰਤਾ ਗੱਦੀ ਦਾ ਜੋ ਛਤਰ ਹੈ ਆਪ ਪਰਮੇਸ਼ਰ ਦੀ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਦੇਣਾ ਕੀਤਾ ਹੈ ਗੁਰੂ ਰਾਮਦਾਸ ਸਾਹਿਬ ਰੂਪ ਹੋ ਕੇ। ਮਿਲ ਨਾਨਕ ਅੰਗਦ ਅਮਰ ਗੁਰ, ਮਿਲ ਨਾਨਕ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰੂ ਅੰਗਦ ਦੇਵ ਰੂਪ ਹੋਏ ਫਿਰ ਅੰਗਦ ਅਮਰ ਗੁਰ, ਗੁਰੂ ਅੰਗਦ ਦੇਵ ਸਾਹਿਬ ਨਾਲ ਮਿਲ ਕੇ ਗੁਰੂ ਅਮਰਦਾਸ ਜੀ ਗੁਰੂ ਰੂਪ ਹੋਏ। ਮਿਲ ਨਾਨਕ ਗੁਰੂ ਨਾਨਕ ਸਾਹਿਬ ਜੀ ਨਾਲ ਗੁਰੂ ਅੰਗਦ ਦੇਵ ਜੀ ਮਿਲ ਕੇ ਗੁਰੂ ਰੂਪ ਹੋ ਗਏ ਅੰਗਦ ਅਮਰ ਗੁਰ, ਅਤੇ ਗੁਰੂ ਅੰਗਦ ਸਾਹਿਬ ਜੀ ਦੀ ਸੰਗਤ 'ਚ ਮਿਲ ਕੇ ਗੁਰੂ ਅਮਰਦਾਸ ਸਾਹਿਬ ਗੁਰੂ ਰੂਪ ਹੋਏ। ਗੁਰ ਰਾਮਦਾਸ ਹਰ ਪਹਿ ਗਇਓ, ਗੁਰ ਰਾਮਦਾਸ ਹਰ ਪਹਿ ਗਇਓ, ਤੇਵੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਮਿਲ ਕੇ ਗੁਰੂ ਰਾਮਦਾਸ ਜੀ ਹਰੀ ਦੇ ਪੈ ਕੋਲ ਚਲੇ ਗਏ ਭਾਵ ਆਪਣੇ ਸਰੂਪ ਦੇ ਅੰਦਰ ਲੀਨ ਹੋ ਗਏ। ਹਰਬੰਸ ਜਗਤ ਜਸ ਸੰਚਰਿਆ, ਹਰਬੰਸ ਭੱਟ ਜੀ ਕਥਨ ਕਰਦੇ ਨੇ ਜਗਤ ਜਸ ਸੰਚਰਿਆ,
ਸੰਚਰਿਆ ਉਹ ਪਾਠ ਕਰਨਾ ਸੰਗਤ ਜੀ ਸਾਰੇ ਜਗਤ ਦੇ ਵਿੱਚ ਸੰਸਾਰ ਵਿੱਚ ਸਤਿਗੁਰਾਂ ਦਾ ਹੀ ਜਸ ਸੰਚਰਿਓ ਪ੍ਰਵਿਰਤ ਹੋ ਰਿਹਾ ਸਭ ਵਿੱਚ ਫੈਲ ਰਿਹਾ ਹਿਰਦਿਆਂ 'ਚ ਵਸ ਰਿਹਾ ਹੈ। ਸੋ ਕਵਣ ਕਹੈ ਸ੍ਰੀ ਗੁਰ ਮੋਇਆ। ਸੋ ਇਹੋ ਜਿਹਾ ਕਵਣ ਕੌਣ ਪਾਪੀ ਜੀਵ ਜੰਮ ਪਿਆ ਹੈ ਜਿਹੜਾ ਕਹੈ ਕਹਿੰਦਾ ਹੈ ਵੀ ਸ੍ਰੀ ਗੁਰ ਮੋਏ ਆਓ ਮੋਇਓ ਪਾਠ ਮੰਮੇ ਅੰਕਲ ਮੋਏ ਆਓ ਈੜੀ ਸਿਹਾਰੀ ਐੜਾ ਉੜੇ ਅੰਕਲ ਮੋਏ ਆਓ। ਉਹ ਕਿਹੜਾ ਇਹੋ ਜਿਹਾ ਕਹਿੰਦੇ ਪਾਪੀ ਜੰਮ ਪਿਆ ਹੈ ਸੜੇ ਮੂੰਹ ਵਾਲਾ ਜਿਹੜਾ ਗੁਰੂ ਸਾਹਿਬ ਨੂੰ ਕਵੇ ਵੀ ਗੁਰੂ ਸਾਹਿਬ ਮੋਏ ਮਰ ਗਏ ਹਨ। ਗੁਰੂ ਪਰਮੇਸ਼ਵਰ ਸਰੂਪ ਨੇ ਸਿੱਖਾਂ ਨੂੰ ਜੰਮਣ ਮਰਨ ਤੋਂ ਰਹਿਤ ਕਰਨ ਵਾਲੇ ਨੇ, ਉਹ ਆਪ ਕਿਵੇਂ ਸਾਧ ਸੰਗਤ ਮਰ ਸਕਦੇ। ਸੋ ਐਸਾ ਕੌਣ ਮਨਮੁੱਖ ਹੈ ਜੋ ਕਵੇ ਵੀ ਜਗਤ ਦੇ ਆਮ ਜੀਵਾਂ ਵਾਂਗ ਚੌਥੇ ਪਾਤਸ਼ਾਹ ਜੋਤੀ ਜਿਹੜੇ ਨੇ ਉਹ ਚੜ੍ਹਾਈ ਕਰ ਗਏ ਨੇ, ਸਰੀਰ ਛੱਡ ਗਏ ਹਨ। ਦੇਵਪੁਰੀ ਮਹਿ ਗਇਆ। ਦੇਵਪੁਰੀ ਮਹਿ ਗਇਓ, ਜਦੋਂ ਸਾਧ ਸੰਗਤ ਚੌਥੇ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਸੀ, ਉਦੋਂ ਦੇਵਤਿਆਂ ਨੇ ਰੱਬ ਅੱਗੇ ਬੇਨਤੀ ਕੀਤੀ ਵੀ ਦੈਂਤ ਮਹਾਰਾਜ ਸਾਨੂੰ ਫਿਰ ਤੰਗ ਕਰਦੇ ਨੇ, ਜਿਵੇਂ ਪਹਿਲਾਂ ਤੁਸੀਂ ਛਡਾਉਂਦੇ ਰਹੇ ਹੋ ਦੁਬਾਰਾ ਸਾਨੂੰ ਦੁੱਖ ਦਿੰਦੇ ਨੇ, ਆਪ ਕਿਰਪਾ ਕਰਕੇ ਮਦਦ ਕਰੋ। ਤਾਂ ਉਸ ਵੇਲੇ ਪਰਮੇਸ਼ਰ ਨੇ ਕਿਹਾ ਵੀ ਮੈਂ ਗੁਰੂ ਰਾਮਦਾਸ ਰੂਪ ਹੋ ਕੇ ਜਦ ਜਗਤ ਵਿੱਚ ਵਿਚਰਾਂਗਾ ਫਿਰ ਤੁਹਾਡੀ ਆ ਕੇ ਫਿਰ ਮਦਦ ਕਰਾਂਗਾ, ਜਦੋਂ ਸੱਚਖੰਡ ਵਿੱਚ ਆਵਾਂਗਾ ਚੌਥੇ ਸਰੂਪ ਅੰਦਰ ਆਉਂਦੇ ਹੋਏ ਸਵਰਗਾਂ 'ਚ ਤੁਹਾਡੀ ਕਲਿਆਣ ਕਰਨ ਲਈ ਮਦਦ ਕਰਨ ਵਾਸਤੇ ਆਵਾਂਗਾ। ਇਸ ਅਨੁਸਾਰ ਪਰਮੇਸ਼ਰ ਦੀ ਆਗਿਆ ਨੂੰ ਮੰਨ ਕੇ ਪਹਿਲੇ ਅਰਥ ਦੇ ਵਿੱਚ ਕਹਿੰਦੇ ਹਨ ਦੇਵਪੁਰੀ ਮਹਿ ਗਇਆ। ਤਦੋਂ ਗੁਰੂ ਅਰਜਨ ਦੇਵ ਸਾਹਿਬ ਦੇਵ ਦੇਵਤਿਆਂ ਦੀ ਸਵਰਗਪੁਰੀ ਦੇ ਵਿੱਚ ਚਲੇ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ। ਦੇਵਪੁਰੀ ਮਹਿ ਗਇਓ, ਗੁਰੂ ਰਾਮਦਾਸ ਸਾਹਿਬ ਸੱਜੇ ਪਾਤਸ਼ਾਹ ਜੀ ਦੇਵਤਿਆਂ ਦੀ ਸਵਰਗਪੁਰੀ ਵਿੱਚ ਗਏ। ਆਪ ਪਰਮੇਸ਼ਰ ਭਾਇਆ। ਆਪ ਪਰਮੇਸ਼ਵਰ ਭਾਇਓ, ਪਰਮੇਸ਼ਰ ਨੂੰ ਆਪ ਸਤਿਗੁਰਾਂ ਦਾ ਜਾਣਾ ਭਾਇਆ ਚੰਗਾ ਲੱਗਾ। ਹਰ ਸਿੰਘਾਸਨ ਦੀਆ। ਜਦੋਂ ਚੌਥੇ ਪਾਤਸ਼ਾਹ ਗਏ ਤਾਂ ਵੇਖ ਕੇ ਹਰ ਇੰਦਰ ਨੇ ਗੁਰਾਂ ਨੂੰ ਬੈਠਣ ਲਈ ਆਪਣਾ ਸਿੰਘਾਸਨ ਛੱਡ ਦਿੱਤਾ। ਸ੍ਰੀ ਗੁਰ ਤਹਿ ਬਿਠਾਇਆ। ਬੈਠਾਇਓ ਸ੍ਰੀ ਗੁਰ ਤਹਿ ਬੈਠਾਇਆ। ਸ੍ਰੀ ਗੁਰ ਤਹਿ ਬੈਠਾਇਓ, ਸ੍ਰੀ ਸ਼੍ਰੋਮਣੀ ਗੁਰੂ ਰਾਮਦਾਸ ਜੀ ਨੂੰ ਉੱਥੇ ਸਵਰਗ ਵਿੱਚ ਆਪਣੇ ਸਿੰਘਾਸਨ ਤੇ ਬਿਠਾਉਣਾ ਕੀਤਾ। ਰਸ ਕੀਆ ਰਹਿਸ, ਰਹਿਸ ਕੀਆ ਸੁਰ ਦੇਵ। ਸਵਰਗ ਦੇ ਵਿੱਚ ਜਾਣ ਕਰਕੇ ਜਿਹੜੇ ਸੁਰ ਦੇਵ ਤੇ ਸਨ ਰਾਜੇ ਇੰਦਰ ਨੇ ਬੜੀ ਰਹਿਸ ਪ੍ਰਸੰਨਤਾ ਕੀਤੀ, ਬਹੁਤ ਖੁਸ਼ੀਆਂ ਦੇ ਗੀਤ ਗਾਏ। ਤੋਹੇ ਜਸ ਜੈ ਜੈ ਜੰਪੈ। ਇੰਦਰ ਕਹਿੰਦਾ ਮਹਾਰਾਜ ਸਾਰੇ ਅਸੀਂ ਦੇਵਤੇ ਰਿਖੀ ਮੁਨੀ ਤੋਹੇ ਆਪ ਜੀ ਦੇ ਜਸ ਨੂੰ ਜੈ ਜੈ ਜੰਪੈ ਜੈ ਜੈਕਾਰ ਕਰਕੇ ਜਪਦੇ ਹਾਂ। ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ। ਅਸੁਰ ਗਏ ਤੇ ਭਾਗ। ਜਦੋਂ ਮਹਾਰਾਜ ਸਿੰਘਾਸਨ ਤੇ ਬੈਠੇ ਨਾ ਚੌਥੇ ਪਾਤਸ਼ਾਹ ਜਾ ਕੇ ਇੰਦਰ ਦੇ, ਤੇ ਅਸੁਰ ਗਏ ਤੇ ਭਾਗ, ਉੱਥੇ ਜੋ ਦੈਂਤ ਦੇਵਤਿਆਂ ਨੂੰ ਨੱਪਣਾ ਚਾਹੁੰਦੇ ਸੀ ਉਹ ਸਾਰੇ ਹੀ ਭੱਜ ਗਏ, ਦੌੜ ਗਏ। ਪਾਪ ਤਿੰਨ ਭੀਤਰ ਕੰਪੈ। ਉਹਨਾਂ ਦੇ ਹਿਰਦੇ ਦੇ ਵਿੱਚ ਦੇਵਤਿਆਂ ਨੂੰ ਦਬਾ ਦੇਣ ਦਾ ਪਾਪ ਸੀ, ਇਸ ਕਰਕੇ ਉਹ ਕੰਬ ਕੇ ਭੱਜ ਗਏ, ਦਿਲ ਕੰਬ ਗਿਆ। ਮਹਾਰਾਜ ਨੇ ਕਲਿਆਣ ਕੀਤੀ। ਇਹ ਵੀ ਸੰਪਰਦਾਇ ਚ ਅਰਥ ਕਰਦੇ ਨੇ, ਫੇਰ ਪੜੋ। ਅਸੁਰ ਗਏ ਦੇਵ, ਦੇਵਪੁਰੀ ਮਹਿ ਗਇਆ। ਦੇਵਪੁਰੀ ਮਹਿ ਗਇਓ, ਜਦੋਂ ਮਹਾਰਾਜ ਸਾਹਿਬ ਗੁਰੂ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਰੂਪ ਵਾਹਿਗੁਰੂ ਦੀ ਜੋ ਪੂਰੀ ਬੈਕੁੰਠ ਧਾਮ ਸੱਚਖੰਡ ਨੂੰ ਚਲੇ ਗਏ। ਆਪ ਪਰਮੇਸ਼ਰ ਭਾਇਆ। ਆਪ ਪਰਮੇਸ਼ਵਰ, ਵਾਧਾ ਬੋਲੇਗਾ ਇੱਥੇ, ਆਪ ਪਰਮੇਸ਼ਵਰ ਭਾਇਓ
ਤੇ ਆਪ ਪਰਮੇਸ਼ਰ ਨੂੰ ਜਦੋਂ ਚੰਗਾ ਲੱਗਾ, ਭਾਵ ਰੱਬ ਜੀ ਨੂੰ ਜਦੋਂ ਮਹਾਰਾਜ ਗਏ ਤਾਂ ਬਹੁਤ ਚੰਗੇ ਲੱਗੇ। ਚੌਥੇ ਪਾਤਸ਼ਾਹ ਹਰ ਸਿੰਘਾਸਨ ਦੀ ਸਿੰਘਾਸਨ ਹਰ ਸਿੰਘਾਸਨ ਦੀ ਆਓ ਹਰ ਸਿੰਘਾਸਨ ਦੀ ਆਓ ਤੇ ਫਿਰ ਹਰੀ ਪਰਮੇਸ਼ਰ ਨੇ ਸਿੰਘਾਸਨ ਤਖ਼ਤ ਦਿੱਤਾ, ਭਾਵ ਕਿ ਆਪਣੇ ਨਾਲ ਜੋ ਭੇਦਤਾ ਕੀਤੀ ਚੌਥੇ ਪਾਤਸ਼ਾਹ ਦੀ ਜੋਤ ਦੀ, ਇਹ ਸਿੰਘਾਸਨ ਦਿੱਤਾ ਬੈਠਣ ਦੇ ਲਈ। ਸ੍ਰੀ ਗੁਰ ਤਹਿ ਬੈਠਾਇਆ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਦਰ ਨਾਲ ਤਹਿ ਉੱਥੇ ਆਪਣੇ ਸਰੂਪ ਵਿੱਚ ਵਾਹਿਗੁਰੂ ਨੇ ਇੱਕ ਮੇ ਕਰਨ ਰੂਪੀ ਬਿਠਾ ਲਿਆ। ਰਹੱਸ ਕੀ ਰਹਿਸ ਕੀ ਸੁਰਦੇਵ, ਉਦਾਂ ਰਹੱਸ ਹੀ ਹੁੰਦਾ ਪਾਠ ਪਰ ਚਾਲ ਮੁਤਾਬਕ ਇੱਥੇ ਰਹਿਸ ਹੈ। ਰਹਿਸ ਕੀ ਆਓ ਸੁਰਦੇਵ, ਕਹਿੰਦੇ ਵੀ ਜਿੰਨੇ ਵੀ ਸੁਰਦੇਵ ਭਾਵ ਕੇ ਦੇਵ ਆਤਮਾ ਸਨ ਜਾਂ ਸਭ ਦੇਵਤਿਆਂ ਦਾ ਜਿਹੜਾ ਪ੍ਰਕਾਸ਼ ਰੂਪ ਸੀ ਅਕਾਲ ਪੁਰਖ ਵਾਹਿਗੁਰੂ ਨੇ ਬੜੀ ਹੋਈ ਰਹਿਸ ਖੁਸ਼ੀ ਪ੍ਰਸੰਨਤਾ ਕੀਤੀ ਵੀ ਆਪ ਆਏ ਹੋ ਚੌਥੇ ਪਾਤਸ਼ਾਹ। ਜਸ ਜੈ ਜੈ ਜੰਪਹਿ, ਪਰਮੇਸ਼ਰ ਅਕਾਲ ਪੁਰਖ ਨੇ ਕਿਹਾ ਹੇ ਗੁਰੂ ਜੀ ਤੋਹੇ ਆਪ ਜੀ ਦੇ ਜਸ ਨੂੰ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਦੇ ਜੀਵ ਜੈ ਜੈ ਕਰਕੇ ਜਪ ਰਹੇ ਹਨ। ਅਸੁਰ ਗਏ ਤੇ ਭਾਗ, ਸਤਿਗੁਰੂ ਜੀ ਆਪ ਜੀ ਦਾ ਜਸ ਕਰਨ ਵਾਲੇ ਜੀਵਾਂ ਦੇ ਅੰਦਰੋਂ ਅਸੁਰ ਗਏ ਤੇ ਭਾਗ ਜਿਹੜੇ ਕਾਮ ਕ੍ਰੋਧ ਰੂਪੀ ਦੈਂਤ ਸਨ ਉਹ ਦੌੜ ਗਏ। ਪਾਪ ਤਿੰਨ ਭੀਤਰ ਕੰਪੈ, ਉਹਨਾਂ ਦੇ ਪਾਪ ਕਰਮ ਵੀ ਹਿਰਦੇ ਜੋ ਕੰਬ ਕੰਬ ਕੇ ਬਾਹਰ ਨਿਕਲ ਜਾਂਦੇ ਹਨ, ਜਿਵੇਂ ਬੁਖਾਰ ਕਹਿੰਦੇ ਨਾ ਕੰਬੇ ਨਾ ਨਿਕਲਦਾ ਦਵਾਈ ਖਾਦੇ, ਐਵੇਂ ਕੰਬ ਕੰਬ ਪਾਪ ਬਾਹਰ ਨਿਕਲ ਗਏ। ਕਾਟੇ ਸੋ ਪਾਪ ਤਿੰਨ ਨਰ ਹੋ ਕੇ, ਸੋ ਉਹਨਾਂ ਪੁਰਖਾਂ ਦੇ ਸਾਰੇ ਹੀ ਪਾਪ ਗੁਨਾਹ ਆਪ ਜੀ ਨੇ ਕੱਢ ਦਿੱਤੇ ਹਨ, ਕੱਟੇ ਗਏ ਨੇ। ਗੁਰ ਰਾਮਦਾਸ ਜਿਨ ਪਾਏ, ਰਾਮਦਾਸ ਸਾਹਿਬ ਜਿਨ੍ਹਾਂ ਨੇ ਆਪ ਜੀ ਨੂੰ ਪਾਇਓ ਪਾਉਣਾ ਕੀਤਾ ਹੈ, ਆਪ ਜੀ ਦੇ ਦਰਸ਼ਨ ਕੀਤੇ ਨੇ, ਇਹ ਅਕਾਲ ਪੁਰਖ ਵੱਲੋਂ ਬਚਨ ਹੋਏ ਹਨ। ਸਤਰ ਸਿੰਘਾਸਨ ਪ੍ਰਥਮੀ ਪ੍ਰਥਮੀ ਰਾਰਾ ਪੂਰਾ ਬੋਲੋ, ਸਤਰ ਸਿੰਘਾਸਨ ਪ੍ਰਥਮੀ, ਸਾਧ ਸੰਗਤ ਪ੍ਰਥਮੀ ਕਹਿੰਦੇ ਨੇ ਸਾਰੇ, ਚਰਨ ਚਲਾਰਾ ਹੋਵੇ ਫਿਰ ਪ੍ਰਥਮੀ ਉਚਾਰਨਾ ਇਹ ਪ੍ਰਥਮੀ। ਸ਼ਤਰ ਸਿੰਘਾਸਨ, ਸ਼ਤਰ ਕਹਿਣਾ ਸ਼ਤਰ ਵੀ ਨਹੀਂ ਕਹਿਣਾ, ਸ਼ਤਰ ਸਿੰਘਾਸਨ ਪ੍ਰਥਮੀ। ਹੇ ਸਤਿਗੁਰੂ ਜੀ ਜੋ ਆਪ ਜੀ ਦੇ ਕੋਲ ਪ੍ਰਥਮੀ ਸ੍ਰਿਸ਼ਟੀ ਦੇ ਅੰਦਰ ਗੁਰਤਾ ਗੱਦੀ ਰੂਪੀ ਸਿੰਘਾਸਨ ਤਖਤ ਅਤੇ ਪ੍ਰਤੱਖ ਜਾਂ ਜਸ ਰੂਪੀ ਸ਼ਤਰ ਝੂਲ ਰਿਹਾ ਸੀ। ਗੁਰ ਅਰਜੁਨ ਕਉ ਦੇ ਆਇਆ, ਗੁਰ ਅਰਜੁਨ ਕਉ ਦੇ ਆਇਓ, ਉਹ ਆਪ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇ ਕੇ ਆਇਓ ਆਏ ਹੋ ਸੱਚਖੰਡ ਦੇ ਵਿੱਚ। ਇੱਥੇ ਭੱਟ ਸਾਹਿਬਾਨਾਂ ਦੇ ਸਵਈਏ ਸਮਾਪਤ ਹੁੰਦੇ ਨੇ, ਲਿਖਿਆ ਨਾ 2, 21, 9, 11, 10, 10, 22, 60, 122 ਇਹ ਅੰਕੜੇ ਲਿਖੇ ਨੇ। 2 ਤੋਂ ਭਾਵ ਹਰਬੰਸ ਜੀ ਦੇ 2 ਸਵਈਏ ਸੰਪੂਰਨ ਹੋਏ ਨੇ, 21 ਤੋਂ ਭਾਵ ਪੰਜਵੇਂ ਪਾਤਸ਼ਾਹ ਦੀ ਮਹਿਮਾ ਦੇ 21 ਸਵਈਏ ਹਨ। ਫਿਰ ਅੱਗੇ ਜੋ 9 ਆਉਂਦਾ ਹੈ ਪੰਜਵੇਂ ਪਾਤਸ਼ਾਹ ਦੇ ਮੁੱਖ ਵਾਕ ਸਵਈਏ ਜਿਹ 'ਚ ਗੁਰੂ ਨਾਨਕ ਦੇਵ ਜੀ ਨੂੰ ਇੱਕ ਰੂਪ ਕਰਕੇ ਰੱਬ ਨਾਲ ਵਿਖਾਇਆ। 11 ਸਵਈਏ ਭੱਟਾਂ ਨੂੰ ਉਪਦੇਸ਼ ਦੇਣ ਲਈ ਪੰਜਵੇਂ ਪਾਤਸ਼ਾਹ ਵਿਚਾਰੇ। 10 ਸਵਈਏ ਭੱਟਾਂ ਨੇ ਰਲਵੇਂ ਗੁਰੂ ਨਾਨਕ ਦੇਵ ਜੀ ਦੀ ਮਹਿਮਾ 'ਚ, 10 ਸਵਈਏ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਹਿਮਾ 'ਚ, 22 ਸਵਈਏ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਮਹਿਮਾ 'ਚ, 60 ਸਵਈਏ ਗੁਰੂ ਰਾਮਦਾਸ ਸਾਹਿਬ ਦੀ ਮਹਿਮਾ ਦੇ ਵਿੱਚ ਉਚਾਰਨ ਕੀਤੇ। ਇਵੇਂ 122 ਜਿਹੜੇ ਕੁੱਲ ਸਵਈਏ ਹਨ ਇਹ ਭੱਟ ਸਾਹਿਬਾਨਾਂ ਨੇ ਉਚਾਰਨ ਕੀਤੇ। ਉਹ ਕੁੱਲ ਸਵਈਏ ਜਿਹੜੇ ਨੇ ਜੋੜ ਉਹਨਾਂ ਦਾ 143 ਆਉਂਦਾ ਹੈ ਜੇ ਕਰੀਏ, ਪਰ ਮਹਾਰਾਜ ਸਾਹਿਬ ਜੀ ਨੇ ਆਪਣੇ ਜਿਹੜੇ ਉਸਤਰੀ ਦੇ ਸਵਈਏ ਨੇ ਨਾ ਸਾਧ ਸੰਗਤ 22 ਇਹ ਮਹਾਰਾਜ ਸਾਹਿਬ ਨੇ ਗਿਣਤੀ ਵਿੱਚੋਂ ਪਰੇ ਰੱਖੇ ਹਨ। ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਨੇ
ਜੋ ਐਸੀ ਮਰਿਆਦਾ ਗੁਰੂ ਅਰਜਨ ਦੇਵ ਜੀ ਦੀ ਉਸਤਰੀ ਦੇ ਕੁੱਲ 21 ਸਵਈਏ ਸਨ, ਉਹ ਸਾਰੇ ਹੀ ਭੱਟ ਕੱਲ ਸਹਾਰ ਕੱਲ ਮਥੁਰਾ ਹਰਬੰਸ ਦੇ ਉਚਾਰਨ ਕੀਤੇ, ਪੰਜਾਂ ਪਾਤਸ਼ਾਹੀਆਂ ਦੀ ਮਹਿਮਾ 'ਚ ਭੱਟਾਂ ਦੇ ਉਚਾਰੇ ਸਵਈਏ। ਸੋ ਉਹ 143 ਨੇ ਭਾਵੇਂ, ਪਰ ਇੱਥੇ 122 ਲਿਖਣ ਦਾ ਕਾਰਨ ਇਹ ਹੈ ਵੀ ਮਹਾਰਾਜ ਜੋ ਵੱਡੇ ਹੁੰਦੇ ਨੇ ਉਹ ਆਪਣੀ ਉਸਤਤੀ ਨਹੀਂ ਮੰਨਦੇ। ਇੱਥੇ ਪਾਤਸ਼ਾਹ ਜੀ ਨੇ ਆਪਣੀ ਨਿਮਰਤਾ ਦਰਸਾਉਂਦੇ ਆ ਆਪਣੀ ਉਸਤਤੀ ਦੇ ਕਿ ਸਵਈਆਂ ਦਾ ਕੁੱਲ ਜੋੜ ਸਵਈਆਂ 'ਚੋਂ ਸਾਧ ਸੰਗਤ ਨਾਲ ਨਹੀਂ ਦਿੱਤਾ, ਇਸ ਕਰਕੇ 122 ਲਿਖਿਆ ਹੈ ਸੰਸਾ ਨਹੀਂ ਕਰਨਾ। ਅਤੇ ਜਿਹੜੇ ਜੋੜ ਇਹ ਗਿਣਤੀ ਦੀ ਜੋੜ ਮੋੜ ਦੇ ਵਿੱਚ ਆ ਕੇ ਕਹਿੰਦੇ ਵੀ ਭੱਟ 11 ਹੀ ਨੇ ਕਿਉਂਕਿ ਵੱਖਰਾ ਅੰਕ ਨਹੀਂ ਲੱਗਾ, ਉਹ ਇਹ ਸਮਝ ਲੈਣ ਵੀ ਇਹ ਅੰਕ ਲਾਉਣੇ ਲਾਉਣੇ ਨਾ ਲਾਉਣੇ ਮਹਾਰਾਜ ਦੀ ਆਪਣੀ ਸੁਤੰਤਰਤਾ ਹੈ। ਪਾਤਸ਼ਾਹ ਜੀ ਨੇ ਨਿਯਮ ਵੀ ਰੱਖਿਆ, ਇਹਦੇ ਨਿਯਮ ਦੇ ਵਿੱਚ ਬੱਝੇ ਵੀ ਨਹੀਂ ਮਹਾਰਾਜ। ਸੋ ਇਸ ਕਰਕੇ 17 ਭੱਟ ਸਾਹਿਬਾਨਾਂ ਦੇ, ਇੱਕ ਬ੍ਰਹਮਾ ਦਾ ਅਵਤਾਰ ਅਤੇ 16 ਵੇਦਾਂ ਦੇ ਅਵਤਾਰ, ਇਹਨਾਂ ਦੀ ਕਲਿਆਣ ਹੀ ਮਹਾਰਾਜ ਦੇ ਦਰ 'ਤੇ ਆ ਕੇ ਹੋਈ। ਜੇ ਆਪਾਂ ਗੱਲ ਕਵਾਂਗੇ ਇਹਦੇ ਵਿੱਚ ਸਾਡੀ ਹਾਨੀ ਨਹੀਂ ਵੜਿਆਈ ਹੈ ਵੀ ਵੇਖੋ ਜਿਸ ਬ੍ਰਹਮਾ ਨੂੰ ਸਨਾਤਨ ਮੰਨਦਾ ਵੀ ਸ੍ਰਿਸ਼ਟੀ ਦਾ ਰਚਨਹਾਰ ਹੈ, ਜਿਹਨਾਂ 4 ਵੇਦਾਂ ਦੇ ਉੱਤੇ ਸਨਾਤਨੀਆਂ ਦਾ ਭਰੋਸਾ ਹੈ, ਉਹਨਾਂ ਵੀ ਸ਼ਾਂਤੀ ਲਈ ਰੂਪ ਧਾਰ ਕੇ 5ਵੇਂ ਪਾਤਸ਼ਾਹ ਦੇ ਦਰ 'ਤੇ ਆ ਕੇ ਮਹਿਮਾ ਕੀਤੀ ਅਤੇ ਤਾਂ ਮੁਕਤ ਹੋਏ। ਸੋ ਅੱਗੇ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ ਹਨ 1410 ਅੰਗ ਤੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਸਲੋਕ 12 ਤੇ ਵਧੀਕ, ਸਲੋਕ 12 ਤੇ ਵਧੀਕ ਬਾਣੀ ਉਚਾਰਦੇ ਨੇ। 1410 ਅੰਗ ਤੇ ਸੁਭਾਏ ਮਾਣ ਹੈ। ਪਹਿਲਾ ਮੰਗਲਾ ਚਰਨ ਮਹਾਰਾਜ ਜੀ ਨੇ ਮਹਾਂਮੰਤਰ ਉਚਾਰਿਆ ਹੈ, ਉਹਦੇ ਅਰਥ ਸਰਵਣ ਕਰ ਲਈਏ। ਇੱਕ ਓਅੰਕਾਰ, ਇੱਕ ਅਦੁੱਤੀ ਓਅੰਕਾਰ ਸਰਵ ਦਾ ਪ੍ਰਕਾਸ਼ਕ ਹੈ ਜੋ ਪਰਮੇਸ਼ਰ ਸਤਨਾਮ ਸਤ ਜੋ ਤਿੰਨਾਂ ਸਮਿਆਂ 'ਚ ਨਾਸ਼ ਤੋਂ ਰਹਿਤ ਹੈ, ਨਾਮ ਜੋ ਪ੍ਰਸਿੱਧ ਸਰੂਪ ਹੈ, ਕਰਤਾ ਪੁਰਖ ਕਰਤਾ ਜਗਤ ਦਾ ਰਚਣ ਵਾਲਾ ਪੁਰਖ ਸਾਰਿਆਂ 'ਚ ਵਿਆਪਕ ਹੈ, ਨਿਰਭਉ ਨਿਰਵੈਰ ਨਿਰਭਉ ਡਰ ਤੋਂ ਰਹਿਤ, ਨਿਰਵੈਰ ਵੈਰ ਤੋਂ ਰਹਿਤ ਸਰੂਪ ਹੈ, ਅਕਾਲ ਮੂਰਤ ਅਕਾਲ ਕਾਲ ਤੋਂ ਮੌਤ ਤੋਂ ਰਹਿਤ ਮੂਰਤ ਸਰੂਪ ਹਸਤੀ ਵਾਲਾ ਏ, ਅਜੂਨੀ ਅਜਨਮਾ ਹੈ ਉਹ ਸਾਡੇ ਵਾਂਗੂ ਜੰਮ ਕੇ ਨਹੀਂ ਆਇਆ, ਸੈਭੰ ਸੁਤੇ ਪ੍ਰਕਾਸ਼ ਹੈ ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੁਆਰਾ ਮਿਲਦਾ ਏ। ਸਲੋਕ 12 ਤੇ ਵਧੀਕ, ਇਸ ਤੁਕ ਦੇ 2 ਤਰ੍ਹਾਂ ਅਰਥ ਕਰਦੇ ਨੇ ਵੀ ਸਲੋਕ 12 ਤੇ ਵਧੀਕ, ਜਿਵੇਂ 12 ਨੇ ਨਾ ਪੌੜੀਆਂ ਦਾ ਨਾਮ 12 ਨੇ, ਉਹਨਾਂ ਨਾਲ ਸਲੋਕ ਨਹੀਂ ਸੀ ਪਹਿਲਾਂ ਲੱਗੇ ਜਦੋਂ ਮਹਾਰਾਜ ਨੇ ਰਚਨਾ ਕੀਤੀ, ਤੇ ਜੋ 22 ਨੇ ਉਹਨਾਂ ਦੇ ਨਾਲ ਪੌੜੀਆਂ ਨਾਲ ਸਲੋਕ 5ਵੇਂ ਪਾਤਸ਼ਾਹ ਨੇ ਮੇਲ ਕੇ ਲਾਏ ਜੋ ਸਿਧਾਂਤ ਨਾਲ ਮੇਲ ਖਾਂਦੇ ਸਨ, ਅਤੇ ਜਿਹੜੇ ਸਲੋਕ ਉੱਥੇ 12 'ਚ ਦਰਜ ਕਰਨ ਤੋਂ ਰਹਿ ਗਏ ਉਹ 12 ਤੋਂ ਵਧੀਕ ਸਲੋਕ ਮਹਾਰਾਜ ਨੇ ਇੱਥੇ ਫਿਰ ਭੱਟਾਂ ਦੇ ਸੋਈਆਂ ਤੋਂ ਬਾਅਦ ਇੱਥੇ ਦਰਜ ਕੀਤੇ ਹਨ। ਅਤੇ ਇੱਕ ਤਾਂ ਇਹ ਹੈ 152 ਹੈ ਇਹਨਾਂ ਦੀ ਗਿਣਤੀ, ਅਤੇ ਸਲੋਕ 12 ਜਾਂ ਇੱਦਾਂ ਵੀ ਅਰਥ ਕਰਦੇ ਵੀ ਕੁਝ ਸਲੋਕ ਜਿਹੜੇ 12 'ਚ ਆ ਚੁੱਕੇ ਨੇ ਉਹ ਸਲੋਕ ਅਤੇ ਤੇ ਵਧੀਕ, ਅਤੇ ਇਹਦੇ ਕੁਝ ਜਿਹੜੇ ਵਧੀਕ ਰਹਿ ਗਏ ਸਨ
ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇੱਥੇ ਲਿਖਵਾਉਂਦੇ ਹਨ ਪੰਜਵੇਂ ਸਤਿਗੁਰੂ ਮਹੱਲਾ ਪਹਿਲਾ। ਸਭ ਤੋਂ ਪਹਿਲਾਂ ਮਹੱਲਾ ਪਹਿਲਾ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ। ਤੰਗੀ ਪੈ ਓਹਰੀ, ਉਹ ਤੰਗੀ ਪੈ ਓਹਰੀ, ਏਦਾਂ ਪਾਠ ਹੈ, ਪੈ ਓਹਰੀ ਇਕੱਠਾ ਨਹੀਂ ਕਰਨਾ, ਉਹ ਤੰਗੀ ਪੈ ਓਹਰੀ। ਸਾਧ ਸੰਗਤ ਦੇ ਬਚਨ ਜਿਹੜੇ ਨੇ ਨਾ, ਇਹ ਮਹਾਰਾਜ ਸਾਹਿਬ ਨੇ ਜੋ ਕੀਤੇ, ਗੁਰੂ ਨਾਨਕ ਦੇਵ ਜਦੋਂ ਦੂਸਰੀ ਵਾਰ ਸੱਚੇ ਪਾਤਸ਼ਾਹ ਸੰਗਲਾ ਦੀਪ ਰਾਜੇ ਸਿਵਨਾਜ ਦੀ ਨਾਭ ਦੀ ਪੁਰੀ ਵਿੱਚ ਗਏ, ਉੱਥੇ ਧਰਮਸ਼ਾਲਾ ਬਣਵਾ ਕੇ ਆਏ ਸਨ। ਪਹਿਲਾਂ ਜਾ ਕੇ ਸਿਵਨਾਭ ਤਾਂ ਚੜ੍ਹਾਈ ਕਰ ਗਿਆ, ਮਹਾਰਾਜ ਦੀ ਖਬਰ ਸੁਣ ਕੇ ਰਾਜੇ ਦੀ ਰਾਣੀ ਚੰਦਰ ਕਲਾ ਜਿਹੜੀ ਹੈ ਉਹਨੇ ਆ ਕਰਕੇ ਜਦੋਂ ਸੁਣਿਆ ਨਾ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਏ ਹਨ, ਇਹ ਖਬਰ ਸੁਣ ਕੇ ਚੰਦਰ ਕਲਾ ਨੇ ਬਹੁਤ ਖੁਸ਼ੀ ਕੀਤੀ ਵੀ ਜਿਹਨਾਂ ਮੇਰੇ ਪਤੀ ਨੂੰ ਅਤੇ ਮੈਨੂੰ ਸਾਡੀ ਪ੍ਰਜਾ ਨੂੰ ਰੱਬ ਨਾਲ ਜੋੜਨ ਵਾਲਾ ਉਪਦੇਸ਼ ਦਿੱਤਾ ਉਹ ਸਤਿਗੁਰੂ ਦੂਜੀ ਵਾਰ ਸਾਡੇ ਦੇਸ਼ ਆਏ ਨੇ, ਸਤਿਕਾਰ ਬਹੁਤ ਹੋਣਾ ਚਾਹੀਦਾ। ਰਾਏ ਸਿੰਘ ਪੁੱਤਰ ਸੀ ਇਹਦਾ, ਅਤੇ ਇਹਨੇ ਆਪਣੇ ਪੁੱਤਰ ਦੇ ਨੂੰਹ ਚੰਦਰ ਕਾਂਤਾ ਨੂੰ ਨਾਲ ਲੈ ਕੇ ਸਤਿਗੁਰੂ ਦੇ ਦਰਸ਼ਨ ਕਰਨ ਆਈ, ਸੰਗਤ ਵਿੱਚ ਬੈਠੀ। ਸ਼ਿਵਨਾਭ ਦੀ ਰਾਣੀ ਨੇ ਤਾਂ ਮਹਾਰਾਜ ਦਾ ਪ੍ਰਤਾਪ ਵੇਖਿਆ ਸੀ, ਸਤਿਗੁਰਾਂ ਅੱਗੇ ਪਦਾਰਥ ਰੱਖੇ, ਨਮਸਕਾਰ ਕੀਤੀ, ਪਰ ਜੋ ਰਾਣੀ ਦੀ ਚੰਦਰਕਾਂਤਾ ਦੀ ਨਾਮੀ ਨੂੰਹ ਸੀ ਨਾ ਜੋ ਨਾਲ ਆਈ, ਉਹਨੇ ਸਾਧ ਸੰਗਤ ਸੀਸ ਨਾਲ ਝੁਕਾਇਆ, ਉਹ ਹੀ ਹੰਕਾਰ ਨਾਲ ਸੰਗਤ 'ਚ ਬੈਠ ਗਈ। ਅਤੇ ਜਦ ਰਾਣੀ ਉਹਦੀ ਸੱਸ ਨੇ ਨੂੰਹ ਨੂੰ ਆਖਿਆ ਵੀ ਤੇਰੇ ਭਾਗ ਚੰਗੇ ਨਹੀਂ ਜੋ ਤੂੰ ਇਹ ਚੰਗਾ ਨਹੀਂ ਕੀਤਾ, ਮਹਾਰਾਜ ਅੱਗੇ ਨਮਸਕਾਰ ਨਹੀਂ ਕੀਤੀ, ਜਿਵੇਂ ਉਹ ਰਾਣੀ ਸੱਸ ਨੇ ਆਪਣੀ ਨੂੰਹ ਚੰਦਰਕਾਂਤਾ ਨੂੰ ਸਮਝਾਇਆ, ਉਹ ਬਚਨ ਮਹਾਰਾਜ ਸਾਹਿਬ ਦੇ ਸਾਹਮਣੇ ਹੋਏ ਅਤੇ ਸਤਿਗੁਰਾਂ ਸੁਣੇ। ਅਤੇ ਅੱਗੇ ਵੀ ਹੋਇਆ ਵੀ ਜਿਹੜੀ ਚੰਗੀ ਵਾਰਤਾ ਸੁਣ ਕੇ ਉਹਦਾ ਭਾਵ ਦੱਸ ਕੇ ਅਤੇ ਫਿਰ ਅੰਤਰੀ ਭਾਵ ਗੁਰੂ ਸਾਹਿਬ ਜੀ ਸਾਡੇ ਭਲੇ ਵਾਸਤੇ ਦੱਸਦੇ ਹਨ, ਉਹ ਵਾਰਤਾ ਬਾਣੀ ਦੁਆਰਾ ਪ੍ਰਸ਼ਨ ਉੱਤਰਾਂ ਦੇ ਰੂਪ 'ਚ ਉਚਾਰਨ ਕਰਦੇ ਨੇ ਗੁਰੂ ਨਾਨਕ ਦੇਵ ਜੀ। ਪਹਿਲਾਂ ਚੰਦਰ ਕਲਾ ਰਾਣੀ ਆਪਣੀ ਨੂੰਹ ਨੂੰ ਜੋ ਕਹਿੰਦੀ ਹੈ ਅਤੇ ਫਿਰ ਉਹ ਜੋ ਅੱਗੋਂ ਕਹਿੰਦੀ ਹੈ, ਇਹ ਬਾਹਰੀ ਜੋ ਵਾਰਤਾ ਘਟਨਾ ਰਚਨਾਵਾਂ ਮਹਾਰਾਜ ਸਾਹਿਬ ਨੇ ਹੋਰ ਥਾਵਾਂ 'ਤੇ ਵੀ ਇਹ ਗੁੰਸ਼ਣ ਕੀਤੀਆਂ ਨੇ, ਅੰਤਰੀ ਭਾਵ ਵਿੱਚ ਉਪਦੇਸ਼ ਗੁਰੂ ਨਾਨਕ ਦੇਵ ਸਾਹਿਬ ਦੇਣਗੇ। ਪਹਿਲਾਂ ਬਾਹਰੀ ਤੌਰ 'ਤੇ ਕਹਿੰਦੇ ਹਨ ਜਿਵੇਂ ਉਹ ਕਹਿ ਰਹੀ ਹੈ ਬੀਬੀ, ਉਹ ਤੰਗੀ ਪੈ ਓਹਰੀ, ਕਹਿੰਦੇ ਵੀ ਚੰਦਰ ਕਲਾ ਰਾਣੀ ਆਪਣੀ ਨੂੰਹ ਨੂੰ ਕਹਿੰਦੀ ਹੈ, ਉਹ ਤੰਗੀ ਉੱਚੇ ਉਤਕ੍ਰਿਸ਼ਟ ਅੰਗਾਂ ਵਾਲੀਏ ਭਾਵ ਨੌਜਵਾਨ ਸਖੀਏ ਨੂੰਹੇ ਪੈ ਓਹਰੀ, ਤੂੰ ਸਤਿਗੁਰਾਂ ਦੇ ਜੋ ਪੈ ਚਰਨ ਹਨ ਉਹਨਾਂ ਦੇ ਓਹਰੀ ਝੁਕਣਾ ਕਰ, ਭਾਵ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਸੀਸ 'ਤੇ ਵਾਹਿਗੁਰੂ ਚਰਨਾਂ ਦੇ ਸਿਰ ਰੱਖ ਕੇ ਨਮਸਕਾਰ ਕਰ। ਗਹਿਰੀ ਗੰਭੀਰੀ, ਫਿਰ ਉਹਨੇ ਆਖਿਆ ਵੀ ਜੇ ਮੈਂ ਇੱਦਾਂ ਕਰੂੰ ਸੱਸ ਮਾਂ ਤਾਂ ਫਿਰ ਕੀ ਹੋਊ, ਕਹਿੰਦੇ ਗਹਿਰੀ ਗੰਭੀਰੀ ਤਾਂ ਤੂੰ ਗਹਿਰੀ ਨਿਰਹਲ ਤੇ ਗੰਭੀਰੀ ਡੂੰਘੇ ਸੁਭਾਅ ਵਾਲੇ ਹੋ ਜਾਵੇਂਗੀ। ਸਸੁਰ ਸੁਹਿਆ ਕੇਵ ਕਰੀ, ਅੱਗੋਂ ਨਾਸਤਕ ਪੁਣਾ ਸੀ ਨਾ ਤੇ ਉਹ ਨੂੰ ਅੱਗੋਂ ਕਹਿਣ ਲੱਗੀ, ਸਸੁਰ ਸੁਹਿਆ ਕੇਵ ਕਰੀ, ਹੇ ਸਸੁਰ ਸੱਸ ਮਾਂ ਮੈਂ ਸੋਹੀਆ ਨਮਸਕਾਰ ਕਿਵ ਕਰੀ, ਕਿਸ ਪ੍ਰਕਾਰ ਕਰਾਂ ਗੁਰਾਂ ਅੱਗੇ, ਨਾ ਜਾਏ ਥਣੀ, ਅਦੇ ਮੇਰੇ ਜੋ ਥਣੀ ਅਸਤਣ ਦੁੱਧ ਦੇ ਚਸ਼ਮਿਆਂ ਕਰਕੇ ਭਾਰੀ ਹੋ ਚੁੱਕੇ ਨੇ, ਨਿਵਣ ਨਾ ਜਾਏ, ਇਹ ਮੇਰੇ ਕੋਲ ਇਹਨਾਂ ਕਰਕੇ ਇਹ ਜਵਾਨੀ ਜੋ ਹੈ ਇਹ ਜਵਾਨੀ ਦੀ ਕਰਕੇ ਨਿਵਣ 'ਚ ਰੁਕਾਵਟ ਨੇ। ਇਹ ਜੋ ਗੱਲ ਕਹੀ ਉਹਦੀ ਜਵਾਨੀ
ਸਾਧ ਸੰਗਤ ਪੁਣੇ ਦੀ ਹੁੱਜਤ ਸੀ, ਉਹਨੇ ਅੱਗੋਂ ਸੱਸ ਨੂੰ ਜੋ ਕਿਹਾ, ਗੱਚ ਜੇ ਲੱਗਾ ਗੇੜ ਵੜੀ, ਗੱਚ ਜੇ ਲੱਗਾ ਗੇੜ ਵੜੀ, ਗੇੜ ਤੇ ਵੜੀ ਇਹ ਪਾਠ ਵੀ ਵੱਖੋ ਵੱਖਰੇ ਹਨ। ਤੇ ਫਿਰ ਅੱਗੋਂ ਇਹ ਹੰਕਾਰ ਦਾ ਸ਼ਬਦ ਸੁਣ ਕੇ ਉਹ ਨੂੰਹ ਦਾ ਉਹਦੀ ਦਾ, ਤੇ ਉਹ ਸੱਸ ਆਪਣੀ ਨੂੰਹ ਦੇ ਹੰਕਾਰ ਨੂੰ ਦੂਰ ਕਰਨ ਲਈ ਕਹਿੰਦੀ ਹੈ, ਗੱਚ ਜੇ ਲੱਗਾ ਗੇੜ ਵੜੀ, ਵੀ ਜਿੰਨਾ ਗੇੜ ਕਾਹਦਾ ਜਵਾਨੀ ਦਾ ਮਾਣ ਕਰਦੀ ਹੈ, ਵੀ ਮੈਂ ਜਵਾਨੀ ਝੁਕਿਆ ਨਹੀਂ ਜਾਂਦਾ, ਜਿੰਨਾ ਗੇੜ ਪਹਾੜ ਵਰਗੀਆਂ ਵੱਡੀਆਂ ਵੱਡੀਆਂ ਵੜੀ ਹਵੇਲੀਆਂ ਨੂੰ, ਗੱਚ ਚੂਨਾ ਚੂਨੇ ਦਾ ਪਲਸਤਰ ਲੱਗਾ ਹੋਇਆ ਸੀ। ਸਖੀਏ ਧੌਲ ਹਰੀ, ਇਹ ਸਖੀ ਇਹ ਸਹੇਲੀ ਵੱਤ ਨੂੰ ਹੈ ਧੌਲ ਹਰੀ, ਜੋ ਧੌਲ ਹਰੀ ਪਾਵ ਉੱਚੇ ਸੁੰਦਰ ਮਹਿਲ ਸਨ ਚਿੱਟੇ ਰੰਗ ਦੇ, ਸੇ ਭੀ ਟਹਿਦੇ ਡਿੱਠ ਮੈਂ, ਸੇ ਭੀ ਟਹਿਦੇ ਡਿੱਠ ਮੈਂ, ਮੈਂ ਉਹ ਵੀ ਢਹਿੰਦੇ ਡਿੱਗੇ ਹੋਏ ਡਿੱਠ ਦੇਖੇ ਹਨ, ਮੁੰਦ ਨਾ ਗਰਭ ਥਣੀ, ਮੁੰਦ ਖਿੱਚ ਕੇ ਮੁੰਦ ਨਾ ਗਰਭ ਥਣੀ, ਇਸ ਲਈ ਤੂੰ ਆਪਣੇ ਮੁੰਦ ਹੁੰਦਾ ਹੈ ਵੀ ਜਿਹਨੂੰ ਮਿਲਣ ਦਾ ਸ਼ੌਂਕ ਤਾਂ ਹੋਵੇ ਪਰ ਚੱਜ ਨਾ ਹੋਵੇ, ਹੇ ਮੁੰਦ ਇਸਤਰੀ ਅਗਿਆਤ ਜੋਬਨ ਹੰਕਾਰ ਰੂਪੀ ਗਰਭ ਥਣੀ ਥਣੀ ਅਸਥਨਾ, ਭਾਵ ਜਵਾਨੀ ਦੇ ਹੰਕਾਰ ਦੇ ਵਿੱਚ ਆਉਣ ਵਾਲੀ ਹੈ, ਤੂੰ ਜਵਾਨੀ ਦਾ ਹੰਕਾਰ ਨਾ ਕਰ, ਜਵਾਨੀ ਦੇ ਜਾਂਦਿਆਂ ਵੀ ਚਿਰ ਨਹੀਂ ਲੱਗਣਾ। ਸੋ ਇਸ ਤਰ੍ਹਾਂ ਇਹ ਸੱਸ ਨੇ ਸਿੱਖਿਆ ਦਿੱਤੀ ਬਾਹਰੀ ਤੌਰ ਉੱਤੇ, ਇਸੇ ਨੂੰ ਮਹਾਰਾਜ ਸਾਹਿਬ ਜੀ ਅੰਤਰੀਵ ਰੂਪ ਵਿੱਚ ਸਮਝਾਉਂਦੇ ਹਨ, ਉਹ ਤੰਗੀ ਪੈ ਓ ਹਰੀ, ਉਹ ਤੰਗੀ ਪੈ ਓ ਹਰੀ, ਦੋ ਮਹਾਤਮਾ ਦਾ ਸੰਵਾਦ ਹੈ, ਸੱਸ ਦੀ ਨਿਆਈ ਮਹਾਤਮਾ ਹੈ, ਨੂੰਹ ਦੀ ਨਿਆਈ ਜਗਿਆਸੂ ਹੈ। ਮਹਾਤਮਾ ਰੂਪੀ ਸੱਸ ਜਗਿਆਸੂ ਨੂੰਹ ਨੂੰ ਕਹਿੰਦੀ ਹੈ, ਉਹ ਤੰਗੀ ਪੈ ਓ ਹਰੀ, ਹੇ ਉਹ ਤੰਗੀ ਉਤਕ੍ਰਿਸ਼ਟ ਅੰਗਾਂ ਵਾਲੀਏ, ਭਾਵ ਇਹ ਹੈ ਵੀ ਜਿਹੜੇ ਉੱਚੇ ਅੰਗ ਹੋਣੇ ਇਹੀ ਨੇ ਜੀਵ ਦੇ, ਵੀ ਜਿਹੜਾ ਕੋਈ ਵੈਰਾਗ ਵਿਵੇਕ ਆਦਿਕ ਸੁੰਦਰ ਸਾਧਨ ਇਹ ਕਹਿਣਾ ਵੀ ਮੇਰੇ ਕੋਲ ਸਾਧਨ ਬੜੇ ਨੇ, ਇਹ ਸੁੰਦਰ ਸਾਧਨਾ ਰੂਪੀ ਯਤਨਾ ਧਾਰਮਿਕ ਪ੍ਰਵਿਰਤੀ ਦੇ ਸਾਧਨ ਯਤਨਾ ਵਾਲੀਏ, ਪੈ ਉਹ ਹਰੀ, ਤੂੰ ਸਤਿਗੁਰਾਂ ਦੇ ਚਰਨਾਂ ਦੇ ਪੈ ਕੇ ਝੋਕੇ ਨਮਸਕਾਰ ਕਰ, ਗਹਿਰੀ ਗੰਭੀਰੀ, ਤੂੰ ਇਹ ਨਾ ਵੇਖ ਵੀ ਮੇਰੇ ਚ ਸਾਧਨ ਬੜੇ ਨੇ, ਮੈਂ ਤਾਂ ਬੜਾ ਗੁਣੀ ਗਿਆਨੀ ਹੈ, ਮੈਂ ਤਾਂ ਬੜੀਆਂ ਡਿਗਰੀਆਂ ਚੱਕੀਆਂ ਨੇ, ਜੇ ਇੱਦਾਂ ਕਰਕੇ ਨਮਸਕਾਰ ਕਰੇਂਗੀ ਗਹਿਰੀ ਗੰਭੀਰੀ, ਫਿਰ ਤੂੰ ਗਹਿਰੀ ਨਿਰਹਲ ਹੋ ਜਾਵੇਂਗੀ, ਭਾਵ ਵਿਸ਼ੇ ਵਿਕਾਰਾਂ ਵੱਲ ਜਾਣ ਨੂੰ ਤੇਰਾ ਚਿੱਤ ਹਿੱਲੇਗਾ ਨਹੀਂ, ਅਤੇ ਗੰਭੀਰੀ ਗੰਭੀਰਤਾ ਵਾਲੀ ਹੋ ਜਾਵੇਗੀ, ਆ ਹੋਸ਼ੇ ਪੁਣੇ ਦੀਆਂ ਹੁਜਤਾਂ ਆਦਿਕ ਨਹੀਂ ਰਹਿਣਗੀਆਂ ਤੇਰੇ ਅੰਦਰ। ਸਸੜ ਸੋਹੀਆ ਕੇਵ ਕਰੀ, ਇਹ ਮਹਾਤਮਾ ਰੂਪੀ ਸਸੜ ਸੱਸ ਅੱਗੋਂ ਉਹ ਜਗਿਆਸੂ ਨੂੰ ਕਹਿੰਦੀ ਹੈ, ਸੋਹੀਆ ਕੇਵ ਕਰੀ, ਕਹਿੰਦੇ ਵੀ ਮੇਰੀ ਜਿਹੜੀ ਬਿਰਤੀ ਹੈ ਇਹਦੇ ਵਿੱਚ ਸੰਸਈ ਬੜੇ ਨੇ, ਇਸ ਲਈ ਮੈਂ ਕਿਸ ਪ੍ਰਕਾਰ ਗੁਰਾਂ ਨੂੰ ਸੋਹੀਆ ਨਮਸਕਾਰ ਕਰਾਂ, ਕਿਉਂਕਿ ਜਿਹੜਾ ਗੁਣ ਗਿਆਨ ਹੋ ਜਾਣਾ ਨਾ, ਇਹ ਵੀ ਬੰਦਾ ਕਹਿੰਦਾ ਮੈਂ ਕਿਉਂ ਝੁਕਾਂ। ਜਿਵੇਂ ਇੱਕ ਕਹਿੰਦਾ ਉਹਦੀ ਵੀਡੀਓ ਵਾਇਰਲ ਹੋਈ ਵੀ ਮੈਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਦਾ, ਪਰ ਕਹਿੰਦਾ ਮੈਂ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਕਿਉਂ ਮੰਨਣਾ, ਮੇਰੀ ਆਪਣੀ ਵੀ ਮੱਤ ਹੈ। ਇਸ ਤਰ੍ਹਾਂ ਇਹ ਸੰਸਾ ਪੈ ਜਾਣਾ ਨਾ ਜਿਹੜਾ ਹੰਕਾਰ ਹੈ, ਅਤੇ ਇਹ ਮਹਾਂਪੁਰਖ ਰੂਪੀ ਸੱਸ ਸੋਹੀਆ ਕਿਵ ਕਰੀ, ਗੁਰਾਂ ਅੱਗੇ ਨਮਸਕਾਰ ਕਿਵੇਂ ਕਰਾਂ, ਕਿਵੇਂ ਮੈਂ ਝੁਕਣਾ ਕਰਾਂ, ਨਿਵਣ ਨਾ ਜਾਏ ਥਣੀ, ਦੂਸਰਾ ਮੇਰੇ ਕੋਲ ਪਦਾਰਥਾਂ ਰੂਪੀ ਥਣੀ ਅਸਥਨਾ ਦਾ ਹੰਕਾਰ ਹੈ, ਭਾਵ ਕਿ ਮੇਰੇ ਕੋਲ ਪਦਾਰਥ ਨੇ, ਮੇਰੀ ਬਿਰਤੀ ਪਦਾਰਥਾਂ ਦੇ ਭੋਗਣ 'ਚ ਲੱਗੀ ਹੋਈ ਹੈ, ਮੇਰੇ ਕੋਲ ਸ਼ਕਤੀਆਂ ਨੇ, ਮੇਰੀ ਸਰਕਾਰੀ ਦਰਬਾਰੇ ਚੱਲਦੀ ਹੈ, ਇਹ ਨਿਵਣ ਨਾ ਜਾਏ ਥਣੀ, ਇਹ ਭਾੜੇ ਜਵਾਨੀ ਦੇ ਹੰਕਾਰ ਵਾਂਗ ਇਹ ਪਦਾਰਥਾਂ ਰੂਪੀ ਅਸਥਨਾ ਕਰਕੇ
ਭੋਗਾਂ ਕਰਕੇ ਮੇਰੇ ਕੋਲ ਨਮਸਕਾਰ ਨਹੀਂ ਕੀਤੀ ਜਾਂਦੀ, ਮੇਰੇ ਕੋ ਗੁਰਾਂ ਅੱਗੇ ਝੁਕਿਆ ਨਹੀਂ ਜਾਂਦਾ। ਗੱਚ ਜੇ ਲੱਗਾ ਗੇੜ ਮਹਾਂਪੁਰਖ ਰੂਪੀ ਸੱਸ ਜਗਿਆਸੂ ਨੂੰ ਕਹਿੰਦੀ ਹੈ, ਗੱਚ ਜੇ ਲੱਗਾ ਗੇੜ ਵੜੀ ਹੈ ਸਖੀਏ, ਇਹ ਜਗਿਆਸੂ ਸਹੇਲੀਏ ਸੁਣਨਾ ਕਰ ਵੀ ਇਹ ਥੋੜ੍ਹੇ ਜਿਹੇ ਪਦਾਰਥ ਬਲ ਨੂੰ ਪਾ ਕੇ ਹੰਕਾਰ ਕਿਉਂ ਕਰਦੀ ਹੈ। ਜਿਹੜੇ ਰਾਵਣ ਹਰਨਾਕਸ਼ ਵਰਗੇ ਸਨ, ਗੱਚ ਜੇ ਲੱਗਾ ਗੇੜ ਵੜੀ, ਗੇੜ ਪਰਬਤਾਂ ਦੀ ਨਿਆਈ ਬੜੀ ਵੱਡੇ ਵੱਡੇ ਜਿਹੜੇ ਹੋਏ ਹਨ। ਸਖੀਏ ਧੌਲ ਹਰੀ, ਇਹ ਸਖੀਏ ਉਹ ਹਰਨਾਸ ਕਾਲਕਾਂ ਦੇ ਜਿਹੜੇ ਸਰੀਰ ਰੂਪੀ ਧੌਲ ਹਰੀ ਮਕਾਨ ਸਨ, ਉਹ ਗੇੜ ਪਰਬਤਾਂ ਦੀ ਨਿਆਈ ਬੜੀ ਬਹੁਤੇ ਹੀ ਵੱਡੇ ਸੀ। ਇੱਥੇ ਭਾਵ ਇਹ ਜਣਾਇਆ ਹੈ ਵੀ ਜਿਵੇਂ ਵੱਡੀਆਂ ਵੱਡੀਆਂ ਹਵੇਲੀਆਂ ਦੇ ਮਹੱਲ ਨੇ ਨਾ, ਇਵੇਂ ਜਿਨ੍ਹਾਂ ਦੇ ਸਰੀਰ ਰੂਪੀ ਵੱਡੇ ਵੱਡੇ ਮਹੱਲ ਸੀ, ਭਾਵ ਜਿਨ੍ਹਾਂ ਵਰ ਲਏ ਸੀ ਹਰਨਾਸ ਸਰਗਿਆਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਜਿਨ੍ਹਾਂ ਰਾਵਣ ਵਰਗਿਆਂ ਵਰ ਲਏ ਹੋਏ ਸੀ ਵੀ ਸਾਨੂੰ ਕੋਈ ਮਾਰ ਨਾ ਸਕੇ, ਉਹ ਜਿਹੜੇ ਵੱਡੇ ਵੱਡੇ ਮਹੱਲਾਂ ਦੀ ਨਿਆਈ, ਹਵੇਲੀਆਂ ਦੀ ਨਿਆਈ, ਵਰਾਂ ਵਾਲੇ ਸਰੀਰਾਂ ਵਾਲੇ ਸਨ। ਮੈਂ ਉਹ ਵੀ ਡਿੱਗਦੇ ਹੋਏ ਦੇਖੇ ਹਨ। ਭਾਵ ਇਹ ਹੈ ਵੀ ਉਹ ਵੀ ਪੁਰਾਣਕ ਨੇਤਰਾਂ ਨਾਲ ਕਾਲ ਦੇ ਵਸ਼ ਪੈ ਕੇ ਮਰਦੇ ਦੇਖੇ ਨੇ। ਹਰਨਾਕਸ਼ ਮਰ ਗਿਆ, ਰਾਵਣ ਮਰ ਗਿਆ, ਜਿਨ੍ਹਾਂ ਨੇ ਅਮਰ ਹੋਣ ਦਾ ਵਰ ਲਿਆ, ਕਾਲ ਪਾਵੇ ਨਾ ਬੰਨਿਆ ਸੀ। ਮੁੰਦ ਨਾ ਗਰਭ ਥਣੀ, ਮੁੰਦ ਨਾ ਗਰਭ ਥਣੀ, ਇਸ ਲਈ ਹੈ ਮੁੰਦੇ ਅਗਿਆਤ ਜੋਬਨ ਜਗਿਆਸੂ ਇਸਤਰੀ, ਤੂੰ ਇਹ ਪਦਾਰਥਾਂ ਰੂਪੀ ਅਸਨਾ ਦਾ ਹੰਕਾਰ ਨਾ ਕਰ, ਇਹ ਪਦਾਰਥਾਂ ਦਾ ਜਵਾਨੀ ਦਾ ਮਾਣ ਨਾ ਕਰ। ਸੁਣ ਮੁੰਦੇ ਹਰਨਾਖੀਏ, ਸੁਣ ਮੁੰਦੇ ਹਰਨਾਖੀਏ, ਹੇ ਮੁੰਦੇ ਅਗਿਆਤ ਜੋਬਨ। ਇਹ ਬਚਨ ਤਾਂ ਸਾਰੇ ਹੀ ਹੋਏ, ਬਾਹਰੀ ਅਰਥ ਤਾਂ ਸੌਖੇ ਸਮਝ ਆ ਜਾਂਦੇ ਹੈ, ਤੇ ਅੰਤਰੀ ਭਾਵ ਹੈ ਸੁਣ ਮੁੰਦੇ ਹਰਨਾਖੀਏ, ਹੇ ਮੁੰਦੇ ਅਗਿਆਤ ਜੋਬਨ। ਤੇ ਸੁਰਤੀ ਸਿਮਰਤੀ ਰੂਪ ਹਰਨਾਖੀ ਹੁੰਦਾ ਵੀ ਹਰਨ ਦੇ ਸਰੀਖੇ ਸੁੰਦਰ ਨੇਤਰਾਂ ਵਾਲੀਏ, ਜਿਵੇਂ ਹਰਨ ਦੇ ਸੁੰਦਰ ਨੇਤਰ ਹੁੰਦੇ ਨੇ, ਇੱਥੇ ਹਰਨਾਖੀਏ ਹਰਨ ਦੇ ਨੇਤਰਾਂ ਦੇ ਵਾਂਗ ਤੂੰ ਭਾਵੇ ਹੈ ਵੀ ਤੂੰ ਸੁਰਤੀਆਂ ਸਿਮਰਤੀਆਂ ਇਹਨਾਂ ਗ੍ਰੰਥਾਂ ਦੀ ਪੜ੍ਹਾਈ ਕੀਤੀ ਹੈ, ਇਹਨਾਂ ਨੂੰ ਪੜ੍ਹੀ ਹੋਈ ਜਗਿਆਸੂ ਰੂਪ ਇਸਤਰੀਏ, ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲਾ ਗੂੜਾ ਗੁਪਤ ਬਚਨ ਦੱਸਦੀ ਹੈ ਮਹਾਂਪੁਰਖ ਸਖੀ ਕਹਿੰਦੀ। ਪਹਿਲਾ ਵਸਤ ਛਿਆਣ ਕੈ, ਛਿਆਣ ਕੈ, ਪਹਿਲਾ ਵਸਤ ਸਿਆਣ ਕੈ, ਉਹ ਬਚਨ ਕਿਹੜਾ ਹੈ? ਪਹਿਲਾ ਵਸਤ ਸਿਆਣ ਕੈ, ਪਹਿਲਾਂ ਸਤਿਗੁਰੂ ਰੂਪੀ ਜੋ ਵਸਤ ਹੈ ਨਾ, ਜਿਵੇਂ ਕੋਈ ਵਸਤ ਖਰੀਦਣੀ ਹੋਵੇ ਨਾ, ਉਹਦੀ ਸਿਆਣ ਪਰਖ ਕਰੀਦੀ ਹੈ, ਤਸੱਲੀ ਕਰੀਦੀ ਹੈ, ਇਵੇਂ ਗੁਰੂ ਰੂਪੀ ਵਸਤ ਨੂੰ ਪਹਿਚਾਣ ਕੇ ਗੁਰੂ ਧਾਰਨ ਲੱਗੇ ਹਾਂ, ਪਹਿਲਾਂ ਵਿਚਾਰ ਕੇ ਵੇਖ ਲੈਣਾ ਚਾਹੀਦਾ ਵੀ ਗੁਰੂ ਕੱਚੇ ਹੈ ਜਾਂ ਗੁਰੂ ਪੱਕੇ ਨੇ, ਗੁਰੂ ਸਾਡੀ ਕਲਿਆਣ ਵਾਲਾ ਹੈ ਜਾਂ ਕਦੇ ਆਪਣਾ ਹੀ ਢਿੱਡ ਭਰਨ ਵਾਲਾ ਹੈ। ਤਾਂ ਕੀਚੈ ਵਾਪਾਰ, ਜੇ ਵਾਹਿਗੁਰੂ ਨਾਲ ਜੋੜਨ ਵਾਲੇ ਪੂਰਨ ਗੁਰੂ ਮਿਲਣ ਤਾਂ ਉਹਨਾਂ ਨੂੰ ਤਨ ਮਨ ਧਨ ਸਭ ਕੁਝ ਹੀ ਦੇ ਕੇ ਨਾਮ ਰੂਪੀ ਸ਼ੁਭ ਗੁਣਾਂ ਰੂਪੀ ਵਣਜ ਵਪਾਰ ਕਰਨਾ ਕਰ। ਦੋਹੀ ਦਿੱਚੈ ਦੁਰਜਨਾ, ਦੁਰਜਨਾ ਦੁਰਜਨ ਸਾਗਤਾਂ ਦੀ ਕੁਸੰਗਤ ਵੱਲੋਂ, ਕਾਮ ਕ੍ਰੋਧ ਰੂ ਲੋਭ ਮੋਹ ਹੰਕਾਰ ਰੂਪੀ ਦੁਰਜਨ ਭੈੜੇ ਪੁਰਖਾਂ ਵੱਲੋਂ, ਦੋਹੀ ਦਿੱਚੈ ਦੁਹਾਈ ਦੇ ਦਿਓ, ਗੁਰੂ ਸਾਹਿਬ ਦਾ ਰੱਬ ਦਾ ਨਾਮ ਦੀ ਦੁਹਾਈ ਪਾ ਦਿਓ ਵੀ ਮਹਾਰਾਜ, ਦੋਹੀ ਸਹੁੰ ਨੂੰ ਵੀ ਕਹਿੰਦੇ ਨੇ ਸਹੁੰ ਪਾ ਦਿਓ ਵੀ ਇਹਨਾਂ ਦੁਰਜਣਾਂ ਦੀ ਭੈੜੇ ਪੁਰਖਾਂ ਦੀ ਸੰਗਤ ਨਹੀਂ ਕਰਨੀ। ਮਿੱਤਰਾਂ ਕੂ ਜੈਕਾਰ, ਮਿੱਤਰਾਂ ਕੂ ਜੈਕਾਰ, ਤੇ ਸ਼ੁਭ ਗੁਣਾਂ ਰੂਪੀ ਸੰਤ ਗੁਰਾਂ ਰੂਪੀ ਮਿੱਤਰ ਸੱਜਣਾਂ ਦਾ ਜੈ ਜੈਕਾਰ ਕਰੀਏ, ਪਾਓ ਉਹਨਾਂ ਨੂੰ ਹਿਰਦੇ 'ਚ ਧਾਰਨ ਕਰੀਏ,
ਸ਼ੁਭ ਗੁਣ ਸਹਾਇਕ ਹੁੰਦੇ ਨੇ, ਸਦਾ ਇਹ ਮਿੱਤਰ ਹਨ। ਜਿਤ ਦੋਹੀ ਸੱਜਣ ਮਿਲਣ, ਜਿਸ ਸਾਗਤਾਂ ਦੀ ਕੁਸੰਗਤ ਵੱਲੋਂ ਦੁਹਾਈ ਪਾਉਣ ਨਾਲ, ਖੋਟੇ ਕਾਮ ਆਦਿਕ ਵਿਕਾਰਾਂ ਵੱਲੋਂ ਦੁਹਾਈ ਪਾਉਣ ਨਾਲ, ਗੁਰੂ ਅੱਗੇ ਰੱਬ ਅੱਗੇ ਪੁਕਾਰ ਕਰਨ ਦੇ ਨਾਲ ਸੱਜਣ ਮਿਲਣ, ਸੱਜਣ ਅਕਾਲ ਪੁਰਖ ਜੀ ਸੱਜਣ ਮਹਾਤਮਾ ਆ ਕੇ ਮਿਲ ਪੈਣ। ਲਹ ਮੁੰਦੇ ਵਿਚਾਰ, ਇਹ ਮੁੰਦੇ ਅਗਿਆਤ ਜੋਬਨ ਵਾਲੀ ਭਾਵ ਸ਼ੌਂਕ ਤਾਂ ਹੈ ਪਰ ਗਿਆਨ ਨਹੀਂ ਹੈ ਵੀ ਰੱਬ ਨੂੰ ਮਿਲਣਾ ਕਿਵੇਂ, ਉਹਨੂੰ ਮੁੰਦੇ ਕਹਿੰਦੇ ਨੇ। ਤੂੰ ਇਹ ਵਿਚਾਰ ਗੁਰੂ ਸਾਹਿਬ ਕੋਲੋਂ ਪ੍ਰਾਪਤ ਕਰ, ਮਨ ਵਿੱਚ ਟਿਕਾ ਲੈ। ਤਨ ਮਨ ਦੀਜੈ ਸੱਜਣਾ, ਆਪਣਾ ਤਨ ਵੀ ਮਨ ਵੀ ਸਤਿਗੁਰੂ ਸੱਜਣ ਦੇ ਤਾਈਂ ਅਰਪਦੇ ਭਾਵ ਹੰਕਾਰ ਛੱਡ ਦੇ। ਐਸਾ ਹੱਸਣ ਸਾਰ, ਕਿਉਂਕਿ ਉਹ ਚੰਦਰ ਕਾਂਤਾਂ ਦੀ ਜਿਹੜੀ ਸਾਧ ਸੰਗਤ ਜਿਹੜੀ ਨੂੰਹ ਸੀ ਨਾ, ਉਹ ਚੰਦਰ ਕਾਂਤਾ ਅਤੇ ਉਹਦੀ ਜੋ ਚੰਦਰ ਕਲਾ ਰਾਣੀ ਦੀ ਨੂੰਹ ਸੀ, ਉਹ ਹੱਸ ਪਈ ਸੀ ਜਦੋਂ ਉਹਨੇ ਕਿਹਾ ਵੀ ਮਹਾਰਾਜ ਅੱਗੇ ਝੁੱਕ। ਅਤੇ ਉਹ ਉਹੀ ਭਾਵ ਇੱਥੇ ਮਹਾਰਾਜ ਨੇ ਲਿਆ ਵੀ ਜੇ ਹੱਸਣਾ ਹੀ ਹੈ ਨਾ, ਐਸਾ ਹੱਸਣ ਸਾਰ, ਵੀ ਇਹੋ ਜਿਹਾ ਹੱਸਣਾ ਸ੍ਰੇਸ਼ਟ ਹੈ, ਕਿਹੜਾ ਜਿਹੜਾ ਆਨੰਦ ਦੇ ਸਰੂਪ ਦੇ ਵਿੱਚ ਆਨੰਦ ਸਰੂਪ ਜੁੜਨਾ ਹੈ, ਇਹ ਹੱਸਣਾ ਸਭ ਤੋਂ ਚੰਗਾ, ਇਹੋ ਜਿਹਾ ਹੱਸੋ ਜੇ ਹੱਸਣਾ ਏ। ਇਸ ਸੌ ਨੇਹੋ ਨਾ ਕੀ ਚਾਹੀ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹਨਾਂ ਪਦਾਰਥਾਂ ਨਾਲ ਪ੍ਰੇਮ ਨਹੀਂ ਕਰਨਾ ਚਾਹੀਦਾ। ਜੇ ਦਿਸੈ ਚੱਲਣ ਹਾਰ, ਜਿਹੜੇ ਪਦਾਰਥ ਸੰਬੰਧੀ ਸਰੀਰ ਇੱਥੋਂ ਚਲੇ ਜਾਣ ਵਾਲੇ ਦਿਖਦੇ ਹਨ, ਨਾਨਕ ਜਿਨੀ ਏਵ ਕਰ ਬੁੱਝਿਆ, ਗੁਰੂ ਨਾਨਕ ਦੇਵ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਮਹਾਂਪੁਰਖਾਂ ਜਗਿਆਸੂਆਂ ਦੇ ਇਹ ਜਿਹੜਾ ਸੰਵਾਦ ਹੋਇਆ ਪਿੱਛੇ, ਇਹਨੂੰ ਵਾਹਿਗੁਰੂ ਦਾ ਮਿਲਾਪ ਵਾਲਾ ਬਚਨ ਜਾਣ ਕੇ ਸਮਝਿਆ ਹੈ। ਨਾਨਕ ਜਿਨੀ ਏਵ ਕਰ ਬੁੱਝਿਆ, ਜਿਨ੍ਹਾਂ ਨੇ ਇਸ ਬਚਨ ਦੁਆਰਾ ਵਾਹਿਗੁਰੂ ਨੂੰ ਸਭ ਦਾ ਰੂਪ ਕਰਕੇ ਸਮਝ ਲਿਆ ਹੈ, ਤਿਨਾਂ ਵਿਟਹੋ ਕੁਰਬਾਨ, ਉਹਨਾਂ ਦੇ ਉੱਤੋਂ ਅਸੀਂ ਕੁਰਬਾਨ ਬਲਹਾਰ ਜਾਂਦੇ ਹਾਂ। ਜਾ ਤੂੰ ਜੇ ਤੂੰ ਤਾਰੂ ਪਾਣ, ਗੁਰੂ ਸਾਹਿਬ ਦਰਿਆ ਦੇ ਕਿਨਾਰੇ ਬੈਠੇ ਸੀ, ਕਿੱਥੇ ਕੋਈ ਪੁਰਖ ਆਇਆ ਦਰਿਆ ਤੋਂ ਪਾਰ ਲੰਘਣ ਲੱਗਾ, ਮਲਾਹ ਕਹਿੰਦਾ ਦਰਿਆ ਡੂੰਘਾ ਏ, ਘੁੰਮਣ ਘੇਰੀਆਂ ਪਾਰ ਨਹੀਂ ਹੋ ਸਕਦਾ, ਕਹਿੰਦਾ ਮੈਂ ਤਾਰੂ ਬੜਾ ਹਾਂ, ਬੜੇ ਸਮੇਂ ਤੋਂ ਤਾਰ ਕੇ ਦਰਿਆਵਾਂ ਨੂੰ ਪਾਰ ਕਰਦਾ, ਮੈਂ ਦੇ ਪੱਤਣਾਂ ਨੂੰ ਤਰ ਜਾਂਦਾ ਹਾਂ। ਅਤੇ ਉਹਦੇ ਤਾਈਂ ਬਾਹਰੀ ਉਪਦੇਸ਼ ਦਿੰਦੇ, ਅੰਤਰੀਵ ਸਮਝਾਉਂਦੇ ਨੇ, ਜੇ ਤੂੰ ਤਾਰੂ ਪਾਣ, ਹੈ ਭਾਈ ਜੇ ਤੂੰ ਪਾਣ ਹੱਥਾਂ ਨਾ, ਪਾਣੀ ਦਾ ਤਾਰੂ ਵੀ ਹੈ ਜਾਂ ਪਾਣ ਪਾਣੀ ਨੂੰ ਤਾਰ ਤੈਰਨਾ ਵੀ ਜਾਣਦਾ ਹੈ। ਤਾਹੂ ਪੁੱਛ ਤੜਨ ਕਲ, ਤਾਹੂ ਪੁੱਛ ਤੜਨ ਕਲ, ਤਾਹੂ ਤਦ ਵੀ ਉਹਨਾਂ ਦੇ ਪਾਸੋਂ ਤੜਨ ਤਰਨ ਦੀ ਕਲ ਕਲਾ ਜੁਗਤੀ ਪੁੱਛ ਲੈਣਾ ਕਰ, ਜਿਹੜੇ ਤੇਰੇ ਨਾਲੋਂ ਵਧੇਰੇ ਤਾਰੂ ਨੇ ਜੋ ਤਰਨ ਦੀ ਜੁਗਤੀ ਜਾਣਦੇ ਹਨ। ਤਾਹੂ ਖਰੇ ਸੁਜਾਨ, ਉਹ ਕਹਿੰਦਾ ਮੈਂ ਵੀ ਤਰ ਜਾਵਾਂਗਾ, ਮੈਨੂੰ ਤਰਨਾ ਆਉਂਦਾ ਹੈ ਬਹੁਤ। ਤਾਂ ਸਾਹਿਬ ਕਹਿੰਦੇ ਵੀ ਮਾਣ ਨਾ ਕਰ, ਤਾਹੂ ਖਰੇ ਸੁਜਾਣ, ਜਿਹੜੇ ਤਾਹੂ ਤੇਰੇ ਨਾਲੋਂ ਵੀ ਦਰਿਆਵਾਂ ਪੱਤਰਾਂ ਤੋਂ ਪਾਰ ਹੋਣ ਲਈ ਖਰੇ ਚੰਗੇ ਤਾਰੂ ਸੁਜਾਣ, ਚਤਰ ਪੁਰਖ ਤੇਰੇ ਨਾਲ ਵੀ ਚੰਗੇ ਸਿਆਣੇ ਸਨ। ਵੰਜਾ ਏਨੀ ਕਪਰੀ, ਕਥਾ ਪਾਠ ਹੈ, ਵੰਜਾਈ ਵੰਜਾ ਏਨੀ ਕਪਰੀ, ਵੰਜਾ ਏਨੀ ਪਾਠ ਸਾਧ ਸੰਗਤ ਇਕੱਠਾ ਹੈ, ਉਹਦਾ ਵੰਜਾ ਏਨੀ ਕਪਰੀ ਵੀ ਕਰਦੇ ਨੇ, ਪਰ ਇੱਥੇ ਵੰਜਾ ਏਨੀ ਕਪਰੀ, ਕਪਰੀ ਕਹਿੰਦੇ ਨੇ ਲਹਿਰਾਂ ਨੂੰ। ਤਾਹੂ ਖਰੇ ਸੁਜਾਣ ਵੰਜਾਏ ਨੀ ਕਪਰੀ, ਵੀ ਉਹਨਾਂ ਨੂੰ ਵੀ ਨਾ ਜਿਹੜੇ ਕਹਿੰਦੇ ਵੀ ਸਾਡੇ ਵਰਗਾ ਤਾਰੂ ਨਹੀਂ ਹੈ, ਉਹ ਵੀ ਇਹਨਾਂ ਕਪਰੀ ਇਹਨਾਂ ਲਹਿਰਾਂ ਦੇ ਵਿੱਚ ਵੰਜਾਏ ਨੀ ਚਲੇ ਗਏ ਨੇ, ਰੁੜ ਗਏ ਹਨ। ਜਾਂ ਜਿਵੇਂ ਦੂਜਾ ਪਾਠ ਵੰਜਾਏ ਨੀ ਕਪਰੀ, ਵੀ ਵੰਜਾਏ ਨੀ ਇਹਨਾਂ ਕਪਰੀ ਲਹਿਰਾਂ ਨੇ ਵੰਜਾ ਖਰਾਬ ਕਰ ਦਿੱਤੇ, ਡਬੋ ਦਿੱਤੇ ਹਨ, ਤੂੰ ਕਿਹੜਾ ਵੱਡਾ ਤਾਰੂ ਆ ਗਿਆ। ਇਸੇ ਤਰ੍ਹਾਂ ਝਾੜ ਜੇ ਜੇ ਤੂੰ ਤਾਰੂ ਪਾਣ, ਅੰਤਰੀਵ ਉਪਦੇਸ਼ ਦਿੰਦੇ ਨੇ, ਹੇ ਜੀਵ ਜੇ ਤੂੰ
ਉਤਾਰੂ ਪਾਣ, ਜੇ ਤੇਰੇ ਕੋਲ ਸਾਧਨਾ ਰੂਪੀ ਪਾਣ ਹੱਥ ਨੇ, ਜਾਂ ਜਪ ਤਪ ਰੂਪੀ, ਕਹਿੰਦਾ ਵੀ ਤੈਨੂੰ ਮਾਣ ਹੈ ਵੀ ਬੜਾ ਪਾਣੀ ਦੇ ਨਾਲ ਜਪ ਤਪ ਕਰਕੇ ਮੈਂ ਸੰਸਾਰ ਸਮੁੰਦਰ ਤੋਂ ਤਰਨਾ ਜਾਣਦਾ ਹਾਂ। ਕਹਿੰਦੇ ਜੇ ਤੂੰ ਤਰਨਾ ਵੀ ਜਾਣਦਾ ਹੈ ਨਾ ਜਪ ਤਪ ਰੂਪੀ ਪਾਣੀ ਦੇ ਵਿੱਚੋਂ, ਤਾਹੂ ਪੁੱਛ ਤੜਨ ਕਲ, ਕਲ ਭੁੱਲ ਹੀ ਹੈ, ਤਦ ਵੀ ਸਤਿਗੁਰਾਂ ਦੇ ਪਾਸੋਂ ਤੜਨ ਤਰਨ ਦੀ ਕਲ ਕਲਾ ਜੁਗਤੀ ਪੁੱਛ, ਮੁਕਤੀ ਦੇ ਕਿਨਾਰੇ ਦੇ ਪਹੁੰਚਣ ਦੀ ਜੁਗਤ ਪੁੱਛ ਲੈਣਾ ਕਰ। ਤਾਹੂ ਖਰੇ ਸੁਜਾਨ, ਜੇ ਤੂੰ ਆਖੇ ਵੀ ਮੈਂ ਬੜਾ ਵੱਡਾ ਕਮਾਈ ਕਰਨ ਵਾਲਾ, ਤੇ ਤਾਹੂ ਖਰੇ ਸੁਜਾਨ, ਤੇਰੇ ਨਾਲੋਂ ਵੀ ਜਿਹੜੇ ਖਰੇ ਬਹੁਤੇ ਜ਼ਿਆਦਾ ਸੁਜਾਣ ਸਨ, ਸੌਰਵ ਰਿਖੀ ਵਰਗੇ, ਜਿਨ੍ਹਾਂ ਨੇ ਸਾਰੀ ਉਮਰ ਜੰਗਲਾਂ ਦੇ ਵਿੱਚ ਹੀ, ਸਿੰਘੀ ਰਿਖੀ ਸੌਰਵ ਰਿਖੀ ਵਰਗੇ ਚੰਗੇ ਸੁਜਾਣ ਸਨ, ਉਹਨਾਂ ਕਾ ਲੰਮੀਆਂ ਉਮਰਾਂ ਸਾਧਨਾ ਦੇ ਵਿੱਚ ਗੁਜ਼ਾਰਿਆ, ਚੇਤਨ ਮਾਇਆ ਦਾ ਗਿਆਨ ਵੀ ਨਹੀਂ ਸੀ, ਉਹਨਾਂ ਨੂੰ ਵੀ ਕਾਮ ਕ੍ਰੋਧ ਨੇ ਖਰਾਬ ਕਰ ਦਿੱਤਾ। ਵੰਝਾਏ ਨੀ ਕੱਪਰੀ ਵੀ ਉਹਨਾਂ ਨੂੰ ਵੀ ਇਹਨਾਂ ਕਾਮ ਕ੍ਰੋਧ ਰੂਪੀ ਲਹਿਰਾਂ ਨੇ ਖਰਾਬ ਕਰ ਦਿੱਤਾ, ਉਹ ਵੀ ਇਹਨਾਂ ਕਾਮ ਕ੍ਰੋਧ ਰੂਪੀ ਲਹਿਰਾਂ ਦੇ ਵਿੱਚ ਡੁੱਬ ਕੇ ਚਲੇ ਗਏ। ਵੰਝਾਏ ਨਹੀਂ ਹੁੰਦਾ ਵੀ ਚਲੇ ਗਏ, ਡੁੱਬ ਗਏ, ਰੁੜ ਗਏ। ਝੜ ਝੱਖੜ ਓਹਾੜ, ਝੜ ਝੱਖੜ ਓਹਾੜ, ਜਦੋਂ ਪ੍ਰਤੱਖ ਕਹਿੰਦੇ ਝੜ ਪੈ ਰਿਹਾ ਹੋਵੇ, ਝੱਖੜ ਆ ਗਿਆ ਹੋਵੇ, ਉਹ ਹਾੜ ਹੜ ਵੀ ਆ ਜਾਵੇ, ਸਾਧ ਸੰਗਤ ਝੜ ਹੁੰਦਾ ਬੱਦਲਵਾਈ ਹੋਵੇ, ਝੱਖੜ ਝੂਲਦਾ ਹੋਵੇ, ਭਾਵ ਕਿ ਝਾੜ ਬੱਦਲਵਾਈ ਹੋਣ ਤੋਂ ਬਾਅਦ ਝੱਖੜ ਤੇਜ਼ ਹਵਾ ਦੇ ਬੱਦਲ ਹੋਣ ਤੇ ਉਹ ਹਾੜ ਹੜ ਵਗਦਾ ਹੋਵੇ। ਲਹਿਰੀ ਵਹਿਣ ਲੱਖੇ ਸਰੀ, ਲੱਖੇ ਸਰੀ ਵੱਖਰਾ ਹੀ ਪਾਠ ਹੈ, ਲਹਿਰੀ ਵਹਿਣ ਲੱਖੇ ਸਰੀ, ਤੇ ਸਰੀ ਨਦੀ ਦੇ ਵਿੱਚ ਲੱਖੇ ਲੱਖਾਂ ਹੀ ਲਹਿਰੀ ਲਹਿਰਾਂ ਵਹਿਣ ਵਗਦੀਆਂ ਹੋਣ, ਜਾਂ ਲੱਖਾਂ ਹੀ ਨਦੀ ਜਾਂ ਦਰਿਆਵਾਂ ਦੀਆਂ ਲਹਿਰਾਂ ਵਗਦੀਆਂ ਹੋਣ ਐਸੇ ਸਮੇਂ 'ਚ, ਸਤਿਗੁਰ ਸਿਉ ਆ ਲਾਏ, ਸੱਚੇ ਗੁਰੂ ਅੱਗੇ ਸ਼ਰਧਾ ਭਾਵਨਾ ਨਾਲ ਬੇਨਤੀ ਆ ਲਾਏ, ਕਥਨ ਕਰੇ ਮਹਾਰਾਜ ਪਾਰ ਕਰੋ, ਜਿਵੇਂ ਮਨਸੁਖ ਸ਼ਾਹੂਕਾਰ ਨੇ ਗੁਰੂ ਨਾਨਕ ਦੇਵ ਅੱਗੇ ਪੁਕਾਰ ਕੀਤੀ, ਭਾਈ ਮੱਖਣ ਸ਼ਾਹ ਲਬਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਪੁਕਾਰ ਕੀਤੀ। ਬੇੜੇ ਡੁੱਬਣ ਨਾਹੇ ਭਾਉ, ਪ੍ਰਤੱਖ ਬੇੜੇ ਨੌਕੇ ਦੇ ਡੁੱਬਣ ਦਾ ਡਰ ਨਹੀਂ ਹੁੰਦਾ, ਭਾਵ ਮੁਸ਼ਕਲਾਂ ਤੋਂ ਬਚ ਜਾਈਦਾ, ਇਸੇ ਪ੍ਰਕਾਰ ਝੜ ਝੱਖੜ, ਝੜ ਝੱਖੜ ਓਹਾੜ, ਲੋਭ ਰੂਪੀ ਝੜ ਹੈ, ਲੋਭ ਰੂਪੀ ਬਹੁਤਾ ਹੀ ਝੱਖੜ ਹੈ, ਕਾਮ ਕ੍ਰੋਧ ਵਿਕਾਰਾਂ ਦਾ ਹੜ ਆਇਆ ਹੋਇਆ ਏ। ਲਹਿਰੀ ਵਹਿਣ ਲੱਖੇ ਸਰੀ, ਆਸਾ ਤ੍ਰਿਸ਼ਨਾ ਰੂਪੀ ਨਦੀ ਜਾਂ ਸੰਸਾਰ ਰੂਪੀ ਨਦੀ 'ਚ ਲੱਖਾਂ ਹੀ ਵਿਸ਼ੇ ਵਾਸ਼ਨਾ ਦੀਆਂ ਲਹਿਰਾਂ ਵਗਦੀਆਂ ਹਨ, ਭਾਵ ਉਛਾਲੇ ਪੈ ਰਹੇ ਹਨ। ਸਤਿਗੁਰ ਸਿਉ ਆ ਲਾਏ, ਇਹੋ ਜਿਹਾ ਬਿਪਤਾ ਦਾ ਸਮਾਂ ਬਣਿਆ ਹੈ, ਸਤਿਗੁਰ ਸਿਉ ਆ ਲਾਏ, ਇਹਨਾਂ ਤੋਂ ਬਚਣ ਲਈ ਸੱਚੇ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਬੇਨਤੀ ਰੂਪ ਦੇ ਵਿੱਚ ਆਸਾ ਤ੍ਰਿਸ਼ਨਾ ਸੰਸਾਰ ਦੀ ਨਦੀ ਤੋਂ ਪਾਰ ਹੋਣ ਵਾਸਤੇ ਬੇਨਤੀਆਂ ਕਰੇ। ਡੁੱਬਣ ਨਾਹੇ ਭਾਉ, ਫਿਰ ਬੁੱਧ ਜਾਂ ਸਰੀਰ ਰੂਪੀ ਬੇੜੇ ਦਾ ਡੁੱਬਣ ਦਾ ਡਰ ਨਹੀਂ ਰਹਿੰਦਾ ਕਿਸੇ ਪ੍ਰਕਾਰ। ਝਾੜ ਝੱਖੜ ਓਹਾੜ, ਇੱਥੇ ਹੀ ਸਮਾਪਤੀ ਕਰੀਏ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ, 12 ਤੋਂ ਵਧੀਕ ਸਾਧ ਸੰਗਤ ਬਾਣੀ ਦੀ ਪ੍ਰਾਰੰਭਤਾ ਹੋਈ ਹੈ, ਮਹਾਰਾਜ ਕਿਰਪਾ ਕਰਨ 20 ਅੰਗ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿਚਾਰਨ ਵਾਲੇ ਹਨ, ਅਤੇ 6 ਦਿਨਾਂ ਦਾ ਹੋਰ ਸਮਾਂ ਹੈ, ਮਹਾਰਾਜ ਜੀ ਸਾਹਿਬ ਦੀ ਕਿਰਪਾ ਨਾਲ ਸੰਪੂਰਨਤਾਈ ਦੇ ਬਿਲਕੁਲ ਨੇੜੇ ਆ ਜਾਵਾਂਗੇ, ਗੁਰੂ ਸਾਹਿਬ ਕਿਰਪਾ ਕੀਤੀ ਤਾਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ,
ਬਖਸ਼ ਲੈਣਾ ਝੜ ਝੱਖੜ ਓਹਾੜ ਲਹਿਰੀ ਵਹਿਣ ਲੱਖੇ ਸਰੀ ਸਤਿਗੁਰ ਸਿਉ ਆਲਾਏ ਬੇੜੇ ਡੁੱਬਣ ਨਾਹੇ ਭਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।